Hello students, in this lecture we will discuss about public expenditure. So if we look at the meaning of public expenditure refer to the expenditure incurred by the central, state or local governments of a country for its administration, social welfare as well as growth and development of the country. So public expenditure ਦਾ ਮਤਲਬ ਕੀ ਹੈ ਕਿ ਕਿਸੇ ਵੀ ਕੰਟਰੀ ਦੇ ਵਿੱਚ ਗਵਰਨਮੈਂਟਸ ਦੇ ਦੁਆਰਾ ਸੈਂਟਰਲ ਲੈਵਲ ਤੇ ਸਟੇਟ ਲੈਵਲ ਤੇ ਜਾਂ ਲੋਕਲ ਗਵਰਨਮੈਂਟਸ ਦੇ ਲੈਵਲ ਦੇ ਉੱਪਰ ਕੰਟਰੀ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਲਈ ਜਾਂ ਸੋਸ਼ਲ ਵੈਲਫੇਅਰ ਕਰਨ ਦੇ ਲਈ ਔਰ ਓਵਰਆਲ ਕੰਟਰੀ ਦੀ ਡਿਵੈਲਪਮੈਂਟ ਦੇ ਲਈ ਜੋ ਐਸਾ ਖਰਚ ਕੀਤਾ ਜਾਂਦਾ ਹੈ ਉਸਨੂੰ ਅਸੀਂ ਪਬਲਿਕ ਐਕਸਪੈਂਡੀਚਰ ਕਹਿੰਦੇ ਹਾਂ। ਤੋ ਪਬਲਿਕ ਐਕਸਪੈਂਡੀਚਰ ਐਕਸਪੈਂਡੀਚਰ ਦਾ ਮਤਲਬ ਖਰਚਾ ਹੈ, ਪਬਲਿਕ ਦਾ ਮਤਲਬ ਜਿੱਥੇ ਜੋ ਜਿਹਦੇ ਵਿੱਚ ਕਿ ਗਵਰਨਮੈਂਟ ਦੀ ਇਨਵੋਲਵਮੈਂਟ ਆ ਜਾਂਦੀ ਹੈ, ਸਟੇਟ ਦੀ ਇਨਵੋਲਵਮੈਂਟ ਆ ਜਾਂਦੀ ਹੈ। ਸੋ ਕਿਸੇ ਵੀ ਕੰਟਰੀ ਦੇ ਵਿੱਚ ਪਬਲਿਕ ਐਕਸਪੈਂਡੀਚਰ ਦਾ ਇੱਕ ਅਹਿਮ ਰੋਲ ਹੁੰਦਾ ਹੈ ਕੰਟਰੀ ਦੀ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ। ਸੋ ਪਿਛਲੇ ਚੈਪਟਰ ਦੇ ਵਿੱਚ ਅਸੀਂ ਜਿਸ ਤਰ੍ਹਾਂ ਇੰਡੀਆ ਦੇ ਟੈਕਸੇਸ਼ਨ ਸਿਸਟਮ ਦੇ ਬਾਰੇ ਗੱਲ ਕੀਤੀ ਸੀ, ਤੋ ਉਹਦੇ ਵਿੱਚ ਅਸੀਂ ਗੱਲ ਕੀਤੀ ਸੀ ਗਵਰਨਮੈਂਟ ਦੀ ਰੈਵਨਿਊ ਦੀ, ਬਿਕਾਜ਼ ਟੈਕਸੇਸ਼ਨ ਤੋਂ ਜੋ ਟੈਕਸਿਸ ਕਲੈਕਟ ਕਰਕੇ ਗਵਰਨਮੈਂਟ ਰੈਵਨਿਊ ਜਨਰੇਟ ਕਰਦੀ ਹੈ, ਉਸ ਰੈਵਨਿਊ ਨੂੰ ਫਿਰ ਗਵਰਨਮੈਂਟ ਕੰਟਰੀ ਦੇ ਵਿੱਚ ਸੋਸ਼ਲ ਵੈਲਫੇਅਰ ਜਾਂ ਅਦਰ ਇਕਨੋਮਿਕ ਜਿਹੜੀਆਂ ਡਿਵੈਲਪਮੈਂਟ ਪਾਲਿਸੀਜ਼ ਹੁੰਦੀਆਂ ਉਹਨਾਂ ਦੇ ਉੱਪਰ ਖਰਚ ਕਰਕੇ ਜੋ ਵੀ ਕੰਟਰੀ ਨੂੰ ਅੱਗੇ ਡਿਵੈਲਪਮੈਂਟ ਦੇ ਪਾਥ ਤੇ ਲੈ ਕੇ ਜਾਂਦੀਆਂ। ਸੋ ਕਿਸੇ ਵੀ ਕੰਟਰੀ ਦੇ ਵਿੱਚ ਡਿਵੈਲਪਮੈਂਟ ਦੇ ਪ੍ਰੋਸੈਸ ਨੂੰ ਇਕੱਲਾ ਪ੍ਰਾਈਵੇਟ ਸੈਕਟਰ ਦੇ ਉੱਪਰ ਜੋ ਹੈ ਉਹ ਪ੍ਰਾਈਵੇਟ ਸੈਕਟਰ ਤੱਕ ਲਿਮਿਟਡ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਪ੍ਰਾਈਵੇਟ ਸੈਕਟਰ ਜੋ ਹੈ ਉਹਦੀਆਂ ਕੁਛ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ ਕਿ ਉਹਦੇ ਵਿੱਚ ਇਨਵੈਸਟਮੈਂਟ ਇੱਕ ਲੈਵਲ ਤੋਂ ਜ਼ਿਆਦਾ ਨਹੀਂ ਹੋ ਸਕਦੀ, ਜਾਂ ਉਹਦੇ ਵਿੱਚ ਜੋ ਇੱਕ ਇੰਡੀਵਿਜੁਅਲ ਇੰਟਰਸਟ ਹੁੰਦੇ ਆ, ਪ੍ਰੋਫਿਟ ਮੇਕਿੰਗ ਦਾ ਇੰਟਰਸਟ ਆ ਜਾਂਦਾ ਹੈ, ਤੋ ਉਹਨਾਂ ਚੀਜ਼ਾਂ ਦੇ ਕਰਕੇ ਕਿਤੇ ਨਾ ਕਿਤੇ ਜੋ ਸੋਸ਼ਲ ਵੈਲਫੇਅਰ ਵਰਗੇ ਓਬਜੈਕਟਿਵਸ ਹੈਗੇ ਆ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਦੁਆਰਾ ਅਚੀਵ ਨਹੀਂ ਕੀਤਾ ਜਾ ਸਕਦਾ। ਤੋ ਇਸ ਕਰਕੇ ਕਿਸੇ ਵੀ ਕੰਟਰੀ ਦੇ ਵਿੱਚ ਪਬਲਿਕ ਐਕਸਪੈਂਡੀਚਰ ਜਿਹੜਾ ਹੈ ਉਹ ਇੱਕ ਕਰੂਸ਼ੀਅਲ ਰੋਲ ਪਲੇ ਕਰਦਾ ਹੈ। ਸੋ ਗਵਰਨਮੈਂਟ ਜੋ ਪਲੈਨਿੰਗ ਪ੍ਰੋਗਰਾਮਸ ਬਣਾਉਂਦੀ ਪ੍ਰੋਗਰਾਮਸ ਹੁੰਦੇ ਆ ਗਵਰਨਮੈਂਟ ਦੇ, ਕਿ ਪਲੈਨਡ ਵੇ ਦੇ ਨਾਲ ਅਸੀਂ ਕਿਸ ਤਰ੍ਹਾਂ ਡਿਵੈਲਪਮੈਂਟ ਕਰਨੀ ਹੈ, ਕਿਸ ਤਰ੍ਹਾਂ ਕੰਟਰੀ ਦੇ ਵਿੱਚ ਜੋ ਵੀ ਕੋਈ ਡਿਫੈਕਟਸ ਹੈਗੇ ਆ ਜਾਂ ਜਿਹਨੀਆਂ ਅਸੀਂ ਕਹਿ ਸਕਦੇ ਹਾਂ ਕਿ ਕੋਈ ਪੋਵਰਟੀ ਆ ਜਾਂ ਕੋਈ ਹੈਲਥ ਸਿਸਟਮ ਦੇ ਵਿੱਚ ਕਮੀਆਂ, ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨੀ ਆ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਜੋ ਪਲੈਨਿੰਗ ਕੀਤੀ ਜਾਂਦੀ ਹੈ ਉਹਨਾਂ ਪ੍ਰੋਗਰਾਮਸ ਨੂੰ ਰਨ ਕਰਨ ਦੇ ਲਈ ਇਹ ਪਬਲਿਕ ਐਕਸਪੈਂਡੀਚਰ ਨੂੰ ਇੱਕ ਟੂਲ ਦੇ ਤੌਰ ਤੇ ਯੂਜ਼ ਕੀਤਾ ਜਾਂਦਾ। ਸੋ ਜਿੰਨਾ ਪਬਲਿਕ ਐਕਸਪੈਂਡੀਚਰ ਜ਼ਿਆਦਾ ਹੋਏਗਾ ਔਰ ਕਿੰਨਾ ਐਕਟੀਵਿਟੀਜ਼ 'ਤੇ ਉਹ ਪਬਲਿਕ ਐਕਸਪੈਂਡੀਚਰ ਜਿਹੜਾ ਉਹ ਹੋ ਰਿਹਾ ਹੈ ਉਹਨਾਂ ਦਾ ਇੱਕ ਬਹੁਤ ਜਿਹੜਾ ਇਨਫਲੂਐਂਸ ਅਸੀਂ ਕੰਟਰੀ ਦੇ ਵਿੱਚ ਇਕਨੋਮਿਕ ਐਕਟੀਵਿਟੀਜ਼ ਦੇ ਉੱਪਰ ਦੇਖ ਸਕਦੇ ਹਾਂ। ਸੋ ਕਿਸੇ ਕੰਟਰੀ ਦੇ ਵਿੱਚ ਜਿੰਨਾ ਜ਼ਿਆਦਾ ਡਿਵੈਲਪਮੈਂਟ ਐਕਸਪੈਂਡੀਚਰ ਹੋਏਗਾ, ਜਿੰਨਾ ਜ਼ਿਆਦਾ ਇਹ ਪਬਲਿਕ ਐਕਸਪੈਂਡੀਚਰ ਡਿਵੈਲਪਮੈਂਟ ਪਰਪਸਿਸ ਦੇ ਲਈ ਹੋਏਗਾ, ਉਨੀ ਹੀ ਕੰਟਰੀ ਜ਼ਿਆਦਾ ਤੇਜ਼ੀ ਦੇ ਨਾਲ ਇਕਨੋਮਿਕਲੀ ਔਰ ਸੋਸ਼ਲੀ ਗਰੋ ਕਰੇਗੀ। ਜਿੰਨਾ ਜ਼ਿਆਦਾ ਇਹ ਖਰਚਾ ਜਿਹੜਾ ਨੋਨ ਡਿਵੈਲਪਮੈਂਟ ਪਰਪਸਿਸ ਦੇ ਲਈ ਕੀਤਾ ਜਾਏਗਾ ਉਨਾ ਹੀ ਜਿਹੜਾ ਆ ਕੰਟਰੀ ਦੇ ਵਿੱਚ ਗਰੋਥ ਦੀ ਡਿਵੈਲਪਮੈਂਟ ਦੀ ਜਿਹੜੀ ਪ੍ਰੋਸੈਸ ਹੈ ਉਹ ਸਲੋ ਹੋ ਜਾਂਦੀ ਹੈ। ਸੋ ਪਬਲਿਕ ਐਕਸਪੈਂਡੀਚਰ ਕਈ ਤਰੀਕਿਆਂ ਦੇ ਨਾਲ ਜਿਹੜੀਆਂ ਗਵਰਨਮੈਂਟਸ ਹੈਗੀਆਂ ਡਿਫਰੈਂਟ ਹਰਾਰਕੀ ਦੇ ਵਿੱਚ ਦੇਖੀਏ, ਡਿਫਰੈਂਟ ਲੈਵਲਸ ਦੇ ਉੱਪਰ ਸਟੇਟ, ਸੈਂਟਰਲ, ਸਟੇਟ ਔਰ ਲੋਕਲ ਗਵਰਨਮੈਂਟਸ, ਤੋਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜਾ ਪਬਲਿਕ ਐਕਸਪੈਂਡੀਚਰ ਕੀਤਾ ਜਾਂਦਾ ਆ, ਉਹ ਚਾਹੇ ਪਬਲਿਕ ਐਂਟਰਪ੍ਰਾਈਜ਼ ਜਿਹਨਾਂ ਨੂੰ ਕਿ ਅਸੀਂ ਗਵਰਨਮੈਂਟ ਕੰਪਨੀਜ਼ ਵੀ ਬੋਲ ਦਿੰਦੇ ਹਾਂ ਉਹਨਾਂ ਦੇ ਥਰੂ ਕੀਤਾ ਜਾਂਦਾ ਹੈ, ਜਾਂ ਪ੍ਰਾਈਵੇਟ ਸੈਕਟਰ ਨੂੰ ਸਪੋਰਟ ਪ੍ਰੋਵਾਈਡ ਕਰਨ ਲਈ ਕਿ ਕੋਈ ਪ੍ਰਾਈਵੇਟ ਕੰਪਨੀਜ਼ ਓਪਨ ਹੋ ਰਹੀਆਂ ਲੇਕਿਨ ਉਹਨਾਂ ਦੇ ਲਈ ਜੋ ਰੋਡਸ ਬਣਾਉਣੇ ਆ, ਇਨਫਰਾਸਟ੍ਰਕਚਰ ਕ੍ਰੀਏਟ ਕਰਕੇ ਦੇਣਾ, ਪਾਵਰ ਸਪਲਾਈ ਉਹਨਾਂ ਨੂੰ ਪ੍ਰੋਵਾਈਡ ਕਰਨੀ, ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਰੂਪ ਦੇ ਵਿੱਚ ਵੀ ਪਬਲਿਕ ਐਕਸਪੈਂਡੀਚਰ ਕੀਤਾ ਜਾਂਦਾ ਹੈ। ਇਨਫਰਾਸਟ੍ਰਕਚਰ ਸੋਸਾਇਟੀ ਦੇ ਵਿੱਚ ਪ੍ਰੋਵਾਈਡ ਕਰਨਾ, ਰੇਲਵੇ, ਰੋਡਸ, ਪਾਵਰ ਪ੍ਰੋਜੈਕਟਸ, ਬ੍ਰਿਜਿਸ, ਹੋਸਪਿਟਲਸ, ਸੋਸ਼ਲ ਵੈਲਫੇਅਰ ਸਕੀਮਸ ਦੇ ਉੱਪਰ, ਤੋ ਇਸ ਤਰ੍ਹਾਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜਾ ਪਬਲਿਕ ਐਕਸਪੈਂਡੀਚਰ ਹੈ ਉਹ ਅਸੀਂ ਦੇਖਦੇ ਹਾਂ ਕਿ ਗਵਰਨਮੈਂਟ ਦੇ ਦੁਆਰਾ ਕੀਤਾ ਜਾਂਦਾ। ਸੋ ਅਗਰ ਅਸੀਂ ਪਬਲਿਕ ਐਕਸਪੈਂਡੀਚਰ ਦੀਆਂ ਟਾਈਪਸ ਦੀ ਗੱਲ ਕਰੀਏ ਤਾਂ
ਅਲੱਗ ਅਲੱਗ ਓਬਜੈਕਟਿਵਸ ਦੇ ਬੇਸਿਸ ਦੇ ਉੱਪਰ ਅਸੀਂ ਇਹਨਾਂ ਨੂੰ ਕੈਟੇਗਰਾਈਜ਼ ਕਰ ਸਕਦੇ ਹਾਂ, ਡਿਫਰੈਂਟ ਕਾਈਂਡਸ ਦੇ ਵਿੱਚ ਅਸੀਂ ਡਿਵਾਈਡ ਕਰ ਸਕਦੇ ਹਾਂ। ਸੋ ਇੱਥੇ ਅਗਰ ਅਸੀਂ ਫਸਟ ਕਲਾਸੀਫਿਕੇਸ਼ਨ ਨੂੰ ਦੇਖੀਏ ਤਾਂ ਰੈਵਨਿਊ ਐਕਸਪੈਂਡੀਚਰ ਐਂਡ ਕੈਪੀਟਲ ਐਕਸਪੈਂਡੀਚਰ ਦੇ ਬੇਸਿਸ ਦੇ ਉੱਪਰ ਅਸੀਂ ਪਬਲਿਕ ਐਕਸਪੈਂਡੀਚਰ ਨੂੰ ਕੈਟੇਗਰਾਈਜ਼ ਕਰ ਸਕਦੇ ਹਾਂ। ਹੁਣ ਰੈਵਨਿਊ ਐਕਸਪੈਂਡੀਚਰ ਦਾ ਮਤਲਬ ਹੁੰਦਾ ਆ ਉਹਨਾਂ ਐਕਟੀਵਿਟੀਜ਼ ਤੇ ਗਵਰਨਮੈਂਟ ਦੇ ਦੁਆਰਾ ਕੀਤਾ ਗਿਆ ਖਰਚ ਜਿਨ੍ਹਾਂ ਦੇ ਨਾਲ ਨਾ ਤੇ ਗਵਰਨਮੈਂਟ ਦੀ ਕੋਈ ਐਸੈਟ ਕ੍ਰੀਏਟ ਹੋਈ ਆ ਨਾ ਗਵਰਨਮੈਂਟ ਦੀ ਕੋਈ ਲਾਇਬਿਲਿਟੀ ਰਿਡਿਊਸ ਹੋਈ ਆ। ਹੁਣ ਐਸੈਟ ਕ੍ਰੀਏਟ ਗਵਰਨਮੈਂਟ ਦੇ ਲਈ ਹੋਣਾ ਤੇ ਗਵਰਨਮੈਂਟ ਦੀ ਲਾਇਬਿਲਿਟੀ ਡਿਕਰੀਜ਼ ਹੋਣ ਦਾ ਮਤਲਬ ਕੀ ਹੈ ਕਿ ਅਗਰ ਗਵਰਨਮੈਂਟ ਕੋਈ ਖਰਚਾ ਕਰ ਰਹੀ ਹੈ, ਸਪੋਜ ਗਵਰਨਮੈਂਟ ਨੇ ਕੋਈ ਕਿਸੇ ਕੰਪਨੀ ਦੇ ਵਿੱਚ ਜਾਂ ਕਿਸੇ ਜਗ੍ਹਾ ਦੇ ਉੱਪਰ ਮਾਰਕੀਟ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਕਿਤੇ ਇਕੁਇਟੀ ਜੋ ਹੈ ਉਹ ਪਾਰਟਨਰਸ਼ਿਪ ਕੀਤੀ ਆ, ਕੋਈ ਇਕੁਇਟੀ ਖਰੀਦੀ ਆ, ਕੋਈ ਇਨਵੈਸਟਮੈਂਟ ਕੀਤੀ ਜਿਹਦੇ ਤੋਂ ਕਿ ਗਵਰਨਮੈਂਟ ਨੂੰ ਰਿਟਰਨ ਆਏਗੀ, ਜਿਹਦੇ ਤੋਂ ਉਸਨੂੰ ਕੋਈ ਗੇਨ ਹੋਏਗਾ, ਤੋ ਉਹਦਾ ਮਤਲਬ ਹੈ ਕਿ ਗਵਰਨਮੈਂਟ ਨੇ ਆਪਣੀ ਸੰਪੱਤੀ ਬਣਾਈ ਆ, ਐਸੈਟ ਕ੍ਰੀਏਟ ਕੀਤੀ ਆ, ਉਸ ਖਰਚੇ ਦੇ ਨਾਲ ਉਹ ਖਰਚਾ ਬੇਕਾਰ ਨਹੀਂ ਗਿਆ, ਉਹਦੇ ਬਦਲੇ ਦੇ ਵਿੱਚ ਕੋਈ ਨਾ ਕੋਈ ਜੋ ਹੈ ਗਵਰਨਮੈਂਟ ਨੂੰ ਰਿਟਰਨ ਦੇ ਵਿੱਚ ਉਹਦੇ ਤੋਂ ਬੈਨੀਫਿਟ ਹੋ ਰਿਹਾ ਹੈ। ਸੋ ਅਗਰ ਅਸੀਂ ਲਾਇਬਿਲਿਟੀ ਦੀ ਗੱਲ ਕਰੀਏ, ਲਾਇਬਿਲਿਟੀ ਰਿਡਕਸ਼ਨ ਦੀ, ਤਾਂ ਲਾਇਬਿਲਿਟੀ ਰਿਡਕਸ਼ਨ ਨੂੰ ਅਸੀਂ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਫੋਰ ਐਗਜ਼ਾਮਪਲ ਗਵਰਨਮੈਂਟ ਨੇ ਖਰਚਾ ਕੀਤਾ, ਖਰਚਾ ਕਿਸ ਚੀਜ਼ 'ਤੇ ਕੀਤਾ, ਉਹਨਾਂ ਨੇ ਆਪਣੇ ਲੋਨ ਦੀ ਰੀਪੇਮੈਂਟ ਕੀਤੀ, ਕੋਈ ਗਵਰਨਮੈਂਟ ਨੇ ਲੋਨ ਲਿਆ ਸੀਗਾ ਕਿਸੇ ਕੰਮ ਲਈ, ਉਸ ਲੋਨ ਦੀ ਰੀਪੇਮੈਂਟ ਕਰਤੀ, ਹੁਣ ਉਹਦੇ ਨਾਲ ਕੀ ਹੋਇਆ ਗਵਰਨਮੈਂਟ ਦੀ ਜਿਹੜੀ ਦੇਣਦਾਰੀ ਸੀ, ਲਾਇਬਿਲਿਟੀ ਸੀ, ਉਹ ਘੱਟ ਗਈ, ਉਨਾ ਅਮਾਊਂਟ ਘੱਟ ਗਿਆ, ਤਾਂ ਉਹ ਖਰਚਾ ਇੱਕ ਅੱਛਾ ਖਰਚਾ ਆਪਾਂ ਕਹਿ ਸਕਦੇ ਹਾਂ ਕਿ ਲਾਇਬਿਲਿਟੀ ਰਿਡਿਊਸ ਹੋਈ ਆ ਗਵਰਨਮੈਂਟ ਦੀ ਜੋ ਦੇਣਦਾਰੀ ਸੀ। ਤਾਂ ਲੇਕਿਨ ਜਦੋਂ ਰੈਵਨਿਊ ਐਕਸਪੈਂਡੀਚਰ ਦੀ ਗੱਲ ਕਰਦੇ ਹਾਂ ਤਾਂ ਰੈਵਨਿਊ ਐਕਸਪੈਂਡੀਚਰ ਕਰਨ ਦੇ ਨਾਲ ਨਾ ਤਾਂ ਗਵਰਨਮੈਂਟ ਦੀ ਕੋਈ ਐਸੈਟ ਕ੍ਰੀਏਟ ਹੁੰਦੀ ਆ, ਨਾ ਹੀ ਗਵਰਨਮੈਂਟ ਦੀ ਕੋਈ ਲਾਇਬਿਲਿਟੀ ਰਿਡਿਊਸ ਹੁੰਦੀ। ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਡਿਵੈਲਪਮੈਂਟ ਪਰਪਸ ਦੇ ਤੌਰ ਤੇ ਅਗਰ ਦੇਖੀਏ ਤਾਂ ਇਕੋਨਮੀ ਦੇ ਵਿੱਚ ਇਸ ਤਰ੍ਹਾਂ ਦੇ ਖਰਚੇ ਦਾ ਕੋਈ ਜ਼ਿਆਦਾ ਬੈਨੀਫਿਟ ਸਾਨੂੰ ਦੇਖਣ ਨੂੰ ਨਹੀਂ ਮਿਲੇਗਾ। ਦੂਸਰੇ ਪਾਸੇ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰੀਏ ਤਾਂ ਕੈਪੀਟਲ ਐਕਸਪੈਂਡੀਚਰ ਨਾਮ ਤੋਂ ਹੀ ਕਲੀਅਰ ਆ ਕਿ ਕੈਪੀਟਲ ਦਾ ਮਤਲਬ ਕਿ ਕੋਈ ਜਿਹਦੇ ਵਿੱਚ ਜਿਹਦੇ ਨਾਲ ਕੀ ਹੋ ਰਿਹਾ ਕਿ ਪ੍ਰੋਡਕਸ਼ਨ ਐਨਹੈਂਸ ਹੋ ਰਹੀ ਹੈ ਇਕੋਨਮੀ ਦੇ ਵਿੱਚ, ਕਿਸੇ ਤਰ੍ਹਾਂ ਕੋਈ ਜੋ ਕਹਿ ਸਕਦੇ ਹਾਂ ਕਿ ਕੈਪੀਟਲ ਇਨਕਰੀਜ਼ ਹੋਏਗੀ ਅਗਰ ਕੈਪੀਟਲ ਐਕਸਪੈਂਡੀਚਰ ਕੰਟਰੀ ਦੇ ਵਿੱਚ ਕੀਤਾ ਜਾਂਦਾ। ਸੋ ਦੈਟ ਮੀਨਸ ਕਿ ਇਹਦੇ ਨਾਲ ਜਾਂ ਤੇ ਗਵਰਨਮੈਂਟ ਦੀ ਕੋਈ ਐਸੈਟ ਕ੍ਰੀਏਟ ਹੋ ਰਹੀ ਆ ਜਾਂ ਫਿਰ ਲਾਇਬਿਲਿਟੀ ਦੇ ਵਿੱਚ ਜੋ ਹੈ ਉਹ ਰਿਡਕਸ਼ਨ ਹੋ ਰਹੀ ਆ। ਤੋ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਐਗਜ਼ਾਮਪਲ ਡਿਸਕਸ ਕੀਤੀ ਕਿ ਅਗਰ ਗਵਰਨਮੈਂਟ ਨੇ ਸਪੋਜ਼ ਕੋਈ ਲੋਨ ਰੀਪੇ ਕੀਤਾ, ਉਹਦੇ ਨਾਲ ਕੀ ਹੋਇਆ ਹੁਣ ਗਵਰਨਮੈਂਟ ਦਾ ਲੋਨ ਅਮਾਊਂਟ ਜਿਹੜਾ ਪੇ ਕਰਨ ਵਾਲਾ ਸੀ ਉਹ ਘੱਟ ਗਿਆ, ਉਹਦੀ ਲਾਇਬਿਲਿਟੀ ਰਿਡਿਊਸ ਹੋ ਗਈ। ਐਸੈਟ ਕ੍ਰੀਏਸ਼ਨ ਦੀ ਗੱਲ ਕਰੀਏ, ਗਵਰਨਮੈਂਟ ਨੇ ਕਿਸੇ ਇੱਦਾਂ ਦੀ ਜਗ੍ਹਾ ਤੇ ਪੈਸਾ ਜਿਹੜਾ ਆ ਖਰਚ ਕੀਤਾ ਜਿਹਦੇ ਨਾਲ ਉਹਨੂੰ ਬਾਅਦ ਵਿੱਚ ਕੋਈ ਇਨਕਮ ਆਉਣੀ ਸ਼ੁਰੂ ਹੋ ਜਾਏ। ਸਪੋਜ਼ ਕਿਸੇ ਡੋਮੈਸਟਿਕ ਜਾਂ ਮਲਟੀਨੈਸ਼ਨਲ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੇ ਕੋਈ ਸ਼ੇਅਰ ਖਰੀਦ ਲਏ, ਕੋਈ ਆਪਣਾ ਹਿੱਸੇਦਾਰੀ ਪਾ ਲਈ, ਜਿਹਦੇ ਨਾਲ ਕੀ ਹੋਏਗਾ ਕਿ ਉਹਨਾਂ ਨੂੰ ਇਨਕਮ ਜਿਹੜੀ ਹੈਗੀ ਆ ਆਉਣੀ ਸ਼ੁਰੂ ਹੋ ਜਾਏਗੀ। ਤੋ ਇਹ ਇੱਕ ਵੇਸਟਫੁਲ ਐਕਸਪੈਂਡੀਚਰ ਨਹੀਂ ਹੋਏਗਾ, ਬਲਕਿ ਇਹ ਗਵਰਨਮੈਂਟ ਦੇ ਲਈ ਇੱਕ ਐਸੈਟ ਬਣ ਜਾਏਗੀ, ਇੱਕ ਇਨਕਮ ਦਾ ਜ਼ਰੀਆ ਬਣ ਜਾਏਗਾ। ਤੋ ਇਹ ਇੱਕ ਅੱਛਾ ਖਰਚਾ ਅਸੀਂ ਕਹਿ ਸਕਦੇ ਹਾਂ। ਸੋ ਅਗਰ ਨੈਕਸਟ ਕਲਾਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਅਸੀਂ ਪਬਲਿਕ ਐਕਸਪੈਂਡੀਚਰ ਨੂੰ ਡਿਵੈਲਪਮੈਂਟ ਐਕਸਪੈਂਡੀਚਰ ਐਂਡ ਨੋਨ ਡਿਵੈਲਪਮੈਂਟ ਐਕਸਪੈਂਡੀਚਰ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਹੁਣ ਡਿਵੈਲਪਮੈਂਟ ਐਕਸਪੈਂਡੀਚਰ ਨਾਮ ਤੋਂ ਹੀ ਕਲੀਅਰ ਆ ਕਿ ਜਿਹੜੇ ਐਕਸਪੈਂਡੀਚਰ ਦੇ ਨਾਲ ਕੰਟਰੀ ਦੇ ਵਿੱਚ ਡਿਵੈਲਪਮੈਂਟ ਹੋਵੇ, ਗਰੋਥ ਹੋਵੇ, ਇਕਨੋਮਿਕ ਸੋਸ਼ਲ ਗਰੋਥ ਹੋਵੇ, ਜਿਸ ਤਰ੍ਹਾਂ ਗਵਰਨਮੈਂਟ ਐਜੂਕੇਸ਼ਨ ਤੇ ਪੈਸਾ ਖਰਚ ਕਰ ਰਹੀ ਆ, ਨਿਊ ਸਕੂਲਸ, ਕਾਲਜਿਸ, ਯੂਨੀਵਰਸਿਟੀਜ਼ ਬਣਾ ਰਹੀ ਆ, ਰਿਸਰਚ ਸੈਂਟਰਸ ਡਿਵੈਲਪ ਕਰ ਰਹੀ ਆ, ਹੈਲਥ ਫੈਸਿਲਿਟੀਜ਼ ਪ੍ਰੋਵਾਈਡ ਕਰਨ ਲਈ ਹੋਸਪਿਟਲਸ ਬਣਾਏ ਜਾ ਰਹੇ ਆ, ਮੈਡੀਕਲ ਕਾਲਜਿਸ ਬਣਾਏ ਜਾ ਰਹੇ ਆ, ਇੰਡਸਟਰੀਅਲ ਜਿਹੜੀਆਂ ਕੈਪੀਟਲ ਗੁਡਸ ਦੀ ਪ੍ਰੋਡਕਸ਼ਨ ਇਨਕਰੀਜ਼ ਕਰਨ ਲਈ ਇੰਡਸਟਰੀ ਐਸਟੈਬਲਿਸ਼ ਕੀਤੀ ਜਾ ਰਹੀ ਆ, ਐਗਰੀਕਲਚਰ ਦੀ ਮਾਡਰਨਾਈਜੇਸ਼ਨ, ਟਰਾਂਸਪੋਰਟ ਫੈਸਿਲਿਟੀਜ਼, ਇਨਫਰਾਸਟਰਕਚਰਲ ਡਿਵੈਲਪਮੈਂਟ। ਤੋਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਡਿਵੈਲਪਮੈਂਟ ਐਕਸਪੈਂਡੀਚਰ। ਨੋਨ ਡਿਵੈਲਪਮੈਂਟ ਐਕਸਪੈਂਡੀਚਰ ਦੀ ਗੱਲ ਕਰੀਏ ਜਿਹਦੇ ਨਾਲ ਕਿ ਗਵਰਨਮੈਂਟ ਦੇ ਵਿੱਚ ਕੋਈ ਗਵਰਨਮੈਂਟ ਤੋਂ ਕੋਈ ਵੀ ਜਿਹੜੀ ਐਸੈਟ ਕ੍ਰੀਏਸ਼ਨ ਹੈਗੀ ਆ ਉਹ ਨਹੀਂ। ਸੋ ਨੋਨ ਡਿਵੈਲਪਮੈਂਟ ਐਕਸਪੈਂਡੀਚਰ ਦਾ ਮਤਲਬ ਕੀ ਹੈਗਾ ਕਿ ਜਿਹੜਾ ਐਸੀਆਂ ਐਕਟੀਵਿਟੀਜ਼ ਤੇ ਖਰਚ ਕੀਤਾ ਜਾ ਰਿਹਾ ਜਿਹਦੇ ਨਾਲ ਕਿ ਕੋਈ ਵੀ ਗਵਰਨਮੈਂਟ ਨੂੰ ਕੰਟਰੀ ਦੇ ਵਿੱਚ ਡਿਵੈਲਪਮੈਂਟ ਦੇ ਲਈ ਹੈਲਪ ਨਹੀਂ ਮਿਲ ਰਹੀ। ਸੋ ਇਸ ਖਰਚੇ ਦੀ ਐਗਜ਼ਾਮਪਲ ਦੇ ਤੌਰ ਤੇ ਅਗਰ ਦੇਖੀਏ
ਟੈਕਸਿਸ ਨੂੰ ਕਲੈਕਟ ਕਰਨ ਤੇ ਜੋ ਇੰਨਾ ਪੈਸਾ ਖਰਚ ਹੋ ਰਿਹਾ, ਲੋਨਸ ਦੀ ਇੰਟਰਸਟ ਪੇਮੈਂਟ ਅਸੀਂ ਕਰ ਰਹੇ ਹਾਂ, ਤਾਂ ਉਹ ਇੰਟਰਸਟ ਦੇ ਨਾਲ ਕੰਟਰੀ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਉਹ ਪੈਨਸ਼ਨਸ ਦੇ ਰਹੇ ਆ ਜਾਂ ਸਬਸਿਡੀਜ਼ ਪ੍ਰੋਵਾਈਡ ਕਰ ਰਹੇ ਆ, ਪੁਲਿਸ ਐਡਮਿਨਿਸਟ੍ਰੇਸ਼ਨ ਦੇ ਉੱਪਰ ਖਰਚਾ, ਤਾਂ ਇਹਨਾਂ ਤੋਂ ਕੋਈ ਵੀ ਗਵਰਨਮੈਂਟ ਨੂੰ ਰਿਟਰਨ ਨਹੀਂ ਮਿਲਣੀ, ਸੋ ਇਸ ਕਰਕੇ ਇਹਨੂੰ ਅਸੀਂ ਨੋਨ ਡਿਵੈਲਪਮੈਂਟ ਐਕਸਪੈਂਡੀਚਰ ਦੀ ਕੈਟੇਗਰੀ ਦੇ ਵਿੱਚ ਰੱਖਦੇ ਹਾਂ। ਸੋ ਪਲੈਨ ਐਂਡ ਨੋਨ ਪਲੈਨ ਐਕਸਪੈਂਡੀਚਰ ਦੇ ਵਿੱਚ ਵੀ ਅਸੀਂ ਕੈਟੇਗਰਾਈਜ਼ ਕਰ ਸਕਦੇ ਹਾਂ ਪਬਲਿਕ ਐਕਸਪੈਂਡੀਚਰ ਨੂੰ। ਤਾਂ ਪਲੈਨ ਐਕਸਪੈਂਡੀਚਰ ਜਿਸ ਤਰ੍ਹਾਂ ਯੂ ਆਲ ਨੋ ਕਿ ਇੰਡੀਆ ਦੇ ਵਿੱਚ ਜਿਹੜਾ 5-year ਪਲੈਨਿੰਗ ਦਾ ਜੋ ਸਿਸਟਮ ਸੀਗਾ ਉਹ ਅਡੋਪਟ ਕੀਤਾ ਗਿਆ ਸੀ ਐਟ ਦ ਟਾਈਮ ਆਫ ਇੰਡੀਪੈਂਡੈਂਸ। ਸੋ 5-year ਪਲੈਨਸ ਦੇ ਵਿੱਚ ਕੀ ਸੀਗਾ ਕਿ 5 ਸਾਲ ਦੇ ਲਈ ਇੱਕ ਪਲੈਨ ਬਣਾ ਲਿਆ ਜਾਂਦਾ ਸੀ, ਅਲੱਗ ਅਲੱਗ ਸੈਕਟਰਸ ਦੇ ਲਈ ਟਾਰਗੇਟਸ ਸੈੱਟ ਕਰ ਲਏ ਜਾਂਦੇ ਸੀ ਕਿ ਇਸ ਸੈਕਟਰ ਦੇ ਵਿੱਚ ਆਹ ਗੋਲਸ ਅਚੀਵ ਕਰਨੇ ਆ ਵਿਦ ਇਨ ਨੈਕਸਟ 5 ਈਅਰਸ। ਤਾਂ ਉਹਦੇ ਅਕੋਰਡਿੰਗਲੀ ਅਲੱਗ ਅਲੱਗ ਸੈਕਟਰਸ ਦੇ ਅਲੱਗ ਅਲੱਗ ਚੀਜ਼ਾਂ ਦੇ ਉੱਪਰ ਨੀਡ ਦੇ ਅਕੋਰਡਿੰਗ ਪਹਿਲੇ ਹੀ ਖਰਚਾ ਜਿਹੜਾ ਡਿਸਾਈਡ ਕਰ ਲਿਆ ਜਾਂਦਾ ਸੀ ਕਿ ਇਸ ਸੈਕਟਰ ਸਪੈਸੀਫਿਕਲੀ ਐਗਰੀਕਲਚਰ ਤੇ ਜਾਂ ਇੰਡਸਟਰੀ ਤੇ ਅਸੀਂ ਇੰਨਾ ਪੈਸਾ ਖਰਚ ਕਰਨਾ ਇਹਦੀ ਡਿਵੈਲਪਮੈਂਟ ਦੇ ਲਈ। ਤਾਂ ਜਦੋਂ ਇਸ ਤਰ੍ਹਾਂ ਇੱਕ ਪਹਿਲਾਂ ਪ੍ਰੀ ਪਲੈਨਡ ਵੇ ਦੇ ਨਾਲ ਗਵਰਨਮੈਂਟ ਐਕਸਪੈਂਡੀਚਰ ਕਰਦੀ ਆ ਤਾਂ ਇਹਨੂੰ ਅਸੀਂ ਪਲੈਨਡ ਐਕਸਪੈਂਡੀਚਰ ਕਹਿੰਦੇ ਹਾਂ। ਹੁਣ ਕਈ ਵਾਰ ਕੰਟਰੀ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਹੈਪਨਿੰਗਸ ਹੋ ਜਾਂਦੀਆਂ ਜਾਂ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਅਨਪ੍ਰੈਸੀਡੈਂਟ ਸਿਚੁਏਸ਼ਨਸ ਆ ਜਾਂਦੀਆਂ ਜਿਨ੍ਹਾਂ ਦੇ ਵਿੱਚ ਗਵਰਨਮੈਂਟ ਨੂੰ ਨੋਨ ਪਲੈਨ ਐਕਸਪੈਂਡੀਚਰ ਵੀ ਕਰਨਾ ਪੈ ਜਾਂਦਾ। ਤਾਂ ਕਈ ਵਾਰ ਸਬਸਿਡੀਜ਼ ਪ੍ਰੋਵਾਈਡ ਕਰਨੀਆਂ, ਲੋਨਸ ਗ੍ਰਾਂਟ ਜਾਂ ਗ੍ਰਾਂਟਸ ਦੇਣੀਆਂ, ਜਾਂ ਪੁਲਿਸ ਤੇ ਐਕਸਪੈਂਸਿਸ ਜ਼ਿਆਦਾ ਕਰਨੇ, ਜਾਂ ਕੋਈ ਇੱਦਾਂ ਦੀ ਨੈਚੁਰਲ ਕੈਲਮਿਟੀ ਕੰਟਰੀ ਦੇ ਵਿੱਚ ਉਹਦੀ ਕੋਈ ਡਿਜ਼ਾਸਟਰ ਇੱਦਾਂ ਦਾ ਹੋ ਗਿਆ, ਤਾਂ ਉਹਦੀ ਮੈਨੇਜਮੈਂਟ ਦੇ ਲਈ ਗਵਰਨਮੈਂਟ ਨੂੰ ਨੋਨ ਪਲੈਨ ਐਕਸਪੈਂਡੀਚਰ ਵੀ ਕਰਨੇ ਪੈਂਦੇ ਆ। ਸੋ ਇਸ ਤੋਂ ਇਲਾਵਾ ਅਸੀਂ ਇੱਕ ਫਰਦਰ ਹੋਰ ਕਾਇੰਡ ਦੇ ਤੌਰ ਤੇ ਗੱਲ ਕਰੀਏ ਤਾਂ ਪਬਲਿਕ ਐਕਸਪੈਂਡੀਚਰ ਨੂੰ ਅਸੀਂ ਟ੍ਰਾਂਸਫਰ ਪੇਮੈਂਟ ਐਂਡ ਨੋਨ ਟ੍ਰਾਂਸਫਰ ਪੇਮੈਂਟ ਐਕਸਪੈਂਡੀਚਰ ਦੇ ਫੋਰਮ ਦੇ ਵਿੱਚ ਵੀ ਸਟੱਡੀ ਕਰ ਸਕਦੇ ਹਾਂ। ਸੋ ਟ੍ਰਾਂਸਫਰ ਪੇਮੈਂਟ ਐਕਸਪੈਂਡੀਚਰ ਦੀ ਗੱਲ ਕਰੀਏ ਤੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਗਵਰਨਮੈਂਟ ਨੂੰ ਕੋਈ ਵੀ ਗੁੱਡਸ ਐਂਡ ਸਰਵਿਸਿਜ਼ ਬਦਲੇ ਦੇ ਵਿੱਚ ਨਹੀਂ ਮਿਲਦੀਆਂ। ਸੋ ਇਹਦਾ ਮਤਲਬ ਕੀ ਹੈਗਾ ਆ ਕਿ ਇਟ ਰੈਫਰਸ ਟੂ ਦੈਟ ਐਕਸਪੈਂਡੀਚਰ ਬਾਏ ਦ ਗਵਰਨਮੈਂਟ ਵਿਚ ਇਜ਼ ਨੋਟ ਰਿਲੇਟਿਡ ਟੂ ਦ ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਔਰ ਜਨਰੇਸ਼ਨ ਆਫ ਇਨਕਮ ਇਨ ਦ ਇਕੋਨਮੀ। ਫੋਰ ਐਗਜ਼ਾਮਪਲ ਪੈਨਸ਼ਨ ਦੇ ਦਿੱਤੀ, ਅਨਇੰਪਲੋਇਮੈਂਟ ਅਲਾਇੰਸ ਦੇ ਦਿੱਤਾ, ਤੋ ਇਹਦੇ ਸਕਾਲਰਸ਼ਿਪਸ ਦੇ ਦਿੱਤੀਆਂ ਬੱਚਿਆਂ ਨੂੰ, ਉਹਦੇ ਬਦਲੇ ਚ ਗਵਰਨਮੈਂਟ ਨੂੰ ਕੋਈ ਰਿਟਰਨ ਦੇ ਵਿੱਚ ਉਹਨਾਂ ਲੋਕਾਂ ਤੋਂ ਕੋਈ ਸਰਵਿਸ ਨਹੀਂ ਮਿਲ ਰਹੀ, ਕੋਈ ਗੁੱਡਸ ਦੀ ਪ੍ਰੋਡਕਸ਼ਨ ਨਹੀਂ ਹੋ ਕੇ ਮਿਲ ਰਹੀ। ਤੋ ਇਹਦਾ ਮਤਲਬ ਕੀ ਹੈ, ਵਨ ਸਾਈਡਡ ਟ੍ਰਾਂਸਫਰ ਆ ਪੇਮੈਂਟ ਦਾ, ਗਵਰਨਮੈਂਟ ਤੋਂ ਪਬਲਿਕ ਦੀ ਤਰਫ ਟ੍ਰਾਂਸਫਰ ਹੋ ਗਈ ਇਨਕਮ, ਉਹਦੇ ਬਦਲੇ ਚ ਰਿਟਰਨ ਕੁਛ ਨਹੀਂ ਮਿਲਿਆ ਗਵਰਨਮੈਂਟ ਨੂੰ। ਤੋ ਇਸ ਤਰ੍ਹਾਂ ਇਸ ਕਰਕੇ ਇਹਨੂੰ ਕਿਹਾ ਜਾਂਦਾ ਟ੍ਰਾਂਸਫਰ ਪੇਮੈਂਟ ਐਕਸਪੈਂਡੀਚਰ, ਨੋਨ ਟ੍ਰਾਂਸਫਰ ਪੇਮੈਂਟ। ਹੁਣ ਅਸੀਂ ਇੱਥੇ ਇੱਕ ਸਿੰਪਲ ਜਿਹੀ ਐਗਜ਼ਾਮਪਲ ਨਾਲ ਸਮਝ ਸਕਦੇ ਹਾਂ ਕਿ ਇੱਕ ਸੈਲਰੀਡ ਪਰਸਨ ਆ, ਉਹ ਪਰਸਨ ਆਪਣੀ ਸਰਵਿਸ ਦੇ ਰਿਹਾ ਗਵਰਨਮੈਂਟ ਨੂੰ, ਉਹਦੇ ਬਦਲੇ ਚ ਉਹਨੂੰ ਹਰ ਮਹੀਨੇ ਸੈਲਰੀ ਮਿਲ ਰਹੀ ਹੈ, ਦੈਟ ਇਜ਼ ਨੋਨ ਟ੍ਰਾਂਸਫਰ ਪੇਮੈਂਟ, ਕਿਉਂਕਿ ਉਹ ਐਕਸਚੇਂਜ ਕਰ ਰਿਹਾ ਸਰਵਿਸ ਨੂੰ, ਪਰਸਨ ਸਰਵਿਸ ਦੇ ਰਿਹਾ ਉਹਦੇ ਬਦਲੇ ਚ ਉਹਨੂੰ ਗਵਰਨਮੈਂਟ ਪੇ ਕਰ ਰਹੀ ਐਕਸਪੈਂਡੀ, ਉਹ ਗਵਰਨਮੈਂਟ ਦਾ ਐਕਸਪੈਂਡੀਚਰ ਹੋ ਗਿਆ। ਦੂਜੇ ਪਾਸੇ ਇੱਕ ਰਿਟਾਇਰਡ ਪਰਸਨ ਆ ਜਿਹਨੂੰ ਗਵਰਨਮੈਂਟ ਪੈਨਸ਼ਨ ਦੇ ਰਹੀ, ਉਹਨੂੰ ਸਰਵਿਸ ਤਾਂ ਨਹੀਂ ਕਰ ਰਿਹਾ, ਕੋਈ ਆਪਣੀ ਸਰਵਿਸ ਪ੍ਰੋਵਾਈਡ ਨਹੀਂ ਕਰ ਰਿਹਾ ਗਵਰਨਮੈਂਟ ਨੂੰ, ਬਟ ਸਟਿਲ ਗਵਰਨਮੈਂਟ ਉਹਨੂੰ ਪੈਨਸ਼ਨ ਦੇ ਰਹੀ ਹੈ ਤੇ ਗਵਰਨਮੈਂਟ ਖਰਚਾ ਕਰ ਰਹੀ ਹੈ। ਤੋ ਜਦੋਂ ਤੇ ਬਦਲੇ ਦੇ ਵਿੱਚ ਕੋਈ ਰਿਟਰਨ ਮਿਲ ਰਹੀ ਹੈ, ਚਾਹੇ ਉਹ ਗੁੱਡਸ ਐਂਡ ਸਰਵਿਸਿਜ਼ ਦੀ ਫਾਰਮ ਦੇ ਵਿੱਚ ਹੈ, ਤਾਂ ਉਦੋਂ ਅਸੀਂ ਉਹਨੂੰ ਬੋਲਦੇ ਹਾਂ ਨੋਨ ਟ੍ਰਾਂਸਫਰ ਪੇਮੈਂਟ ਐਕਸਪੈਂਡੀਚਰ। ਪ੍ਰੋਗਰੈਸਿਵ ਐਂਡ ਰਿਗਰੈਸਿਵ ਪਬਲਿਕ ਐਕਸਪੈਂਡੀਚਰ, ਅਗਰ ਤੇ ਗਵਰਨਮੈਂਟ ਦੇ ਖਰਚੇ ਦੇ ਨਾਲ ਇਕਨੋਮੀ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ, ਗਰੋਥ ਹੋ ਰਹੀ ਹੈ, ਤਾਂ ਉਹ ਹੈ ਪ੍ਰੋਗਰੈਸਿਵ ਐਕਸਪੈਂਡੀਚਰ। ਜਿੱਦਾਂ ਇੰਫਰਾਸਟਰਕਚਰ ਡਿਵੈਲਪ ਕਰਤਾ, ਐਜੂਕੇਸ਼ਨ ਤੇ ਖਰਚਾ ਕਰਤਾ, ਹੈਲਥ ਸੈਕਟਰ 'ਚ ਖਰਚਾ ਕਰਤਾ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਪੋਵਰਟੀ ਐਲੀਵੀਏਸ਼ਨ ਸਕੀਮਸ ਆ, ਪੋਵਰਟੀ ਦੇ ਇਸ਼ੂ ਖਤਮ ਕਰਨੀ, ਅਨਇੰਪਲੋਇਮੈਂਟ ਨੂੰ ਖਤਮ ਕਰਨ ਲਈ ਇੰਪਲੋਇਮੈਂਟ ਜਨਰੇਸ਼ਨ ਸਕੀਮਸ 'ਤੇ ਪੈਸਾ ਖਰਚਣਾ, ਤਾਂ ਇਹ ਹੈਗੀ ਹੈ ਪ੍ਰੋਗਰੈਸਿਵ ਐਕਸਪੈਂਡੀਚਰ ਦੀਆਂ ਐਗਜ਼ਾਮਪਲਸ। ਰਿਗਰੈਸਿਵ ਐਕਸਪੈਂਡੀਚਰ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਖਰਚਾ ਗਵਰਨਮੈਂਟ ਦੁਆਰਾ ਕਰਨਾ ਜਿਹਦੇ ਨਾਲ ਕਿ ਪੂਅਰ ਸੈਕਸ਼ਨ ਨੂੰ ਨਹੀਂ, ਨੀਡੀ ਸੈਕਸ਼ਨ ਨੂੰ ਨਹੀਂ, ਬਲਕਿ ਜਿਹੜੀ ਰਿਚ ਸੁਸਾਇਟੀ ਹੈਗੀ ਆ, ਰਿਚ ਕਲਾਸ ਆ ਇਕੋਨਮੀ ਦੇ ਵਿੱਚ, ਉਹਨਾਂ ਨੂੰ ਫਾਇਦਾ ਮਿਲ ਰਿਹਾ। ਤਾਂ ਇਸ ਤਰ੍ਹਾਂ ਦੇ ਅਗਰ ਅਸੀਂ ਗੱਲ ਕਰੀਏ ਖਰਚੇ ਦੀ, ਤਾਂ ਉਹਨੂੰ ਅਸੀਂ ਰਿਗਰੈਸਿਵ ਐਕਸਪੈਂਡੀਚਰ ਕਹਿੰਦੇ ਹਾਂ। ਤਾਂ ਜਿੱਦਾਂ ਗਵਰਨਮੈਂਟ ਸਪੋਜ਼ ਕਲੱਬਸ ਬਣਾ ਰਹੀ ਆ, ਗੋਲਫ ਕੋਰਸਿਸ, 5-star ਹੋਟਲਸ, ਮਿਊਜ਼ੀਅਮਸ, ਤੋ ਇਹਦਾ ਡਾਇਰੈਕਟਲੀ ਕੋਈ ਜਿਹੜੀ ਪੂਅਰ ਸੈਕਸ਼ਨ ਆਫ ਸੋਸਾਇਟੀ ਜਾਂ ਮਿਡਲ ਕਲਾਸ, ਉਹਨੂੰ ਕੋਈ ਵੀ ਬੈਨੀਫਿਟ ਇਹਦੇ ਤੋਂ ਨਹੀਂ ਮਿਲ ਪਾ ਰਿਹਾ। ਤੋ ਇਹ ਸਿਰਫ ਰਿਚ ਕਲਾਸ ਨੂੰ ਸਰਵ ਕਰ ਰਹੀ ਹੈ। ਇਸ ਤਰ੍ਹਾਂ ਦੇ ਖਰਚੇ ਨੂੰ ਅਸੀਂ ਬੋਲਦੇ ਹਾਂ ਰਿਗਰੈਸਿਵ ਐਕਸਪੈਂਡੀਚਰ। ਹੁਣ ਕਿਸੇ ਵੀ ਕੰਟਰੀ ਦੇ ਵਿੱਚ ਅਸੀਂ ਅਗਰ ਪਬਲਿਕ ਐਕਸਪੈਂਡੀਚਰ ਦੇ ਰੋਲ ਦੀ ਗੱਲ ਕਰੀਏ ਕਿ ਕੀ ਇੰਪੋਰਟੈਂਸ ਰਹਿੰਦੀ ਆ ਪਬਲਿਕ ਐਕਸਪੈਂਡੀਚਰ ਦੀ, ਤੇ ਕਿਸੇ ਵੀ ਕੰਟਰੀ ਦੇ ਲਈ ਪਬਲਿਕ ਐਕਸਪੈਂਡੀਚਰ ਇੱਕ ਬਹੁਤ ਹੀ ਇੰਪੋਰਟੈਂਟ ਸਿਗਨੀਫਿਕੈਂਟ ਰੋਲ ਪਲੇ ਕਰਦਾ। ਤੋ
इकोनॉमिक ग्रोथ दे इंक्रीज दी गल करिए तो गवर्नमेंट पब्लिक एक्सपेंडिचर दे थ्रू इकोनॉमिक ग्रोथ दे जिहड़े गोल नूं अचीव करदी है। सो कंट्री दे विच जदों इंफ्रास्ट्रक्चर दी डिवेलपमेंट हुंदी आ, एजुकेशन नूं प्रमोट कीता जांदा या इस तरह दी होर डिवेलपमेंट परपसेस दे लई खर्चे कीते जांदे ते इन्हां सारियां चीज़ां दे नाल ओवरऑल कंट्री दी इकोनॉमिक ग्रोथ हुंदी आ। सोशल वेलफेयर प्रमोट हुंदा, असीं देखिए अगर गवर्नमेंट पॉवर्टी नूं एलिविएट करन लई, अनइंप्लॉयमेंट नूं खत्म करन दे लई स्कीम्स बनाउंदी आ, उहनां स्कीम्स ते पैसा खर्च कीता जांदा। फॉर एग्जाम्पल असीं मनरेगा दी एग्जाम्पल लै सकदे हां देखो, और इस तो इलावा पुअर पीपल जिहड़े आ उन्हां नूं फ्री दे विच टॉयलेट्स बना के देना, उन्हां नूं फ्री दे विच जो पक्का हाउसिस बना के देने आ, सो वाटर एंड सैनिटेशन फैसिलिटी, तो ये सारिया चीज़ों के उपर गवर्नमेंट खर्च करती है। ये नाल की होएगा, सोशल वेलफेयर भी प्रमोट हो रहा और मीनवाइल लोगों का स्टैंडर्ड ऑफ लिविंग भी जिहड़ा हैगा आ उहदे विच भी जिहड़ा आ उह सुधार हो रहा, जिहदे नाल ओवरऑल कंट्री जिहड़ी हैगी आ डिवेलपमेंट दे गोल नूं अचीव करती है। सो इहदे तों इलावा अगर असीं डिप्रैशन दी सिचुएशन दी गल करिए तां जदों कंट्री दे विच ट्रेड साइकल्स दे बारे तुसीं जानदे हो तां ट्रेड साइकल्स दे दौरान एक फेज है डिप्रैशन, जदों की हुंदा कि इकॉनमी दे विच डिमांड बहुत ज्यादा घट जाती है, डिमांड डिक्रीज हो जाती है, प्राइसिस बहुत ज्यादा डिक्रीज हो जाते हैं, इकोनमी दे विच एक बहुत सुस्त माहौल बन जाता है, न्यू प्रोडक्शन नहीं होंगी, न्यू जॉब्स की जनरेशन नहीं होंगी, लोगों की इनकम बहुत डिक्रीज हो जाती है, फर्दर डिमांड डिक्रीज होंगी जाती है, तो इकोनमी एक बहुत लो लैवल से आ जाती है। ऐसी सिचुएशन दे विच प्राइवेट सैक्टर दे वलों कोई भी इनवैसटमेंट नवी करनी प्रैफर नहीं की जाती। सो ऐसे केस दे विच कंट्री नूं डिप्रैशन तो बाहर लैके आने लई दोबारा रिकवरी के पाथ लैके आने लई पब्लिक एक्सपेंडिचर एक टूल के तौर पर काम करता है। गवर्नमेंट ऐसे टाइम दे विच डिप्रैस्ड सिचुएशन दे विच इकोनमी नूं कढ़न दे लई अपने वलों जदों इनवैसटमेंट करती है इवेंचुअली हुंदा की आ कि जो सपोज डिप्रैशन की सिचुएशन आ डिमांड है नहीं इकोनमी दे विच ते प्रोडक्शन क्यों होएगी, सो इकोनमी च सारे फैक्टर्स लो लैवल ते आ, ऐसे टाइम दे विच गवर्नमेंट किसी प्रोजेक्ट्स नूं शुरू करके अपने वालों इनवैसटमेंट करके की करेगी। हुण पहले नंबर ते देखो अगर असीं देखिए कि कोई प्रोजेक्ट शुरू होया, प्रोजेक्ट शुरू होने दे नाल रॉ मटीरियल चाहिए, होर समान चाहिए उस प्रोजेक्ट नूं चलाने लई तैयार करने के लिए, इंप्लॉयमेंट जनरेट होएगी, किन्ने लोगों की डायरैक्ट एंड इनडायरैक्ट वे दे नाल इनकम जनरेट होएगी। जब इस तरह इनकम जनरेट होएगी तो उस इनकम नूं लोग स्पेंड करनगे, डिमांड शुरू होएगी, जदों हौली हौली डिमांड शुरू होएगी उन्हां डिमांड्स नूं फुलफिल करन दे लई, चाहे वह कंज्यूमर गुड्स आ चाहे वह कैपिटल गुड्स आ, उन्हां दी डिमांड नूं फुलफिल करन दे लई प्राइवेट सैक्टर हौली हौली दोबारा एक्टिव होना शुरू हो जाएगा। तो इस तरह हौली हौली कंट्री जिहड़ी आ डिप्रैशन दे विचों बाहर आ जाएगी। सो इनइक्वालिटीज नूं रिड्यूस करन दी गल करिए, गवर्नमेंट पॉवर्टी एलिविएट करन दे लई, अनइंप्लॉयमेंट नूं घट करन दे लई, जां जिहड़ियां स्टेट्स बैकवर्ड आ बैकवर्ड डिस्ट्रिक्ट्स आ उहनां दी अपलिफ्ट, उहनां दे विच लोकां दी अपलिफ्टमेंट दे लई उत्थे किस तरह खर्चा करदी आ अलग अलग पॉलिसीज अलग अलग स्कीम्स दे थ्रू कि उहनां नूं भी एक जिहड़ा मिनीमम स्टैंडर्ड ऑफ लिविंग उहनां दा भी जिहड़ा उह बनाया जा सके, उहनां नूं भी जिहड़ियां बेसिक नीड्स हैगियां उहनां दी फुलफिलमेंट कीती जा सके। इस तरह गवर्नमेंट पब्लिक एक्सपेंडिचर दे थ्रू किसी भी कंट्री दे विच इनइक्वालिटीज नूं रिड्यूस करन दी कोशिश करदी आ। ह्यूमन कैपिटल फॉर्मेशन की जाती पब्लिक एक्सपेंडिचर के थ्रू। ह्यूमन कैपिटल की है, एक ह्यूमन असं एक ह्यूमन कैपिटल तौर पर कदों कंसीडर कर सकते हैं, जदों एक परसन जिहड़ा आ उह फिजिकल और मैंटली तौर पर हैल्दी आ और एजुकेटड आ स्किल्ड आ ट्रेनड परसन आ जिहड़ा कि इकोनमी दे विच प्रोडक्टिवली अपना कॉन्ट्रीब्यूशन दे सकता, उदों असीं किसी परसन नूं ह्यूमन कैपिटल कंसीडर करते हैं। कोई जो मैंटली तौर पर पुअर मैंटली तौर पर जिहड़े हैल्दी परसन नहीं है, ठीक है, उन्हां नूं असीं ह्यूमन कैपिटल दे विच कंसीडर नहीं करते। सो ह्यूमन कैपिटल दी क्वालिटी अच्छी होने का मतलब की है कि कोई परसन मैंटली एज वैल एज फिजिकली भी हैल्दी है, नाल दी नाल वो एजुकेटड या स्किल्ड या ट्रेनड या वो अपने वर्क दे थ्रू कंट्री नूं प्रोग्रेस दे वल लेके जा रहे हैं। सो इस तरह जदों पब्लिक एक्सपेंडिचर गवर्नमेंट करदी है हेल्थ दे उपर एजुकेशन दे उपर, तो उहदे नाल की है ओवरऑल ह्यूमन कैपिटल कंट्री दे विच फॉर्मुलेट हुंदी है। इस तो इलावा इंफ्रास्ट्रक्चर दी डिवेलपमेंट दी गल करिए तो कंट्री दे विच जो
ਰੋਡਸ ਬਣਾਉਣੇ ਆ, ਹਸਪੀਟਲਸ ਬਣਾਉਣੇ ਆ, ਸਕੂਲਸ ਬਣਾਉਣੇ ਆ, ਜਾਂ ਜਿੰਨਾ ਵੀ ਪਬਲਿਕ ਇਨਫਰਾਸਟ੍ਰਕਚਰ ਹੈਗਾ, ਕੈਨਾਲਸ ਬਣਾਉਣੀਆਂ ਜਾਂ ਡੈਮਸ ਬਣਾਉਣੇ ਆ, ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨੀ ਆ, ਪਾਵਰ ਜਨਰੇਸ਼ਨ, ਇਹ ਸਾਰੀਆਂ ਚੀਜ਼ਾਂ ਦੇ ਉੱਪਰ ਖਰਚਾ ਕੌਣ ਕਰਦਾ? ਗਵਰਨਮੈਂਟ ਕਰਦੀ ਹੈ। ਸੋ ਪਬਲਿਕ ਐਕਸਪੈਂਡੀਚਰ ਦੀ ਫਾਰਮ ਦੇ ਵਿੱਚ ਰੀਜਨਲ ਡਿਵੈਲਪਮੈਂਟ ਨੂੰ ਜਿਹੜਾ ਬੈਲੈਂਸ ਕਰਨਾ, ਕਿਉਂਕਿ ਅਗਰ ਅਸੀਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਸੈਕਟਰ ਹਮੇਸ਼ਾ ਉਸ ਜਗ੍ਹਾ ਦੇ ਉੱਪਰ ਹੀ ਆਪਣੀਆਂ ਇੰਡਸਟਰੀਜ਼ ਐਸਟੈਬਲਿਸ਼ ਕਰੂਗਾ, ਆਪਣੇ ਸੈਂਟਰਸ ਜਿਹੜੇ ਉੱਥੇ ਹੀ ਐਸਟੈਬਲਿਸ਼ ਕਰੂਗਾ ਜਿੱਥੇ ਕਿ ਉਹਨਾਂ ਨੂੰ ਲੱਗੇ ਕਿ ਇੱਕ ਐਸਟੈਬਲਿਸ਼ਡ ਮਾਰਕੀਟ ਆ, ਡਿਮਾਂਡ ਹੋਏਗੀ। ਹੁਣ ਜਿਹੜਾ ਇੱਕ ਬੈਕਵਰਡ ਏਰੀਆ ਹੈ, ਫੋਰ ਐਗਜ਼ਾਮਪਲ ਅਸੀਂ ਕਿਸੇ ਰਿਮੋਟ ਏਰੀਆ ਦੀ ਐਗਜ਼ਾਮਪਲ ਲਈਏ, ਇੰਡੀਆ ਦੇ ਕਿਸੇ ਰਿਮੋਟ ਏਰੀਆ ਦੀ ਐਗਜ਼ਾਮਪਲ ਲੈ ਲਈਏ, ਤਾਂ ਉਸ ਏਰੀਆ ਦੇ ਵਿੱਚ ਅਗਰ ਕੋਈ ਆਪਾਂ ਕਹੀਏ ਕਿ ਸ਼ੋਪਿੰਗ ਮਾਲ ਖੁੱਲ ਜਾਵੇ, ਤਾਂ ਕੀ ਉੱਥੇ ਉਹ ਵਾਇਬਲ ਹੋਏਗਾ ਕਿਸੇ ਪ੍ਰਾਈਵੇਟ ਸੈਕਟਰ ਦੇ ਪਰਸਨ ਦੇ ਲਈ ਜਾਂ ਕਿਸੇ ਬਿਜ਼ਨਸ ਪਰਸਨ ਦੇ ਲਈ ਕਿ ਐਸੀ ਜਗ੍ਹਾ ਦੇ ਉੱਪਰ ਉਹ ਸ਼ੋਪਿੰਗ ਮਾਲ ਖੋਲਦੇ ਜਿੱਥੇ ਕਿ ਲੋਕੀ ਐਕਸਟ੍ਰੀਮ ਪੂਅਰ ਹੈਗੇ ਆ, ਨਾ ਕੋਈ ਐਜੂਕੇਸ਼ਨ ਦਾ ਉਹਨਾਂ ਦਾ ਲੈਵਲ ਹੈ, ਨਾ ਕੋਈ ਉੱਥੇ ਕੋਈ ਬੇਸਿਕ ਫੈਸਿਲਿਟੀਜ਼ ਹੈਗੀਆਂ, ਤਾਂ ਐਸੀ ਕੰਡੀਸ਼ਨ ਦੇ ਵਿੱਚ ਇਨਵੈਸਟਮੈਂਟ ਉੱਥੇ ਪ੍ਰਾਈਵੇਟ ਸੈਕਟਰ ਨਹੀਂ ਕਰੇਗਾ। ਤੋ ਐਸੀ ਸਿਚੁਏਸ਼ਨ ਦੇ ਵਿੱਚ ਉਹਨਾਂ ਜੋ ਏਰੀਆਜ਼ ਨੂੰ ਡਿਵੈਲਪ ਕਰਨ ਦੀ ਜ਼ਿੰਮੇਵਾਰੀ ਗਵਰਨਮੈਂਟ ਤੇ ਆ ਜਾਂਦੀ ਹੈ। ਤੋ ਗਵਰਨਮੈਂਟ ਫਿਰ ਉਹਨਾਂ ਜਗ੍ਹਾਵਾਂ ਦੇ ਉੱਪਰ ਡਿਵੈਲਪਮੈਂਟ ਕਰਨ ਦੀ ਕੋਸ਼ਿਸ਼ ਕਰਦੀ ਹੈ ਪਬਲਿਕ ਐਕਸਪੈਂਡੀਚਰ ਦੇ ਥਰੂ। ਤੋ ਉੱਥੇ ਉਹਨਾਂ ਜਗ੍ਹਾਵਾਂ ਦੇ ਉੱਪਰ ਜਿਹੜੀਆਂ ਵੀ ਨੀਡਸ ਫੈਸਿਲਿਟੀਜ਼ ਦੀ ਨੀਡ ਹੈਗੀ ਆ, ਉਹਨਾਂ ਨੂੰ ਗਵਰਨਮੈਂਟ ਸੈਕਟਰ ਦੇ ਦੁਆਰਾ ਜਿਹੜਾ ਆ ਉਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੈਨ ਉੱਥੇ ਫਿਰ ਪ੍ਰਾਈਵੇਟ ਸੈਕਟਰ ਹੌਲੀ ਹੌਲੀ ਜਿਹੜਾ ਆ ਉਹ ਪਹੁੰਚਣਾ ਸ਼ੁਰੂ ਹੋ ਜਾਂਦਾ। ਸੋ ਇਹਦੇ ਤੋਂ ਇਲਾਵਾ ਇੰਪਲੋਇਮੈਂਟ ਜਨਰੇਸ਼ਨ ਦੀ ਗੱਲ ਕਰੀਏ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵੀ ਅਸੀਂ ਦੀਨ ਦਿਆਲ ਅੰਤੋਦਿਆ ਯੋਜਨਾ, ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ, ਜਿਹਨੂੰ ਮਨਰੇਗਾ ਵੀ ਕਹਿੰਦੇ ਆ, ਤੋ ਇਸ ਤਰ੍ਹਾਂ ਦੀਆਂ ਸਕੀਮਸ ਦੇ ਉੱਪਰ ਗਵਰਨਮੈਂਟ ਪੈਸਾ ਖਰਚ ਕਰਕੇ ਇੰਪਲੋਇਮੈਂਟ ਜਨਰੇਸ਼ਨ ਦੀ ਕੋਸ਼ਿਸ਼ ਕਰਦੀ ਹੈ। ਤੋ ਇਹ ਵੀ ਪਬਲਿਕ ਐਕਸਪੈਂਡੀਚਰ ਦੀ ਇੱਕ ਐਗਜ਼ਾਮਪਲ ਆ। ਸੋ ਪਾਵਰਟੀ ਰਿਮੂਵਲ ਦੇ ਲਈ ਵੀ ਇਸੇ ਤਰ੍ਹਾਂ ਬਹੁਤ ਸਾਰੀਆਂ ਸਕੀਮਾਂ ਜਿਹਦੇ ਵਿੱਚ ਲੋਕਾਂ ਨੂੰ ਸਸਤਾ ਅਨਾਜ ਪ੍ਰੋਵਾਈਡ ਕਰਨਾ, ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਨੀ, ਪੱਕੇ ਘਰ ਬਣਾ ਕੇ ਦੇਣੇ, ਟੋਇਲਟਸ ਪ੍ਰੋਵਾਈਡ ਬਣਾ ਕੇ ਦੇਣੀਆਂ, ਤੋ ਇਸ ਤਰ੍ਹਾਂ ਬਹੁਤ ਸਾਰੀਆਂ ਫੈਸਿਲਿਟੀਜ਼, ਇਹਨਾਂ ਸਾਰਿਆਂ ਦੇ ਉੱਪਰ ਪਬਲਿਕ ਐਕਸਪੈਂਡੀਚਰ ਜਿਹੜਾ ਕੀਤਾ ਜਾਂਦਾ। ਸੋ ਇਸ ਲਈ ਪਬਲਿਕ ਐਕਸਪੈਂਡੀਚਰ ਦੀ ਸੋਸ਼ਲ ਵੈਲਫੇਅਰ ਨੂੰ ਪ੍ਰਮੋਟ ਕਰਨ ਦੇ ਵਿੱਚ ਇੱਕ ਅਹਿਮ ਜਿਹੜਾ ਇੱਥੇ ਅਸੀਂ ਰੋਲ ਦੇਖ ਸਕਦੇ ਹਾਂ। ਪ੍ਰਾਈਵੇਟ ਸੈਕਟਰ ਨੂੰ ਵੀ ਇਨਕਰੇਜਮੈਂਟ ਮਿਲਦੀ ਕਿਸ ਤਰ੍ਹਾਂ ਕਿ ਜਦੋਂ ਕਿਸੇ ਜਗ੍ਹਾ ਦੇ ਉੱਪਰ ਪਬਲਿਕ ਐਕਸਪੈਂਡੀਚਰ ਹੋਣ ਦੀ ਵਜ੍ਹਾ ਦੇ ਨਾਲ ਡਿਵੈਲਪਮੈਂਟ ਹੋ ਰਹੀ ਆ, ਉੱਥੇ ਡਿਵੈਲਪਮੈਂਟ ਹੋ ਰਹੀ ਹੈ ਤੇ ਹੌਲੀ ਹੌਲੀ ਲੋਕੀ ਚੀਜ਼ਾਂ ਦੀ ਡਿਮਾਂਡ ਕਰ ਰਹੇ ਆ, ਉੱਥੇ ਮਾਡਰਨਾਈਜੇਸ਼ਨ ਹੋ ਰਹੀ ਆ, ਤੇ ਪ੍ਰਾਈਵੇਟ ਸੈਕਟਰ ਦੇ ਲਈ ਇੱਕ ਮਾਰਕੀਟ ਤਿਆਰ ਹੋ ਰਹੀ ਆ, ਤੋ ਇਸ ਤਰ੍ਹਾਂ ਪ੍ਰਾਈਵੇਟ ਸੈਕਟਰ ਦੀ ਡਿਵੈਲਪਮੈਂਟ ਦੇ ਲਈ ਵੀ ਹੈਲਪ ਮਿਲਦੀ ਆ। ਸੋ ਇਸ ਤੋਂ ਇਲਾਵਾ ਇੱਥੇ ਅਸੀਂ ਅਗਰ ਗੱਲ ਕਰੀਏ ਤਾਂ ਕੁਛ ਇਕੋਨੋਮਿਸਟ ਨੇ ਕੁਛ ਪ੍ਰਿੰਸੀਪਲਸ ਦਿੱਤੇ ਆ, ਇਹ ਪ੍ਰਿੰਸੀਪਲਸ ਨੂੰ ਅਸੀਂ ਕੈਨਨਸ ਆਫ ਪਬਲਿਕ ਐਕਸਪੈਂਡੀਚਰ ਵੀ ਕਹਿੰਦੇ ਹਾਂ, ਜਾਂ ਪ੍ਰਿੰਸੀਪਲਸ ਆਫ ਪਬਲਿਕ ਐਕਸਪੈਂਡੀਚਰ ਕਹਿੰਦੇ ਹਾਂ। ਇਹਨਾਂ ਪ੍ਰਿੰਸੀਪਲਸ ਦਾ ਮੋਟਿਵ ਕੀ ਆ ਜਾਂ ਓਬਜੈਕਟਿਵ ਕੀ ਆ ਕਿ ਇਹਦੇ ਵਿੱਚ ਇਕੋਨੋਮਿਸਟ ਨੇ ਸੁਜੈਸਟ ਕੀਤਾ ਆ ਕਿ ਅਗਰ ਕੰਟਰੀ ਦੇ ਵਿੱਚ ਪਬਲਿਕ ਐਕਸਪੈਂਡੀਚਰ ਕੀਤਾ ਜਾਂਦਾ ਆ ਤਾਂ ਉਹਦੇ ਤੋਂ ਕੰਟਰੀ ਨੂੰ ਮੈਕਸੀਮਮ ਬੈਨੀਫਿਟ ਮਿਲੇ, ਔਰ ਜਿਹੜੇ ਰਿਸੋਰਸਿਸ ਹੈਗੇ ਆ ਕੰਟਰੀ ਦੇ ਵਿੱਚ ਜੋ ਪੈਸਾ ਖਰਚ ਕੀਤਾ ਜਾ ਰਿਹਾ ਆ ਉਸ ਪੈਸੇ ਦੀ ਵੇਸਟੇਜ ਮਿਨੀਮਮ ਹੋਵੇ, ਜਿੰਨੀ ਜ਼ਿਆਦਾ ਘੱਟ ਹੋ ਸਕਦੀ ਆ ਉਨੀ ਜ਼ਿਆਦਾ ਘੱਟ ਵੇਸਟੇਜ ਹੋਵੇ, ਤੇ ਗੇਨ ਜਿਹੜਾ ਇਕੋਨਮੀ ਨੂੰ ਹੈਗਾ ਕੰਟਰੀ ਨੂੰ ਹੈਗਾ ਉਹ ਮੈਕਸੀਮਮ ਮਿਲ ਸਕੇ। ਸੋ ਐਸੇ ਹੀ ਇੱਥੇ ਪ੍ਰਿੰਸੀਪਲਸ ਦੀ ਗੱਲ ਹੋ ਰਹੀ ਹੈ। ਤੋ ਇੱਥੇ ਫਸਟ ਪ੍ਰਿੰਸੀਪਲ ਦੀ ਅਗਰ ਅਸੀਂ ਗੱਲ ਕਰੀਏ ਤਾਂ ਦੈਟ ਇਜ਼ ਮੈਕਸੀਮਾਈਜ਼ਿੰਗ ਸੋਸ਼ਲ ਬੈਨੀਫਿਟ, ਪ੍ਰਿੰਸੀਪਲ ਆਫ ਮੈਕਸੀਮਾਈਜ਼ਿੰਗ ਸੋਸ਼ਲ ਬੈਨੀਫਿਟ। ਨਾਮ ਤੋਂ ਹੀ ਕਲੀਅਰ ਆ ਕਿ ਖਰਚਾ ਇਸ ਤਰ੍ਹਾਂ ਕਰੇ ਸਰਕਾਰ ਦੇ ਲਈ, ਇਹ ਸੁਜੈਸ਼ਨਸ ਹੈਗੇ ਆ ਪ੍ਰਿੰਸੀਪਲ ਜਿਹੜੇ ਆ ਗਵਰਨਮੈਂਟ ਦੇ ਲਈ ਇੱਕ ਡਾਇਰੈਕਸ਼ਨ ਹੈਗੇ ਆ, ਗਵਰਨਮੈਂਟ ਦੇ ਲਈ ਗਾਈਡੈਂਸ ਹੈਗੀ ਆ ਕਿ ਉਹ ਇਸ ਤਰ੍ਹਾਂ ਖਰਚਾ ਕਰੇ ਕਿ ਜਿਹਦੇ ਨਾਲ ਕੰਟਰੀ ਦੇ ਵਿੱਚ ਸੋਸ਼ਲ ਬੈਨੀਫਿਟ ਮੈਕਸੀਮਮ ਹੋਵੇ। ਸੋ ਇੱਥੇ ਜਿੱਦਾਂ ਫਿੰਡਲੇ ਸ਼ਿਰਾਸ ਦੀ ਅਗਰ ਅਸੀਂ ਡੈਫੀਨੇਸ਼ਨ ਨੂੰ ਦੇਖੀਏ ਤਾਂ ਉਹਨਾਂ ਨੇ ਕੀ ਕਿਹਾ ਕਿ ਅਦਰ ਥਿੰਗਸ ਬੀਂਗ ਇਕੁਅਲ ਪਬਲਿਕ ਐਕਸਪੈਂਡੀਚਰ ਸ਼ੁੱਡ ਬੀ ਮੇਡ ਇਨ ਸੱਚ ਅ ਵੇ ਦੈਟ ਸੋਸਾਇਟੀ ਗੈਟਸ ਮੇਜਰ ਬੈਨੀਫਿਟਸ ਵਿਚ ਇਨ ਟਰਨ ਮੇ ਇਨਕਰੀਜ ਪ੍ਰੋਡਕਸ਼ਨ, ਪ੍ਰੋਟੈਕਟ ਅਗੇਂਸਟ ਐਕਸਟਰਨਲ ਐਗਰੈਸ਼ਨਸ, ਮੇਨਟੇਨ ਦ ਇੰਟਰਨਲ ਲਾਅ ਐਂਡ ਆਰਡਰ ਐਂਡ ਰਿਡਿਊਸ ਦ ਇਕਨੋਮਿਕ ਇਨਇਕੁਐਲਿਟੀਜ਼। ਕਿ ਇਸ ਤਰ੍ਹਾਂ ਖਰਚਾ ਕਰਨਾ ਹੈ ਪਬਲਿਕ ਐਕਸਪੈਂਡੀਚਰ ਜਿਹਦੇ ਨਾਲ ਕਿ ਪ੍ਰੋਡਕਸ਼ਨ ਇਨਕਰੀਜ਼ ਹੋਵੇ ਕੰਟਰੀ ਦੇ ਵਿੱਚ, ਕੰਟਰੀ ਦੇ ਵਿੱਚ ਲੋਕੀ ਅਗਰੈਸਿਵ ਨਾ ਹੋਣ, ਮਤਲਬ ਕਿ ਗਵਰਨਮੈਂਟ ਦੇ ਪ੍ਰਤੀ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਨਾ ਆਵੇ, ਕਿਉਂਕਿ ਅਗਰ ਸੋਸ਼ਲੀ ਲੋਕਾਂ ਨੂੰ ਜੋ ਸੋਸ਼ਲ ਵੈਲਫੇਅਰ ਨਹੀਂ ਹੋ ਰਿਹਾ
ਲੋਕਾਂ ਨੂੰ ਫੈਸਿਲਿਟੀਜ਼ ਨਹੀਂ ਮਿਲ ਰਹੀਆਂ ਤਾਂ ਐਸੀ ਸਿਚੁਏਸ਼ਨ ਦੇ ਵਿੱਚ ਓਬਵੀਅਸਲੀ ਜੋ ਪਬਲਿਕ ਹੈ ਉਹ ਅਗਰੈਸਿਵ ਹੋ ਸਕਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਪਬਲਿਕ ਐਕਸਪੈਂਡੀਚਰ ਗਵਰਨਮੈਂਟ ਨੂੰ ਕਰਨਾ ਚਾਹੀਦਾ ਤਾਂ ਕਿ ਪ੍ਰੋਡਕਸ਼ਨ ਇਨਕਰੀਜ਼ ਹੋਵੇ ਕੰਟਰੀ ਦੇ ਵਿੱਚ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ, ਇਕਨੋਮਿਕ ਇਨਇਕੁਐਲਿਟੀਜ਼ ਰਿਡਿਊਸ ਹੋਣ। ਸੋ ਦੈਟ ਮੀਨਸ ਕਿ ਇੱਕ ਅੱਛੇ ਵੇ ਦੇ ਨਾਲ, ਇੱਕ ਵਾਈਜ਼ਲੀ ਜਿਹੜਾ ਤਰੀਕੇ ਦੇ ਨਾਲ ਆ ਪਬਲਿਕ ਐਕਸਪੈਂਡੀਚਰ ਕੀਤਾ ਜਾਣਾ ਚਾਹੀਦਾ। ਪ੍ਰਿੰਸੀਪਲ ਆਫ ਇਕੋਨਮੀ ਦੀ ਗੱਲ ਕਰੀਏ ਤਾਂ ਨਾਮ ਤੇ ਇਕੋਨਮੀ ਤਾਂ ਇੱਥੇ ਮਤਲਬ ਅਸੀਂ ਕੀ ਲੈਂਦੇ ਹਾਂ, ਬੱਚਤ। ਤੋ ਇਸ ਤਰ੍ਹਾਂ ਖਰਚ ਕਰਨਾ ਕਿ ਬਿਲਕੁਲ ਸੋਚ ਸਮਝ ਕੇ ਵਾਈਜ਼ਲੀ, ਬੇਕਾਰ ਖਰਚਾ ਨਹੀਂ ਕਰਨਾ। ਇਹ ਨਹੀਂ ਹੈ ਕਿ ਫਜ਼ੂਲ ਦੇ ਵਿੱਚ ਕਿਸੇ ਪ੍ਰੋਜੈਕਟ ਦੇ ਉੱਪਰ ਖਰਚਾ ਕੀਤਾ ਜਾ ਰਿਹਾ ਜਿਹਦੇ ਤੋਂ ਕਿ ਉਨੀ ਰਿਟਰਨ ਨਹੀਂ ਮਿਲ ਰਹੀ। ਤੋ ਬਹੁਤ ਇਕਨੋਮਿਕਲੀ ਇਹਨਾਂ ਨੂੰ ਜਿਹੜਾ ਪੈਸੇ ਨੂੰ ਯੂਜ਼ ਕਰਨ ਦੀ ਲੋੜ ਆ, ਕਿਉਂਕਿ ਇਹ ਜੋ ਪਬਲਿਕ ਫੰਡਸ ਹੈਗੇ ਆ ਇਹਨਾਂ ਦਾ ਮਿਸਯੂਜ਼ ਹੋਏਗਾ ਤਾਂ ਉਹਦੇ ਨਾਲ ਕੰਟਰੀ ਦੀ ਡਿਵੈਲਪਮੈਂਟ ਨੂੰ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ। ਸੋ ਕੋਈ ਵੀ ਪ੍ਰੋਜੈਕਟ ਗਵਰਨਮੈਂਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਦਾ ਕੋਸਟ ਬੈਨੀਫਿਟ ਅਨਾਲਿਸਿਸ ਕਰ ਲੈਣਾ ਬਹੁਤ ਜ਼ਰੂਰੀ ਆ ਕਿ ਇਹਦੇ ਤੇ ਕੋਸਟ, ਜਿੰਨੀ ਉਹ ਕੋਸਟ ਖਰਚ ਕਰ ਰਿਹਾ ਕੀ ਉਹਦੇ ਕੰਪੈਰੀਟਿਵਲੀ ਜੋ ਰਿਜ਼ਲਟਸ ਹੈਗੇ ਆ, ਬੈਨੀਫਿਟਸ ਆ, ਉਨੇ ਮਿਲ ਪਾ ਰਹੇ ਆ ਕੰਟਰੀ ਨੂੰ। ਤਾਂ ਇਸ ਲਈ ਪ੍ਰਿੰਸੀਪਲ ਆਫ ਇਕੋਨਮੀ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਆ ਪਬਲਿਕ ਐਕਸਪੈਂਡੀਚਰ ਦੇ ਦੌਰਾਨ। ਸੋ ਪ੍ਰਿੰਸੀਪਲ ਆਫ ਪ੍ਰਾਇਰ ਸੈਂਕਸ਼ਨ, ਇੱਥੇ ਸਲਾਹ ਦਿੱਤੀ ਜਾਂਦੀ ਹੈ ਕਿ ਗਵਰਨਮੈਂਟ ਨੂੰ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨ ਲਈ, ਚਾਹੇ ਗਵਰਨਮੈਂਟ ਦਾ ਕੋਈ ਵੀ ਡਿਪਾਰਟਮੈਂਟ ਆ, ਉਹ ਕੋਈ ਪਬਲਿਕ ਡਿਪਾਰਟਮੈਂਟ ਆ ਜਿਹੜਾ ਕਿ ਕੋਈ ਖਰਚਾ ਕਰ ਰਿਹਾ ਹੈ ਕੰਟਰੀ ਦੇ ਲਈ ਕਿਸੇ ਪ੍ਰੋਜੈਕਟ ਦੇ ਉੱਪਰ, ਤਾਂ ਬਹੁਤ ਜ਼ਰੂਰੀ ਹੈ ਕਿ ਉਹਨੂੰ ਪਹਿਲੇ ਪ੍ਰਾਇਰ ਸੈਂਕਸ਼ਨ ਲੈਣੀ ਪਵੇ। ਹੁਣ ਇਹਦੇ ਨਾਲ ਕੀ ਹੋਏਗਾ ਕਿ ਜਦੋਂ ਪ੍ਰਾਇਰ ਸੈਂਕਸ਼ਨ ਦਾ ਜੋ ਇੱਥੇ ਇੱਕ ਪ੍ਰਾਵਧਾਨ ਰੱਖਿਆ ਜਾਊਗਾ ਤਾਂ ਉਹਦੇ ਨਾਲ ਕੀ ਹੋਏਗਾ ਕਿ ਉਹਨਾਂ ਡਿਪਾਰਟਮੈਂਟਸ ਦੇ ਵਿੱਚ ਅਕਾਊਂਟੇਬਿਲਿਟੀ ਆਏਗੀ ਕਿ ਅਗਰ ਅਸੀਂ ਇਹ ਖਰਚਾ ਕਰਨਾ ਆ ਕਿਸੇ ਪ੍ਰੋਜੈਕਟ ਦੇ ਲਈ, ਸਾਨੂੰ ਗਵਰਨਮੈਂਟ ਤੋਂ ਫੰਡ ਚਾਹੀਦਾ, ਪਬਲਿਕ ਐਕਸਪੈਂਡੀਚਰ ਦੀ ਫਾਰਮ 'ਚ ਅਸੀਂ ਉਹ ਪੈਸਾ ਯੂਜ਼ ਕਰਨਾ, ਤਾਂ ਸਾਨੂੰ ਪਹਿਲੇ ਜਸਟੀਫਿਕੇਸ਼ਨ ਦੇਣੀ ਪਏਗੀ ਕਿ ਅਸੀਂ ਉੱਥੇ ਸਾਨੂੰ ਦੱਸਣਾ ਪਏਗਾ ਕਿ ਇਹ ਖਰਚਾ ਅਸੀਂ ਕਿਉਂ ਕਰ ਰਹੇ ਹਾਂ, ਕਿਹੜੇ ਪ੍ਰੋਜੈਕਟ 'ਤੇ ਕਰ ਰਹੇ ਹਾਂ, ਕੀ ਇਹਦਾ ਬੈਨੀਫਿਟ ਹੋਏਗਾ। ਤਾਂ ਇਸ ਲਈ ਪ੍ਰਾਇਰ ਸੈਂਕਸ਼ਨ ਦੀ ਜ਼ਰੂਰਤ ਆ। ਇਹ ਨਹੀਂ ਹੋਣਾ ਚਾਹੀਦਾ ਕਿ ਜਿਹਦਾ ਦਿਲ ਕੀਤਾ ਜਿਸ ਡਿਪਾਰਟਮੈਂਟ ਨੇ ਮਰਜ਼ੀ ਜਿੰਨਾ ਖਰਚਾ ਕਰ ਲਿਆ ਔਰ ਗਵਰਨਮੈਂਟ ਤੋਂ ਇਸੇ ਤਰ੍ਹਾਂ ਪੈਸੇ ਜਿਹੜੇ ਆ ਉਹ ਲੈ ਲਏ। ਇਹਦੇ ਨਾਲ ਫਿਰ ਜਿਹੜੇ ਫੰਡਸ ਦੀ ਫਜ਼ੂਲ ਵਰਤੋਂ ਜਿਹੜੀ ਆ, ਬੇਕਾਰ ਦੇ ਵਿੱਚ ਵਰਤੋਂ ਆ, ਉਹ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਸੋ ਇਸ ਲਈ ਬਹੁਤ ਜ਼ਰੂਰੀ ਆ ਕਿ ਹਰੇਕ ਡਿਪਾਰਟਮੈਂਟ ਨੂੰ ਪਹਿਲੇ ਪ੍ਰਾਇਰ ਸੈਂਕਸ਼ਨ ਲੈਣੀ ਪਵੇ ਗਵਰਨਮੈਂਟ ਤੋਂ ਪੈਸਾ, ਇਹ ਜਿਹੜਾ ਪਬਲਿਕ ਫੰਡ ਆ ਉਹਨੂੰ ਖਰਚ ਕਰਨ ਲਈ। ਪ੍ਰਿੰਸੀਪਲ ਆਫ ਸਰਪਲਸ ਬਜਟ ਦੀ ਗੱਲ ਕਰੀਏ, ਵੈਸੇ ਤੇ ਅੱਜ ਕੱਲ੍ਹ ਗਵਰਨਮੈਂਟ ਲਈ ਜਿਸ ਹਿਸਾਬ ਦੇ ਨਾਲ ਹਰੇਕ ਵੈਲਫੇਅਰ ਸਟੇਟ ਦੀਆਂ ਜ਼ਿੰਮੇਵਾਰੀਆਂ ਵੱਧ ਰਹੀਆਂ, ਉਸ ਹਿਸਾਬ ਦੇ ਨਾਲ ਕਿਸੇ ਵੀ ਕੰਟਰੀ ਦੇ ਲਈ ਇਹ ਬਹੁਤ ਮੁਸ਼ਕਲ ਹੋ ਜਾਂਦਾ ਕਿ ਉਹ ਸਰਪਲਸ ਬਜਟ ਤਿਆਰ ਕਰ ਸਕੇ। ਸਰਪਲਸ ਬਜਟ ਦਾ ਮਤਲਬ ਕੀ ਹੈ ਕਿ ਗਵਰਨਮੈਂਟ ਦੀ ਰੈਵਨਿਊ ਜ਼ਿਆਦਾ ਅਤੇ ਐਕਸਪੈਂਡੀਚਰ ਘੱਟ ਆ, ਜਦਕਿ ਅਸੀਂ ਦੇਖਣ ਦੇ ਵਿੱਚ ਕੀ ਆਉਂਦਾ ਕਿ ਆਲਮੋਸਟ ਐਵਰੀ ਕੰਟਰੀ ਅਸੀਂ ਦੇਖ ਸਕਦੇ ਹਾਂ ਕਿ ਖਰਚਾ ਜ਼ਿਆਦਾ ਆ, ਰੈਵਨਿਊ ਘੱਟ ਆ, ਇਸ ਕਰਕੇ ਪਬਲਿਕ ਡੈਟ ਦਾ ਕੰਸੈਪਟ ਆ ਜਾਂਦਾ ਜਿਹੜਾ ਕਿ ਅਸੀਂ ਅਗਲੇ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਕਿ ਇਹ ਜਿਹੜਾ ਫਿਰ ਰੈਵਨਿਊ ਅਤੇ ਐਕਸਪੈਂਡੀਚਰ ਦਾ ਗੈਪ ਆ, ਇਹ ਜਿਹੜਾ ਦੋਹਾਂ ਦਾ ਡਿਫਰੈਂਸ ਆ, ਖਰਚਾ ਜ਼ਿਆਦਾ ਆ, ਆਮਦਨ ਘੱਟ ਆ, ਉਹਨੂੰ ਪੂਰਾ ਕਿੱਥੋਂ ਕਰਦੀ ਆ ਗਵਰਨਮੈਂਟ? ਤਾਂ ਉਹ ਪਬਲਿਕ ਡੈਟ ਦੀ ਹੈਲਪ ਦੇ ਨਾਲ ਫਿਰ ਕਰਜ਼ੇ ਲਏ ਜਾਂਦੇ ਆ। ਤਾਂ ਉਹ ਉਸ ਚੀਜ਼ ਤੋਂ ਬਚਣ ਦੇ ਲਈ ਇੱਥੇ ਸਲਾਹ ਦਿੱਤੀ ਜਾਂਦੀ ਹੈ ਕਿ ਗਵਰਨਮੈਂਟ ਨੂੰ ਇਸ ਤਰ੍ਹਾਂ ਖਰਚਾ ਕਰਨਾ ਚਾਹੀਦਾ ਕਿ ਬਜਟ ਸਰਪਲਸ ਰਹੇ, ਖਰਚਾ ਘੱਟ ਹੋਵੇ, ਇਨਕਮ ਜ਼ਿਆਦਾ ਹੋਵੇ। ਤਾਂ ਇਸ ਤਰ੍ਹਾਂ ਕੋਸ਼ਿਸ਼ ਕਰਨੀ ਚਾਹੀਦੀ ਆ। ਬਟ ਪ੍ਰੈਜੈਂਟ ਸਿਨੈਰੀਓ ਦੇ ਵਿੱਚ, ਮਾਡਰਨ ਟਾਈਮਸ ਦੇ ਵਿੱਚ, ਗਵਰਨਮੈਂਟ ਦੀਆਂ ਵੱਧਦੀਆਂ ਹੋਈਆਂ ਰਿਸਪੋਂਸੀਬਿਲਿਟੀਜ਼ ਦੇ ਮੱਦੇਨਜ਼ਰ ਇਹ ਚੀਜ਼ ਕੋਈ ਬਹੁਤੀ ਪੋਸੀਬਲ ਨਜ਼ਰ ਨਹੀਂ ਆ ਪਾਉਂਦੀ। ਫਿਰ ਵੀ ਗਵਰਨਮੈਂਟ ਨੂੰ ਕੋਸ਼ਿਸ਼ ਇਹੀ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਕਿ ਜਿੰਨਾ ਹੋ ਸਕਦਾ ਆ ਉਹ ਡੈਟ ਦੀ ਸਿਚੁਏਸ਼ਨ ਤੋਂ ਬਚਿਆ ਜਾ ਸਕੇ। ਫਲੈਕਸੀਬਿਲਿਟੀ ਦੇ ਪ੍ਰਿੰਸੀਪਲ ਦੀ ਗੱਲ ਕਰੀਏ ਤਾਂ ਇਹਦਾ ਮਤਲਬ ਇਹ ਹੈਗਾ ਕਿ ਨੀਡ ਦੇ ਅਕੋਰਡਿੰਗ ਫਲੈਕਸੀਬਲ ਹੋਵੇ ਸਿਸਟਮ। ਅਗਰ ਕਿਸੇ ਪ੍ਰੋਜੈਕਟ ਦੇ ਉੱਪਰ ਐਕਸਪੈਂਡੀਚਰ, ਸਪੋਜ਼ ਗਵਰਨਮੈਂਟ ਨੇ ਕਿਸੇ ਪ੍ਰੋਜੈਕਟ ਦੇ ਲਈ 50 ਕਰੋੜ ਰੁਪਇਆ ਸੈਂਕਸ਼ਨ ਕਰਤਾ, ਲੇਕਿਨ ਉਹ ਪ੍ਰੋਜੈਕਟ 40 ਕਰੋੜ 'ਚ ਪੂਰਾ ਹੋ ਗਿਆ, ਤਾਂ ਉਹ 10 ਕਰੋੜ ਉੱਥੇ ਜ਼ਰੂਰਤ ਨਹੀਂ ਹੈ ਖਰਚਣ ਦੀ। ਤਾਂ ਉਹ ਗਵਰਨਮੈਂਟ ਨੂੰ ਚਾਹੀਦਾ ਕਿ ਫਲੈਕਸੀਬਲ ਸਿਸਟਮ ਹੋਵੇ, ਜਿੰਨੇ ਦੇ ਵਿੱਚ ਉਹ ਕੰਮ ਪੂਰਾ ਹੋ ਰਿਹਾ ਉਹਨੇ ਦੇ ਵਿੱਚ ਇਹਨੂੰ ਖਤਮ ਕਰ ਦਿੱਤਾ ਜਾਵੇ। ਹੁਣ ਉੱਥੇ 10 ਕਰੋੜ ਰੁਪਇਆ ਬੇਕਾਰ ਦੇ ਵਿੱਚ ਐਕਸਟਰਾ ਕਿਸੇ ਤਰੀਕੇ ਨਾਲ ਖਰਚ ਕਰਨ ਦੀ ਲੋੜ ਨਹੀਂ ਹੈਗੀ। ਦੂਜੀ ਚੀਜ਼, ਅਗਰ ਕਿਸੇ ਪ੍ਰੋਜੈਕਟ ਤੇ ਸਪੋਜ਼ 50 ਕਰੋੜ ਪਾਸ ਕੀਤਾ ਸੀ, ਲੇਕਿਨ ਉਹਦੇ ਤੇ 60 ਕਰੋੜ ਲੱਗ ਰਿਹਾ ਪ੍ਰੈਜੈਂਟ ਸਿਚੁਏਸ਼ਨ 'ਚ, ਹੋ ਸਕਦਾ ਇਨਫਲੇਸ਼ਨਰੀ ਪ੍ਰੈਸ਼ਰ ਦੀ ਵਜ੍ਹਾ ਨਾਲ ਜਾਂ ਇੱਕ ਲੰਬਾ ਟਾਈਮ ਪੀਰੀਅਡ ਹੋਣ ਦੀ ਵਜ੍ਹਾ ਦੇ ਨਾਲ ਉਹਦਾ ਜਿਹੜਾ ਪ੍ਰੋਜੈਕਟ ਦਾ ਖਰਚਾ ਉਹ ਇਨਕਰੀਜ਼ ਹੋ ਗਿਆ, ਲੇਕਿਨ ਗਵਰਨਮੈਂਟ ਉਹ ਪੈਸਾ ਦੇਣ ਲਈ ਤਿਆਰ ਨਹੀਂ ਹੈ ਐਕਸਟਰਾ ਪੈਸਾ, ਕਿ ਅਸੀਂ ਤਾਂ ਇੰਨਾ ਹੀ ਸੈਂਕਸ਼ਨ ਕੀਤਾ ਸੀ, ਇਹਦੇ ਤੋਂ ਜ਼ਿਆਦਾ ਨਹੀਂ ਦੇ ਸਕਦੇ। ਐਸੇ ਕੇਸ ਦੇ ਵਿੱਚ ਉਹ ਪ੍ਰੋਜੈਕਟ ਜਿਹੜਾ ਲਟਕ ਜਾਏਗਾ ਤੇ ਉਹ ਜਿਹੜਾ 50 ਕਰੋੜ ਖਰਚ ਕੀਤਾ ਹੈ ਉਹ ਵੀ ਕਿਤੇ ਨਾ ਕਿਤੇ ਬੇਕਾਰ ਹੋ ਜਾਏਗਾ। ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਤੋਂ ਬਚਣ ਦੇ ਲਈ, ਮੈਕਸੀਮਮ ਬੈਨੀਫਿਟ ਅਟੇਨ ਕਰਨ ਦੇ ਲਈ ਫਲੈਕਸੀਬਿਲਟੀ ਹੋਣੀ ਬਹੁਤ ਜ਼ਰੂਰੀ ਆ। ਦੈਨ
ਪ੍ਰਿੰਸੀਪਲ ਆਫ ਐਨਹੈਂਸਿੰਗ ਪ੍ਰੋਡਕਟਿਵਿਟੀ ਇਸ ਤਰੀਕੇ ਦੇ ਨਾਲ ਖਰਚਾ ਕੀਤਾ ਜਾਵੇ ਜਿਹਦੇ ਨਾਲ ਕਿ ਐਫੀਸ਼ੀਐਂਸੀ ਵਧੇ, ਪ੍ਰੋਡਕਟਿਵਿਟੀ ਵਧੇ, ਨਾ ਰੈਵਨਿਊ ਐਕਸਪੈਂਡੀਚਰਸ ਦੀ ਬਜਾਏ ਜ਼ਿਆਦਾ ਕੋਸ਼ਿਸ਼ ਕੀ ਕੀਤੀ ਜਾਵੇ ਕਿ ਜਿਹੜਾ ਕੈਪੀਟਲ ਐਕਸਪੈਂਡੀਚਰ ਕੀਤੇ ਜਾਣ, ਜ਼ਿਆਦਾਤਰ ਜਿਹੜੇ ਆ ਉਹ ਪ੍ਰੋਡਕਟਿਵ ਕਪੈਸਿਟੀ ਨੂੰ ਇਨਹੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਜਿਹਦੇ ਨਾਲ ਕਿ ਦੇਸ਼ ਦੇ ਵਿੱਚ ਨਾ ਕਿ ਇਕੱਲਾ ਇਕਨੋਮਿਕ ਬਲਕਿ ਸੋਸ਼ਲ ਗਰੋਥ ਵੀ ਜਿਹੜੀ ਆ ਉਹ ਪੋਸੀਬਲ ਹੋ ਸਕੇ। ਸੋ ਇਨੋਵੇਸ਼ਨ ਟੈਕਨੋਲੋਜੀ ਨੂੰ ਜ਼ਿਆਦਾ ਡਿਵੈਲਪ ਕਰਨ ਦੇ ਲਈ ਪੈਸਾ ਖਰਚਣ ਦੀ ਲੋੜ ਆ। ਸੋ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਇਨਕਮ ਐਂਡ ਵੈਲਥ ਦੇ ਪ੍ਰਿੰਸੀਪਲ ਦੀ ਗੱਲ ਕਰੀਏ ਤਾਂ ਇਸ ਵੇ ਦੇ ਨਾਲ ਕਹਿੰਦੇ ਖਰਚਾ ਕਰਨਾ ਚਾਹੀਦਾ ਆ ਕਿ ਕੰਟਰੀ ਦੇ ਵਿੱਚ ਡਿਸਟ੍ਰੀਬਿਊਸ਼ਨ ਆਫ ਇਨਕਮ ਜਿਹੜੀ ਆ ਉਹ ਕਿਤੇ ਜਿਹੜੀ ਆ ਸਕਿਊਰਡ ਨਾ ਹੋ ਜਾਏ। ਇਹ ਨਹੀਂ ਕਿ ਸਿਰਫ ਸੋਸਾਇਟੀ ਦੇ ਇੱਕ ਸੈਕਸ਼ਨ ਨੂੰ, ਜਿੱਦਾਂ ਅਸੀਂ ਕੈਪੀਟਲਿਸਟਿਕ ਸੋਸਾਇਟੀ ਦਾ ਇੱਕ ਫੀਚਰ ਦੇਖ ਸਕਦੇ ਹਾਂ, ਟਿਪੀਕਲ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਕੀ ਆ ਕਿ ਇੱਕ ਪਾਸੇ ਵਰਕਰ ਵਰਕਿੰਗ ਕਲਾਸ ਆ, ਇੱਕ ਪਾਸੇ ਜਿਹੜੇ ਐਂਟਰਪ੍ਰੀਨਿਓਰ ਆ ਜਿਹੜੇ ਕਿ ਕੈਪੀਟਲਿਸਟ ਆ, ਮਾਲਕ ਆ, ਉਹਨਾਂ ਦੇ ਕੋਲ ਹੀ ਜ਼ਿਆਦਾ ਪ੍ਰੋਫਿਟ ਜਾ ਰਿਹਾ ਔਰ ਵਰਕਿੰਗ ਕਲਾਸ ਸਫ਼ਰ ਕਰ ਰਹੀ ਆ। ਇਸ ਤਰ੍ਹਾਂ ਨਾ ਹੋਵੇ, ਇਕੁਇਟੇਬਲ ਡਿਸਟ੍ਰੀਬਿਊਸ਼ਨ ਹੋਵੇ। ਇਕੁਇਟੇਬਲ ਡਿਸਟ੍ਰੀਬਿਊਸ਼ਨ ਦਾ ਕੀ ਮਤਲਬ ਹੋਇਆ, ਇੱਕ ਹੁੰਦੀ ਇਕੁਅਲ ਡਿਸਟ੍ਰੀਬਿਊਸ਼ਨ, ਇੱਕ ਹੈ ਇਕੁਇਟੇਬਲ ਡਿਸਟ੍ਰੀਬਿਊਸ਼ਨ। ਹੁਣ ਇਕੁਅਲ ਡਿਸਟ੍ਰੀਬਿਊਸ਼ਨ ਦਾ ਮਤਲਬ ਕੀ, ਅਗਰ ਇਕੁਅਲ ਇਨਕਮ ਇਕੁਅਲ ਡਿਸਟ੍ਰੀਬਿਊਸ਼ਨ ਦੀ ਗੱਲ ਕਰੀਏ ਕਿ ਰਿਗਾਰਡਲੈਸ ਆਫ ਦ ਨੇਚਰ ਆਫ ਜੋਬ, ਹਰੇਕ ਪਰਸਨ ਦੀ ਇਕੁਅਲ ਇਨਕਮ ਆ, ਚਾਹੇ ਕੋਈ ਮਜ਼ਦੂਰ ਆ, ਚਾਹੇ ਕੋਈ ਟੀਚਰ ਆ, ਚਾਹੇ ਕੋਈ ਡਾਕਟਰ ਆ, ਚਾਹੇ ਕੋਈ ਬਿਜ਼ਨਸਮੈਨ ਆ, ਹਰੇਕ ਬੰਦੇ ਦੀ ਬਰਾਬਰ ਇਨਕਮ। ਤਾਂ ਇਹ ਚੀਜ਼ ਤਾਂ ਮੈਂਟਲੀ ਅਗਰ ਦੇਖੀਏ ਤਾਂ ਉਹ ਇੱਕ ਮੋਟੀਵੇਸ਼ਨ ਦੇ ਤੌਰ ਤੇ ਕੰਮ ਨਹੀਂ ਕਰੇਗੀ। ਹੁਣ ਹਰੇਕ ਪਰਸਨ ਦੀ ਜੋਬ ਦੇ ਨੇਚਰ ਦੇ ਅਕੋਰਡਿੰਗ ਉਹਨੂੰ ਪੇਮੈਂਟ ਮਿਲਣੀ ਚਾਹੀਦੀ ਆ। ਤੋ ਦੈਟ ਇਜ਼ ਇਕੁਇਟੇਬਲ ਡਿਸਟ੍ਰੀਬਿਊਸ਼ਨ, ਅਗਰ ਅਸੀਂ ਕੰਮ ਦੇ ਹਿਸਾਬ ਦੇ ਨਾਲ ਕੰਟਰੀਬਿਊਸ਼ਨ ਦੇ ਹਿਸਾਬ ਦੇ ਨਾਲ ਪੇ ਕਰ ਰਹੇ ਹਾਂ, ਦੈਟ ਇਜ਼ ਇਕੁਇਟੇਬਲ ਡਿਸਟ੍ਰੀਬਿਊਸ਼ਨ। ਤੋ ਇਹ ਜ਼ਰੂਰੀ ਆ ਕਿਸੇ ਵੀ ਇਕਾਨਮੀ ਦੇ ਵਿੱਚ ਕਿ ਹਰੇਕ ਪਰਸਨ ਨੂੰ ਉਹਦੀ ਕੰਟਰੀਬਿਊਸ਼ਨ ਦੇ ਅਕੋਰਡਿੰਗ ਪੂਰੀ ਉਹਦੀ ਜੋ ਇਨਕਮ ਦਾ ਸ਼ੇਅਰ ਹੈ, ਵੈਲਥ ਦਾ ਸ਼ੇਅਰ ਆ, ਉਹਨੂੰ ਮਿਲੇ। ਇਸ ਤਰ੍ਹਾਂ ਕਰਨ ਦੇ ਨਾਲ ਇਨਕਮ ਜਿਹੜੀ ਆ ਜਾਂ ਇਨਕਮ ਦੀ ਡਿਸਟ੍ਰੀਬਿਊਸ਼ਨ ਆ, ਵੈਲਥ ਦੀ ਡਿਸਟ੍ਰੀਬਿਊਸ਼ਨ ਸਕਿਊਰਡ ਨਹੀਂ ਹੋਏਗੀ। ਇਹ ਨਹੀਂ ਹੋਏਗਾ ਸੋਸਾਇਟੀ ਦੇ ਵਿੱਚ ਕਿ ਇੱਕ ਪਾਸੇ ਐਕਸਟ੍ਰੀਮਲੀ ਲੋਕੀ ਰਿਚ ਹੋਈ ਜਾ ਰਹੇ ਆ, ਦੂਜੇ ਪਾਸੇ ਐਕਸਟ੍ਰੀਮਲੀ ਪੂਅਰ ਹੋਈ ਜਾ ਰਹੇ। ਤੋ ਇਸ ਚੀਜ਼ ਨੂੰ ਪ੍ਰੀਵੈਂਟ ਕਰਨ ਦੇ ਲਈ ਬਹੁਤ ਜ਼ਰੂਰੀ ਆ ਕਿ ਪਬਲਿਕ ਐਕਸਪੈਂਡੀਚਰ ਦੇ ਦੌਰਾਨ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਇਨਕਮ ਐਂਡ ਵੈਲਥ ਦਾ ਧਿਆਨ ਰੱਖਿਆ ਜਾਏ। ਤੋ ਇਹ ਕਿਸ ਤਰ੍ਹਾਂ ਕਰ ਸਕਦੀ ਆ ਗਵਰਨਮੈਂਟ ਕਿ ਜਿਹੜੇ ਪੂਅਰ ਲੋਕ ਆ, ਜਿਹੜੇ ਨੀਡੀ ਲੋਕ ਆ, ਉਹਨਾਂ ਤੇ ਜ਼ਿਆਦਾ ਖਰਚਾ ਕਰੇ, ਉਹਨਾਂ ਦੇ ਕੰਪੈਰੇਟਿਵਲੀ ਜਿਹੜੇ ਰਿਚ ਲੋਕ ਜਿਹਨਾਂ ਕੋਲ ਆਲਰੇਡੀ ਬੇਸਿਕ ਐਮਨਿਟੀਜ਼, ਕੰਫਰਟਸ ਆਫ ਲਾਈਫ ਔਰ ਲਗਜ਼ਰੀਜ਼ ਆਫ ਲਾਈਫ ਹੈਗੀਆਂ, ਉਹਨਾਂ ਤੇ ਉੱਪਰ ਪਬਲਿਕ ਐਕਸਪੈਂਡੀਚਰ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ। ਸੋ ਬੈਲੈਂਸ ਰੀਜਨਲ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਇੱਕ ਬੈਲੈਂਸ ਪੂਰੀ ਕੰਟਰੀ ਦੇ ਵਿੱਚ ਬਣਾਉਣਾ ਬਹੁਤ ਜ਼ਰੂਰੀ ਹੈ। ਇਹ ਨਹੀਂ ਹੈ ਕਿ ਸਿਰਫ ਕੁਛ ਹੀ ਸਟੇਟਸ ਦੇ ਵਿੱਚ ਡਿਵੈਲਪਮੈਂਟ ਹੋਈ ਜਾਵੇ ਅਤੇ ਬਾਕੀ ਜਿਹੜੀਆਂ ਬੈਕਵਰਡ ਸਟੇਟਸ ਹੈਗੀਆਂ, ਜਿੱਦਾਂ ਅਸੀਂ ਇੰਡੀਆ ਦੀ ਵੀ ਗੱਲ ਕਰੀਏ ਤਾਂ ਇੱਕ ਬਹੁਤ ਵੱਡੀ ਇਨਇਕੁਆਲਿਟੀ ਅਸੀਂ ਸਟੇਟਸ ਦੀ ਡਿਵੈਲਪਮੈਂਟ ਦੇ ਵਿੱਚ ਦੇਖ ਸਕਦੇ ਹਾਂ। ਇੱਕ ਪਾਸੇ ਸਾਡੇ ਕੋਲ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਵਰਗੀਆਂ, ਪੰਜਾਬ ਵਰਗੀਆਂ ਮਾਡਰਨ ਸਟੇਟਸ ਹੈਗੀਆਂ ਜਿਹਨਾਂ ਦੇ ਵਿੱਚ ਕਾਫੀ ਡਿਵੈਲਪਮੈਂਟ ਅਸੀਂ ਦੇਖ ਸਕਦੇ ਹਾਂ। ਦੂਜੇ ਪਾਸੇ ਈਸਟਰਨ ਜਾਂ ਨੌਰਥ ਈਸਟਰਨ ਸਟੇਟਸ ਸਾਡੇ ਕੋਲ ਹੈਗੀਆਂ, ਬਿਹਾਰ, ਮੱਧ ਪ੍ਰਦੇਸ਼, ਬਿਹਾਰ, ਉੜੀਸਾ ਵਰਗੀਆਂ, ਜਿਹਨਾਂ ਦੇ ਵਿੱਚ ਅੱਜ ਵੀ ਅਜੇ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਘਾਟ ਹੈ। ਤੋ ਇਸ ਤਰ੍ਹਾਂ ਇੱਕ ਕੰਟਰੀ ਦੇ ਵਿੱਚ ਓਵਰਆਲ ਜਿਹੜੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਇਸ ਲਈ ਰੀਜਨਲ ਡਿਵੈਲਪਮੈਂਟ ਦੇ ਵੱਲ ਪਬਲਿਕ ਐਕਸਪੈਂਡੀਚਰ ਦੇ ਦੌਰਾਨ ਧਿਆਨ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਆਫ ਕੋਆਰਡੀਨੇਸ਼ਨ ਹੋਵੇ ਸਾਰੇ ਲੈਵਲ ਦੇ ਉੱਪਰ, ਸਟੇਟ ਲੈਵਲ, ਸੈਂਟਰਲ ਲੈਵਲ ਐਂਡ ਲੋਕਲ ਗਵਰਨਮੈਂਟਸ ਦੇ ਵਿਚਕਾਰ ਅਗਰ ਕੋਆਰਡੀਨੇਸ਼ਨ ਨਹੀਂ ਹੋਏਗੀ ਤਾਂ ਅੱਛੀ ਤਰ੍ਹਾਂ ਦੇ ਨਾਲ ਡਿਵੈਲਪਮੈਂਟ ਪ੍ਰੋਜੈਕਟਸ ਜਿਹੜੇ ਆ ਉਹ ਕੰਮ ਨਹੀਂ ਕਰ ਉਹਨਾਂ 'ਤੇ ਕੀਤਾ ਜਾ ਸਕਦਾ, ਪਬਲਿਕ ਐਕਸਪੈਂਡੀਚਰ ਵੇਸਟ ਹੋ ਜਾਏਗਾ। ਹੁਣ ਖਾਸ ਕਰਕੇ ਡੈਮੋਕ੍ਰੈਟਿਕ ਕੰਟਰੀਜ਼ ਲਾਈਕ ਇੰਡੀਆ, ਇਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਕਿ ਅਗਰ ਸੈਂਟਰ ਐਂਡ ਸਟੇਟ ਲੈਵਲ ਦੇ ਉੱਪਰ ਗਵਰਨਮੈਂਟਸ ਜਿਹੜੀਆਂ ਆ ਓਪੋਜ਼ਿਟ ਪਾਰਟੀ ਦੀਆਂ ਆ, ਦੋਨਾਂ ਦੇ ਵਿੱਚ ਆਪਸ ਦੇ ਵਿੱਚ ਓਪੋਜੀਸ਼ਨ ਆ, ਉਹਦੇ ਨਾਲ ਕੀ ਹੁੰਦਾ ਕਿਤੇ ਨਾ ਕਿਤੇ ਡਿਵੈਲਪਮੈਂਟ ਕੰਪਰੋਮਾਈਜ਼ ਹੋ ਜਾਂਦੀ ਹੈ। ਤੋ ਇਸ ਡਿਵੈਲਪਮੈਂਟ ਦੇ ਵਿੱਚ ਕੰਪਰੋਮਾਈਜ਼ ਤੋਂ ਬਚਣ ਦੇ ਲਈ ਬਹੁਤ ਜ਼ਰੂਰੀ ਆ ਕਿ ਹਰੇਕ ਲੈਵਲ ਦੇ ਉੱਪਰ ਸੈਂਟਰ, ਸਟੇਟ ਔਰ ਲੋਕਲ ਗਵਰਨਮੈਂਟਸ ਦੇ ਵਿਚਕਾਰ ਕੋਆਰਡੀਨੇਸ਼ਨ ਹੋਵੇ, ਜਿਹਦੇ ਨਾਲ ਕਿ ਪਬਲਿਕ ਐਕਸਪੈਂਡੀਚਰ ਦਾ ਵੱਧ ਤੋਂ ਵੱਧ ਜਿਹੜਾ ਗੇਨ ਹੈਗਾ ਇਕੋਨਮੀ ਦੇ ਵਿੱਚ ਹੋ ਸਕੇ। ਸੋ ਇਸ ਤੋਂ ਇਲਾਵਾ ਜਿਹੜੇ ਸ਼ਾਰਟ ਟਰਮ ਤੇ ਲੌਂਗ ਟਰਮ ਇਫੈਕਟਸ ਦੀ ਅਗਰ ਗੱਲ ਕਰੀਏ, ਉਹ ਪਬਲਿਕ ਐਕਸਪੈਂਡੀਚਰ ਦੇ ਉਹ ਪੂਰੇ ਹੋਣੇ ਚਾਹੀਦੇ ਇਸ ਤਰੀਕੇ ਦੇ ਨਾਲ ਖਰਚ ਕੀਤਾ ਜਾਵੇ। ਉਹਨਾਂ ਨੂੰ ਪਹਿਲਾਂ ਐਕਸਪਲੇਨ ਕਰਨਾ ਚਾਹੀਦਾ ਕੋਈ ਵੀ ਪ੍ਰੋਜੈਕਟ ਹੈ ਕਿ ਸ਼ਾਰਟ ਟਰਮ ਦੇ ਵਿੱਚ ਉਹਦੇ ਤੋਂ ਕੀ ਫਾਇਦੇ ਹੋਣ ਵਾਲੇ ਆ, ਲੌਂਗ ਟਰਮ ਦੇ ਵਿੱਚ ਕੀ ਫਾਇਦੇ ਹੋਣੇ ਚਾਹੀਦੇ ਆ। ਸੋ ਇਸ ਤੋਂ ਇਲਾਵਾ ਇਸ ਤਰ੍ਹਾਂ ਜਿਹੜਾ ਆ ਖਰਚਾ ਕੀਤਾ ਜਾਵੇ ਕਿ ਉਹ ਖਰਚਾ ਕਰਨ ਦੇ ਦੌਰਾਨ ਕਿਸੇ ਵੀ ਜਗ੍ਹਾ ਦੇ ਜਿਹੜੇ ਜੋਗ੍ਰਾਫਿਕਲ ਏਰੀਆ ਆ, ਉੱਥੇ ਦੇ ਫਿਜ਼ੀਕਲ ਰਿਸੋਰਸਿਸ ਕਿੱਦਾਂ ਦੇ, ਉੱਥੇ ਦੀ ਪਾਪੂਲੇਸ਼ਨ ਦੀਆਂ ਨੀਡਸ ਕੀ ਹੈਗੀਆਂ, ਉਹਨਾਂ ਸਾਰੀਆਂ ਚੀਜ਼ਾਂ ਨੂੰ
ਧਿਆਨ ਦੇ ਵਿੱਚ ਰੱਖਦੇ ਹੋਏ ਹੀ ਇਹ ਖਰਚਾ ਕੀਤਾ ਜਾਣਾ ਚਾਹੀਦਾ। ਸੋ ਇੰਡੀਆ ਦੇ ਕੰਟੈਕਸਟ ਦੇ ਵਿੱਚ ਪਬਲਿਕ ਐਕਸਪੈਂਡੀਚਰ ਦੀ ਗੱਲ ਕਰੀਏ ਤਾਂ ਅਸੀਂ ਇੰਡੀਆ ਪਬਲਿਕ ਐਕਸਪੈਂਡੀਚਰ ਨੂੰ ਦੇਖ ਸਕਦੇ ਹਾਂ ਕਿ ਲਗਾਤਾਰ ਅਗਰ ਪੋਸਟ ਇੰਡੀਪੈਂਡੈਂਸ ਪੀਰੀਅਡ ਦੀ ਅਸੀਂ ਗੱਲ ਕਰੀਏ 1950-51 ਤੋਂ ਲੈ ਕੇ 2017-18 ਦੇ ਪੀਰੀਅਡ ਦੀ ਗੱਲ ਕਰੀਏ ਤਾਂ ਇਹ ਪਬਲਿਕ ਐਕਸਪੈਂਡੀਚਰ ਜਿਹੜਾ ਹੈਗਾ ਆ ਸੈਂਟਰਲ ਗੌਰਮੈਂਟ ਦਾ ਤਾਂ ਕਰੰਟ ਰੈਵਨਿਊ ਐਕਸਪੈਂਡੀਚਰ ਜਿਹੜਾ ਆ ਰੈਵਨਿਊ ਐਕਸਪੈਂਡੀਚਰ ਦੀ ਅਸੀਂ ਗੱਲ ਕਰ ਰਹੇ ਹਾਂ ਟੋਟਲ ਐਕਸਪੈਂਡੀਚਰ ਦੀ ਨਹੀਂ। ਸੋ ਰੈਵਨਿਊ ਐਕਸਪੈਂਡੀਚਰ ਦੇਖ ਸਕਦੇ ਹਾਂ ਕਿ 1950-51 ਦੇ ਵਿੱਚ ਜਿਹੜਾ ਕਿ 350 ਕਰੋੜ ਸੀਗਾ ਉਹ ਉਸ ਤੋਂ ਵੱਧ ਕੇ 1,78,835 ਕਰੋੜ ਬਹੁਤ ਹੀ ਜ਼ਿਆਦਾ ਇਨਕਰੀਜ ਹੁਣ ਤੱਕ ਉਹਦੇ ਵਿੱਚ ਹੋ ਚੁੱਕਾ ਆ। ਸੋ ਇਹਦੇ ਕਿਉਂਕਿ ਗੌਰਮੈਂਟ ਦੀਆਂ ਰਿਸਪੋਂਸੀਬਿਲਟੀਜ਼ ਵੱਧ ਰਹੀਆਂ ਜਿੱਦਾਂ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਸੋਸਾਇਟੀ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਆ, ਦੇਸ਼ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਆ, ਗੌਰਮੈਂਟ ਦੀਆਂ ਐਡਮਿਨਿਸਟ੍ਰੇਟਿਵ ਜੋਬਸ ਦੇ ਵਿੱਚ, ਗੌਰਮੈਂਟ ਦੀਆਂ ਕਮਿਟਮੈਂਟਸ ਪਬਲਿਕ ਦੇ ਪ੍ਰਤੀ, ਡਿਫੈਂਸ ਸਰਵਿਸਿਜ਼ ਦੇ ਲਈ ਜਾਂ ਪਾਰਲੀਮੈਂਟ ਗੌਰਮੈਂਟਸ ਇੰਟਰਨੈਸ਼ਨਲ ਕਮਿਟਮੈਂਟਸ ਹੈਗੀਆਂ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਗੌਰਮੈਂਟ ਦੀਆਂ ਜਿਹੜੀਆਂ ਜੋ ਰਿਸਪੋਂਸੀਬਿਲਿਟੀਜ਼ ਆ ਉਹਨਾਂ ਦੀ ਫੁਲਫਿਲਮੈਂਟ ਦੇ ਲਈ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਪੈਸਾ ਖਰਚ ਕਰਨਾ ਪੈ ਰਿਹਾ। ਸੋ ਇੱਥੇ ਅਸੀਂ ਡਾਟਾ ਵੀ ਦੇਖ ਸਕਦੇ ਹਾਂ ਕਿ ਲਗਾਤਾਰ ਜਿਹੜਾ ਉਹ ਇਹਦੇ ਵਿੱਚ ਰੈਵਨਿਊ ਐਕਸਪੈਂਡੀਚਰ ਚਾਹੇ ਕੈਪੀਟਲ ਐਕਸਪੈਂਡੀਚਰ ਆ ਜਾਂ ਚਾਹੇ ਟੋਟਲ ਐਕਸਪੈਂਡੀਚਰ ਆ ਰੈਵਨਿਊ ਪਲੱਸ ਕੈਪੀਟਲ ਸਾਰਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਐਬਸੋਲਿਊਟ ਟਰਮਸ ਦੇ ਵਿੱਚ। ਅਗਰ ਅਮਾਊਂਟ ਦੀ ਫਾਰਮ 'ਚ ਦੇਖੀਏ ਲਗਾਤਾਰ ਵਾਧਾ ਹੋਈ ਜਾ ਰਿਹਾ। ਹੁਣ ਪਰਸੈਂਟੇਜ ਦੀ ਗੱਲ ਕਰੀਏ ਕਿ ਰੈਵਨਿਊ ਐਕਸਪੈਂਡੀਚਰ ਜ਼ਿਆਦਾ ਹੈ ਕਿ ਕੈਪੀਟਲ, ਕਿਉਂਕਿ ਪਹਿਲੇ ਵੀ ਅਸੀਂ ਜਿੱਦਾਂ ਡਿਸਕਸ ਕੀਤਾ ਕਿ ਕੈਪੀਟਲ ਐਕਸਪੈਂਡੀਚਰ ਦਾ ਫਾਇਦਾ ਅਸਲ ਦੇ ਵਿੱਚ ਕੰਟਰੀ ਦੀ ਡਿਵੈਲਪਮੈਂਟ ਦੇ ਲਈ ਹੁੰਦਾ ਹੈ। ਅਗਰ ਕੰਟਰੀ ਦੀ ਡਿਵੈਲਪਮੈਂਟ ਚਾਹੁੰਦੇ ਹਾਂ ਤਾਂ ਜ਼ਿਆਦਾ ਖਰਚਾ ਕੈਪੀਟਲ ਐਕਸਪੈਂਡੀਚਰ ਹੋਣਾ ਚਾਹੀਦਾ ਜਿਹਦੇ ਨਾਲ ਕਿ ਐਸੈਟਸ ਕ੍ਰੀਏਟ ਹੋਣ, ਲਾਇਬਿਲਿਟੀਜ਼ ਰਿਡਿਊਸ ਹੋਣ। ਰੈਵਨਿਊ ਐਕਸਪੈਂਡੀਚਰ 'ਚ ਕੀ ਹੁੰਦਾ, ਇਹਦੇ ਨਾਲ ਨਾ ਤਾਂ ਐਸੈਟਸ ਕ੍ਰੀਏਟ ਹੁੰਦੀਆਂ ਨਾ ਲਾਇਬਿਲਿਟੀਜ਼ ਘਟਦੀਆਂ। ਤੋ ਇਸ ਲਈ ਅਗਰ ਇੱਥੇ ਅਸੀਂ ਦੇਖੀਏ ਕਿ ਕੰਟਰੀ ਦੀ ਡਿਵੈਲਪਮੈਂਟ ਕਰਨੀ ਆ ਤੇ ਕੈਪੀਟਲ ਐਕਸਪੈਂਡੀਚਰ ਜ਼ਿਆਦਾ ਹੋਣਾ ਚਾਹੀਦਾ, ਬਟ ਫਿਲਹਾਲ ਇੱਥੇ ਜ਼ਿਆਦਾ ਅਗਰ ਅਸੀਂ ਟ੍ਰੈਂਡ ਦੇਖੀਏ ਤਾਂ ਸਾਨੂੰ ਵਾਧਾ ਹੋਇਆ ਨਜ਼ਰ ਨਹੀਂ ਆ ਰਿਹਾ। ਲਗਾਤਾਰ ਜਿਹੜਾ ਰੈਵਨਿਊ ਐਕਸਪੈਂਡੀਚਰ ਆ ਉਹ ਹਾਈ ਬਣਿਆ ਹੋਇਆ ਹੈ। ਤੋ ਗਵਰਨਮੈਂਟ ਕੈਪੀਟਲ ਐਕਸਪੈਂਡੀਚਰ ਦੇ ਉੱਪਰ ਖਰਚਾ ਜਿਹੜਾ ਆ ਉਹਦਾ ਸ਼ੇਅਰ ਅਸੀਂ ਦੇਖ ਸਕਦੇ ਹਾਂ ਕਿ ਘੱਟ ਹੈਗਾ। ਸੋ ਇਸ ਤੋਂ ਇਲਾਵਾ ਅਗਰ ਪਬਲਿਕ ਐਕਸਪੈਂਡੀਚਰ ਇੰਡੀਆ ਦੇ ਵਿੱਚ ਇਹਦੇ ਅਗਲੇ ਫੀਚਰ ਦੀ ਗੱਲ ਕਰੀਏ ਤਾਂ GDP ਦੇ ਪ੍ਰਪੋਰਸ਼ਨ ਦੇ ਤੌਰ ਤੇ ਗੱਲ ਕਰੀਏ ਕਿ GDP ਦਾ ਕਿੰਨਾ ਪਰਸੈਂਟ ਜਿਹੜਾ ਪਬਲਿਕ ਐਕਸਪੈਂਡੀਚਰ ਦੇ ਤੌਰ ਤੇ ਖਰਚ ਕੀਤਾ ਜਾ ਰਿਹਾ। 1950-51 ਦੇ ਵਿੱਚ ਇਹ ਸਾਡੇ ਕੋਲ GDP ਦਾ 5.3% ਸੀ, ਜਿਹੜਾ ਕਿ 1991 ਦੇ ਵਿੱਚ 17.3% ਹੋ ਗਿਆ। ਰੀਸੈਂਟ ਟ੍ਰੈਂਡਸ ਦੀ ਗੱਲ ਕਰੀਏ 13.2 ਇਨ 2014-15 ਐਂਡ 2017-18 ਦੇ ਵਿੱਚ 12.5%, ਲੇਕਿਨ ਐਬਸੋਲਿਊਟ ਟਰਮਸ ਦੇ ਵਿੱਚ ਵੱਧ ਰਿਹਾ ਆ ਅਮਾਊਂਟ, ਉਹਦਾ ਐਬਸੋਲਿਊਟ ਫਿਗਰਸ ਦੇ ਵਿੱਚ ਦੇਖੀਏ ਤਾਂ ਲਗਾਤਾਰ ਵੱਧ ਰਿਹਾ ਆ, ਲੇਕਿਨ ਸ਼ੇਅਰ ਦੇ ਤੌਰ ਤੇ ਕਿਉਂਕਿ GDP ਦਾ ਓਵਰਆਲ ਫਿਰ ਇੰਨੀ ਜ਼ਿਆਦਾ ਗਰੋ ਕਰ ਰਹੀ ਹੈ ਤਾਂ ਉਹਦੇ ਬੇਸਿਸ ਤੇ ਅਗਰ ਦੇਖੀਏ ਤਾਂ ਪਰਸੈਂਟੇਜ ਜਿਹੜੀ ਆ ਕੋਈ ਬਹੁਤ ਜ਼ਿਆਦਾ ਇਨਕਰੀਜ਼ ਉਹ ਨਹੀਂ ਹੋਈ। ਤੋ ਇੱਕ ਸਿਮੀਲਰ ਜਿਹਾ ਟ੍ਰੈਂਡ ਅਸੀਂ ਇੱਥੇ ਦੇਖ ਸਕਦੇ ਹਾਂ। ਈਵਨ ਇਹ ਲਗਾਤਾਰ ਇੱਥੇ 1991 ਤੋਂ ਬਾਅਦ ਘਟਦੀ ਹੀ ਨਜ਼ਰ ਆ ਰਹੀ ਹੈ। ਕੰਪੋਜੀਸ਼ਨ ਦੀ ਗੱਲ ਕਰੀਏ ਪਬਲਿਕ ਐਕਸਪੈਂਡੀਚਰ ਦੀ ਕਿ ਕਿਹਨਾਂ ਚੀਜ਼ਾਂ ਦੇ ਉੱਪਰ ਖਰਚਾ ਕੀਤਾ ਜਾ ਰਿਹਾ ਜ਼ਿਆਦਾ, ਤੋ ਕੰਪੋਜੀਸ਼ਨ ਦੀ ਗੱਲ ਕਰੀਏ ਉਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪ੍ਰਪੋਰਸ਼ਨ ਜਿਹੜੇ ਆ ਅਲੱਗ ਅਲੱਗ ਟਾਈਮ ਦੇ ਉੱਪਰ ਚੇਂਜ ਹੋਏ ਆ, ਕਦੇ ਰੈਵਨਿਊ ਐਕਸਪੈਂਡੀਚਰ ਜ਼ਿਆਦਾ ਹੈ ਜਾਂ ਕੈਪੀਟਲ ਐਕਸਪੈਂਡੀਚਰ ਜ਼ਿਆਦਾ ਹੈ। ਸੋ ਇਹ ਸਿਚੁਏਸ਼ਨ ਦੇ ਅਕੋਰਡਿੰਗ ਜਿਹੜਾ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਕੰਡੀਸ਼ਨਸ ਹੈ, ਇਕਨੋਮਿਕ ਜਾਂ ਸੋਸ਼ਲ ਕੰਡੀਸ਼ਨਸ, ਉਹਦੇ ਅਕੋਰਡਿੰਗ ਇਹ ਬਦਲਦੀਆਂ ਰਹੀਆਂ। ਸੋ ਅੱਜ ਅਗਰ ਅਸੀਂ ਦੇਖੀਏ ਤਾਂ ਪਬਲਿਕ ਐਕਸਪੈਂਡੀਚਰ ਦੇ ਵਿੱਚ ਇੰਟਰਸਟ ਪੇਮੈਂਟ ਤੇ ਡੈਟ ਸਰਵਿਸ ਦਾ ਇੱਕ ਬਹੁਤ ਵੱਡਾ ਸ਼ੇਅਰ ਆ ਜਾਂਦਾ ਹੈ। ਦੈਟ ਮੀਨਸ ਕਿ ਕੈਪੀਟਲ ਪਰਪਸਿਸ ਦੇ ਲਈ ਤਾਂ ਜਿਹੜਾ ਪੈਸਾ ਖਰਚਣਾ ਇਹਦੇ ਨਾਲ ਨਾਲ ਗਵਰਨਮੈਂਟ ਨੇ ਇੰਨੇ ਕੁ ਲੋਨਸ ਜਿਹੜੀ ਉਹਨਾਂ ਦੀ ਰੀਪੇਮੈਂਟ ਕਰਨੀ ਪੈ ਰਹੀ ਆ, ਇੰਨਾ ਕੁ ਇੰਟਰਸਟ ਪੇ ਕਰਨਾ ਪੈ ਰਿਹਾ ਕਿ ਬਹੁਤ ਵੱਡਾ ਅਮਾਊਂਟ ਪਬਲਿਕ ਐਕਸਪੈਂਡੀਚਰ ਦੇ ਵਿੱਚ ਇਹਦਾ ਇਹਨਾਂ ਦੋ ਚੀਜ਼ਾਂ ਦਾ ਹੀ ਹੈ। ਡੈਟ ਸਰਵਿਸ ਦਾ ਮਤਲਬ ਕਿ ਜਿਹੜਾ ਡੈਟ ਨੂੰ ਰੀਪੇ ਕਰਨਾ ਹੋਣਾ। ਸੋ ਇਸ ਤਰ੍ਹਾਂ ਇਸ ਤੋਂ ਇਲਾਵਾ ਡਿਫੈਂਸ ਦੇ ਉੱਪਰ ਬਹੁਤ ਇੱਕ ਹਿਊਜ ਅਮਾਊਂਟ ਜਿਹੜਾ ਹੈ ਗਵਰਨਮੈਂਟ ਨੂੰ ਖਰਚ ਕਰਨਾ ਪੈਂਦਾ ਹੈ, ਸਬਸਿਡੀਜ਼ ਪ੍ਰੋਵਾਈਡ ਕਰਨੀਆਂ, ਇਕਨੋਮਿਕ ਸਰਵਿਸਿਜ਼ ਜਾਂ ਸੋਸ਼ਲ ਸਰਵਿਸਿਜ਼ ਲੋਕਾਂ ਨੂੰ ਪ੍ਰੋਵਾਈਡ ਕਰਨੀਆਂ। ਤੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ ਦਾ ਹੌਲੀ ਹੌਲੀ ਜਿਹੜਾ ਸ਼ੇਅਰ ਆ ਉਹ ਬਹੁਤ ਇਨਕਰੀਜ਼ ਹੋਇਆ ਆ ਪੋਸਟ ਇੰਡੀਪੈਂਡੈਂਸ ਪੀਰੀਅਡ ਦੇ ਵਿੱਚ, ਜਿਹਦੇ ਨਾਲ ਕਿ ਪਬਲਿਕ ਐਕਸਪੈਂਡੀਚਰ ਦੀ ਸਾਰੀ ਕੰਪੋਜੀਸ਼ਨ ਉਹ ਚੇਂਜ ਹੋ ਗਈ ਹੈ। ਇਹਦੇ ਤੋਂ ਇਲਾਵਾ ਡਿਵੈਲਪਮੈਂਟ ਐਕਸਪੈਂਡੀਚਰ ਦੀ ਗੱਲ ਕਰੀਏ ਤਾਂ ਡਿਵੈਲਪਮੈਂਟ ਐਕਸਪੈਂਡੀਚਰ ਵੀ ਇਨਕਰੀਜ਼ ਹੋਇਆ। ਡਿਵੈਲਪਮੈਂਟ ਲਗਾਤਾਰ ਜਿਸ ਤਰ੍ਹਾਂ ਗਵਰਨਮੈਂਟ ਵਧਾਉਣ ਦੀ ਕੋਸ਼ਿਸ਼ ਕਰ ਰਹੀ ਆ, ਉਸੇ ਤਰ੍ਹਾਂ
एक गवर्नमेंट का डिवेलपमेंट खर्चा भी जिहड़ा हैगा है, डिवेलपमेंट एक्सपेंडिचर हैगा पब्लिक एक्सपेंडिचर, उहदा शेयर भी हौली हौली जिहड़ा टोटल पब्लिक एक्सपेंडिचर दे विच आ उह वध रिहा। जिस तरह इत्थे असीं देख सकदे हां कि 1950-51 दे विच डिवेलपमेंट एक्सपेंडिचर दा शेयर टोटल पब्लिक एक्सपेंडिचर दे विच 36.2 सी, फिर 1990-91 दे विच 60% हो गया, फिर इह डिक्रीज़ होया दो 2000-2001 दे विच, फिर हौली हौली इनक्रीज़ होना शुरू हो गया 2016-17 दा लेटेस्ट जो डाटा है उहदे अकॉर्डिंग ए फिगर साडे कोल 53.3% दी रूप विच सामने आई। सो नॉन डिवेलपमेंट एक्सपेंडिचर दी गल करिए तां नॉन डिवेलपमेंट एक्सपेंडिचर भी लगातार वध रहा क्योंकि डिफेंस दे उपर खर्चा, इंटरस्ट पेमेंट, सबसिडीज, ये सारिया चीज़ां भी लगातार गवर्नमेंट नूं, एक तो इंडिया दे विच पापूलेशन बहुत तेजी नाल इनक्रीज हो रही है जिहदे करके गवर्नमेंट दे उपर होर ज़्यादा प्रैशर इनक्रीज हो रहा, बहुत ज़्यादा लोगों नूं फैसिलिटीज प्रोवाइड करनिया पै रही, जिहदी वजह दे नाल ए वी नॉन डिवेलपमेंट खर्चा भी लगातार इनक्रीज हो रहा। कैपिटल एक्सपेंडिचर कितने ना कितने सानू घटता नजर आ रहा क्योंकि रेवेन्यू एक्सपेंडिचर बहुत वध रहा, जदों रेवेन्यू एक्सपेंडिचर वधेगा बेकार के खर्चे ज्यादा बढ़ने, जिथों कोई इनकम नहीं इनक्रीज हो रही, एसेट क्रिएट ही नहीं हो रही तो इनकम कितों आएगी, कोई लाइबिलिटी रिड्यूज नहीं हो रही तो उल्टा गवर्नमेंट नूं ट्रांसफर पेमेंट्स ज्यादा करनिया पै रही, इदा के खर्चे जिन्हों तो कोई भी डिवेलपमेंट जी नहीं हो पा रही। सो ये करके जो कैपिटल एक्सपेंडिचर के देख सकते हैं कि काफ़ी ज्यादा जो जी डी पी के शेयर परसेंटेज शेयर के रूप के अगर देखिए तो कैपिटल एक्सपेंडिचर काफ़ी रेशो घट है। सो 2017-18 के देखिए 1991 के मुकाबले 1.54% डिक्रीज आया, तो 1.54% इतने पर बहुत छोटा जहा नंबर लग रहा, बट जो असं कंट्री लैवल से एबसल्यूट फिगर्स गल करांगे तो यह लैक्स करोड़ रुपीज़ के जी है वैल्यू बन जाती है। सो इस करके एक बहुत बड़ा ह्यूज अमाउंट हैगा जिदा कि कैपिटल एक्सपेंडिचर के डिक्रीज इतने सानू देखने को मिलिया कंट्री के। रेवेन्यू डेफिसिट लगातार बढ़ रहा, डेफिसिट का मतलब कि इनकम आ नहीं रही गवर्नमेंट, लेकिन जड़ा एक्सपेंडिचर वो ज्यादा है, रेवेन्यू एक्सपेंडिचर जिदे करके रेवेन्यू डेफिसिट है वो बढ़ रहा, इहदी वजह दे नाल ही पब्लिक डेट का अगे अगे बर्डन जिहड़ा गवर्नमेंट ते बढ़ता है क्योंकि इस डेफिसिट नूं पूरा करने लई गवर्नमेंट फिर डेट का हेल्प लैंदी है। सो इंटरस्ट पेमेंट्स के उपर खर्चा बहुत बढ़ रहा, पुराने लोनस नूं गवर्नमेंट अजे तक चुका नहीं पा रही, नवे लोनस ले जा रहे उपरों दी ते नाल दी नाल फिर उन्हां दा इंटरस्ट पे करना पैंदा जिहदे करके इन्हां दे उपर एक ह्यूज अमाउंट गवर्नमेंट खर्च कर रही है। सो अगर गल करिए नॉन प्लैन एक्सपेंडिचर की तो बहुत ज्यादा, हुण तो इंडिया दे विच 5 ईयर प्लैन ही खत्म हो गया 2017 दे विच, जिहड़ा लास्ट सीगा 2012 तो 2017 तक लास्ट 5 ईयर प्लैन दैट वॉज 12th 5 ईयर प्लैन, उहदे तो बाद गवर्नमेंट ने प्लैनिंग का जो 5 ईयर प्लैनिंग सिस्टम है देश दे विच खत्म कर दिता। तो इस तरह जिहड़ा नॉन प्लैन एक्सपेंडिचर आ उहदा शेयर कंट्री दे विच वध रहा। सो अगर असीं इत्थे गल करिए 2017-18 दे विच गवर्नमेंट दे डिसीजन दी, तो गवर्नमेंट ने एक बड़ा वड्डा डिसीजन लिया कि उन्होंने प्लैन ते नॉन प्लैन एक्सपेंडिचर दी क्लासीफिकेशन भी खत्म कर दिता कि पब्लिक एक्सपेंडिचर इज ओनली अ पब्लिक एक्सपेंडिचर, नथिंग इज नॉन प्लैन और प्लैंड, उन्होंने इस कैटेगरी ने खत्म कर दिता। तो ये की है कितने ना कितने असीं देख सकते हैं कि वो फंड्स नू जिहड़ा आ या इस तरह एक कि देश दे विच एक एजिटेशन ना क्रिएट हो वे उस चीज दे रूप दे विच भी देख सकते हैं कि इस तरह जिहड़ा आ कि कोई हिसाब नहीं होएगा कि प्लैन एक्सपेंडिचर केड़ा है ते नॉन प्लैन एक्सपेंडिचर केड़ा आ। सबसिडीज की गल करिए सबसिडीज लगातार गवर्नमेंट सोशल वेलफेयर नूं प्रमोट करने लई सबसिडीज, LPG सबसिडी आ, कैरोसिन ऑयल सबसिडी आ, जां फर्टिलाइजर दे उपर फार्मर्स नूं सबसिडी आ, जां जिहड़े कोई इदां दी इक्यूपमेंट्स खरीदे इंडस्ट्री दे लई कैपिटल गुड्स दी प्रोडक्शन हो रही है उहनां दे विच कोई जिहड़े इनपुट्स हैगियां उहनां ते सबसिडीज, इहदे नाल गवर्नमेंट दे उपर एक बहुत वड्डा बर्डन आउंदा। सो इह सारियां चीज़ां दे नाल भी जिहड़ा काफ़ी एक्सपेंडिचर गवर्नमेंट नूं सबसिडीज दे उपर इंडिया दे विच करना पैंदा है। सो इहदे नाल काफ़ी ज़्यादा एक लार्ज अमाउंट असीं देख सकते हैं सबसिडीज दे उपर गवर्नमेंट स्पेंड करदी है। हुण कॉजेज़ की गल करिए इंडिया दे विच पब्लिक एक्सपेंडिचर दे विच इनक्रीज होंदे तां पापूलेशन पहला फैक्टर आ जाता क्योंकि पापूलेशन इन्नी ज़्यादा तेजी नाल वध रही आ, इन्नी ज़्यादा पापूलेशन होने करके गवर्नमेंट नूं इन्नी लोगों नूं फैसिलिटीज़ प्रोवाइड करन दे लई गवर्नमेंट नूं
ਬਹੁਤ ਖਰਚਾ ਕਰਨਾ ਪੈਂਦਾ ਸੋਸ਼ਲ ਸਿਕਿਉਰਿਟੀ ਜਾਂ ਸੋਸ਼ਲ ਵੈਲਫੇਅਰ ਜਿੱਦਾਂ ਜਿੱਦਾਂ ਕੰਟਰੀ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਪਬਲਿਕ ਦੀਆਂ ਐਕਸਪੈਕਟੇਸ਼ਨਸ ਵੱਧਦੀਆਂ ਜਾਂਦੀਆਂ ਹੈ ਕਿ ਸਾਨੂੰ ਗਵਰਨਮੈਂਟ ਫੈਸਿਲਿਟੀਜ਼ ਵੱਧ ਤੋਂ ਵੱਧ ਦੇਵੇ ਸੋਸ਼ਲ ਐਮਨਿਟੀਜ਼ ਪ੍ਰੋਵਾਈਡ ਕਰੇ ਉਹਦੇ ਲਈ ਫਿਰ ਗਵਰਨਮੈਂਟ ਨੂੰ ਉਹ ਫੈਸਿਲਿਟੀਜ਼ ਜਾਂ ਸੋਸ਼ਲ ਵੈਲਫੇਅਰ ਨੂੰ ਪ੍ਰਮੋਟ ਕਰਨ ਦੇ ਲਈ ਜ਼ਿਆਦਾ ਖਰਚਾ ਕਰਨਾ ਪੈ ਰਿਹਾ ਹੈ ਸੋ ਡਿਫੈਂਸ ਐਕਸਪੈਂਡੀਚਰ ਕੰਟਰੀ ਦੀਆਂ ਆਪਣੀ ਕੰਟਰੀ ਨੂੰ ਜਿਹੜਾ ਸੋਵਰੈਨਿਟੀ ਨੂੰ ਜੋ ਹੈ ਉਹ ਬਣਾ ਕੇ ਰੱਖਣ ਦੇ ਲਈ ਆਪਣੇ ਬਾਰਡਰ ਦੇ ਉੱਪਰ ਜਿਹੜਾ ਇਹ ਇੱਕ ਕੰਟਰੀ ਨੂੰ ਐਕਸਟਰਨਲ ਜਿਹੜਾ ਐਜੂਟੇਸ਼ਨ ਤੋਂ ਪ੍ਰੀਵੈਂਟ ਕਰਨ ਦੇ ਲਈ ਜਾਂ ਬਚਾ ਆਪਣੀ ਕੰਟਰੀ ਨੂੰ ਡਿਫੈਂਡ ਕਰਨ ਦੇ ਲਈ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਜਿਹੜਾ ਆ ਅਸੀਂ ਦੇਖ ਸਕਦੇ ਹਾਂ ਸਟੇਟ ਆਫ ਦੀ ਆਰਟ ਇਕਿਉਪਮੈਂਟਸ ਇੱਦਾਂ ਦੇ ਜਿੱਦਾਂ ਹੁਣੇ ਵੀ ਅਸੀਂ ਦੇਖ ਸਕਦੇ ਹਾਂ ਕਿ 2020 ਦੇ ਵਿੱਚ ਸਾਡੇ ਕੰਟਰੀ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਖਰਚਾ ਡਿਫੈਂਸ ਸੈਕਟਰ ਦੇ ਵਿੱਚ ਤੋ ਰਾਫੇਲ ਡੀਲ ਰਾਫੇਲ ਜਿਹੜੇ ਪਲੇਨਸ ਆ ਉਹ ਕੰਟਰੀ ਦੇ ਵਿੱਚ ਆਏ ਆ ਤੋ ਬਹੁਤ ਵੱਡਾ ਗਵਰਨਮੈਂਟ ਨੇ ਇਹਨਾਂ ਦੇ ਉੱਪਰ ਜਿਹੜਾ ਅਮਾਊਂਟ ਉਹ ਖਰਚ ਕੀਤਾ ਆ ਇਹ ਪਲੇਨਸ ਲੈਣ ਦੇ ਲਈ ਸੋ ਇਸ ਤਰ੍ਹਾਂ ਬਹੁਤ ਸਾਰਾ ਡਿਫੈਂਸ ਦੇ ਉੱਪਰ ਐਕਸਪੈਂਡੀਚਰ ਗਵਰਨਮੈਂਟ ਜਿਹੜਾ ਲਗਾਤਾਰ ਵਧਾ ਰਹੀ ਹੈ ਜਿਹਦੇ ਕਰਕੇ ਇੰਡੀਆ ਦੇ ਵਿੱਚ ਪਬਲਿਕ ਐਕਸਪੈਂਡੀਚਰ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਇਨਕਰੀਜ਼ ਉਹ ਦੇਖ ਸਕਦੇ ਹਾਂ ਸੋ ਕਿਉਂਕਿ ਇਸ ਤਰ੍ਹਾਂ ਦੀਆਂ ਵਾਰਸ ਵੀ ਇੰਡੀਆ ਨੂੰ ਚਾਈਨਾ ਇੰਡੋ ਚਾਈਨਾ ਵਾਰ ਹੋਈ ਆ ਚਾਹੇ ਇੰਡੀਆ ਇੰਡੋ ਪਾਕਿਸਤਾਨ ਵਾਰ ਹੋਈ ਆ ਤੋ ਉਹਨਾਂ ਵਾਰ ਦੇ ਦੌਰਾਨ ਵੀ ਕਾਫੀ ਜਿਹੜੀ ਡਿਸਟਰਕਸ਼ਨ ਹੋਈ ਆ ਜਾਂ ਉਹਨਾਂ ਦੇ ਦੌਰਾਨ ਵੀ ਕਈ ਕਈ ਤਰ੍ਹਾਂ ਦੇ ਇਕਿਉਪਮੈਂਟਸ ਦਾ ਪਰਚੇਸ ਸੋ ਇਸ ਤਰ੍ਹਾਂ ਇਹ ਇੱਕ ਆਪਣੇ ਆਪ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ ਇੱਕ ਡਿਫੈਂਸ ਮੈਕਨਿਜ਼ਮ ਕੰਟਰੀ ਦੇ ਵਿੱਚ ਮੇਨਟੇਨ ਕਰਨ ਦੇ ਲਈ ਬਹੁਤ ਜ਼ਿਆਦਾ ਪਬਲਿਕ ਐਕਸਪੈਂਡੀਚਰ ਕੀਤਾ ਜਾਂਦਾ ਇਕਨੋਮਿਕ ਪਲੈਨਿੰਗ ਦੇ ਨਾਲ ਅਲੱਗ ਅਲੱਗ ਸੈਕਟਰਸ ਦੀ ਡਿਵੈਲਪਮੈਂਟ ਕਰਨੀ ਇੱਕ ਪਲੈਨਿੰਗ ਮੈਨਰ ਪਲੈਨਡ ਮੈਨਰ ਦੇ ਵਿੱਚ ਉਹਦੇ ਲਈ ਇਕਨੋਮਿਕ ਪਲੈਨਿੰਗ 5 ਈਅਰ ਪਲੈਨਸ ਚੱਲਦੇ ਸੀ ਜਿਹਦੇ ਵਿੱਚ ਕਿ ਬਹੁਤ ਵੱਡੇ ਵੱਡੇ ਅਮਾਊਂਟਸ ਜਿਹੜੇ ਆ ਹਿਊਜ ਅਮਾਊਂਟਸ ਸਪੈਂਡ ਕੀਤੇ ਜਾਂਦੇ ਸੀ ਅਲੱਗ ਅਲੱਗ ਸੈਕਟਰ ਦੀ ਡਿਵੈਲਪਮੈਂਟ ਦੇ ਲਈ ਉਹਦੇ ਕਰਕੇ ਵੀ ਕਾਫੀ ਜ਼ਿਆਦਾ ਇਨਕਰੀਜ਼ ਜਿਹੜਾ ਆ ਉਹ ਪਬਲਿਕ ਐਕਸਪੈਂਡੀਚਰ 'ਚ ਅਸੀਂ ਦੇਖ ਸਕਦੇ ਹਾਂ ਸਿਵਲ ਐਡਮਿਨਿਸਟ੍ਰੇਸ਼ਨ ਚਾਹੇ ਉਹ ਪੁਲਿਸਿੰਗ ਹੁਣ ਜਿਸ ਤਰ੍ਹਾਂ ਪਾਪੂਲੇਸ਼ਨ ਵੱਧ ਰਹੀ ਹੈ ਉਸ ਤਰ੍ਹਾਂ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨ ਦੇ ਲਈ ਵੀ ਜ਼ਿਆਦਾ ਖਰਚ ਕਰਨਾ ਪੈਂਦਾ ਕਿਉਂਕਿ ਜ਼ਿਆਦਾ ਪੁਲਿਸ ਪਰਸੋਨਲ ਦੀ ਲੋੜ ਹੋਏਗੀ ਜ਼ਿਆਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਜ਼ਿਆਦਾ ਜਿਹੜੀ ਹਿਊਮਨ ਫੋਰਸ ਹੈਗੀ ਉਹ ਚਾਹੀਦੀ ਹੈ ਇਸ ਕਰਕੇ ਸਿਵਲ ਐਡਮਿਨਿਸਟ੍ਰੇਸ਼ਨ ਤੇ ਵੀ ਲਗਾਤਾਰ ਖਰਚਾ ਜਿਹੜਾ ਗਵਰਨਮੈਂਟ ਦਾ ਚਾਹੇ ਉਹ ਜੁਡੀਸ਼ਰੀ ਤੇ ਆ ਪੁਲਿਸ ਤੇ ਆ ਇਹ ਵੀ ਖਰਚੇ ਕਾਫੀ ਜ਼ਿਆਦਾ ਵਧੇ ਆ ਸੋ ਪਬਲਿਕ ਸੈਕਟਰ ਇੰਟਰਪ੍ਰਾਈਜ਼ ਦੀ ਗੱਲ ਕਰੀਏ ਤਾਂ ਕੰਟਰੀ ਦੇ ਵਿੱਚ ਪਬਲਿਕ ਸਰਵਿਸਿਸ ਜਿੱਦਾਂ ਰੇਲਵੇਜ਼ ਆ ਰੋਡ ਪੋਸਟ ਐਂਡ ਟੈਲੀਗ੍ਰਾਫ ਟੈਲੀਫੋਨ ਇਲੈਕਟ੍ਰੀਸਿਟੀ ਕੋਲ ਮਾਈਨਸ ਬੈਂਕਿੰਗ ਏਅਰ ਟ੍ਰੈਫਿਕ ਇੱਦਾਂ ਦੇ ਸੈਕਟਰਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਬਲਿਕ ਸੈਕਟਰ ਇੰਟਰਪ੍ਰਾਈਜ਼ ਵੀ ਕੰਮ ਕਰਦੇ ਆ ਤੋ ਉਹਨਾਂ ਦੀ ਮੇਨਟੇਨੈਂਸ ਉਹਨਾਂ ਨੂੰ ਰਨ ਕਰਨ ਦੇ ਲਈ ਗਵਰਨਮੈਂਟ ਇੱਕ ਹਿਊਜ ਅਮਾਊਂਟ ਦੇ ਵਿੱਚ ਕਿਉਂਕਿ ਇਹਨਾਂ ਸੈਕਟਰਸ ਦੇ ਵਿੱਚ ਜਿਹੜਾ ਮੇਨ ਗਵਰਨਮੈਂਟ ਦਾ ਓਬਜੈਕਟਿਵ ਹੁੰਦਾ ਉਹ ਵੈਲਫੇਅਰ ਹੁੰਦਾ ਨਾ ਕਿ ਪ੍ਰੋਫਿਟ ਮੇਕਿੰਗ ਸੋ ਇਸ ਲਈ ਇੱਥੇ ਗਵਰਨਮੈਂਟ ਨੂੰ ਜਿਹੜਾ ਇਹਨਾਂ ਤੋਂ ਬੈਨੀਫਿਟ ਹੈ ਇਹਨਾਂ ਤੋਂ ਪ੍ਰੋਫਿਟਸ ਆ ਉਹ ਬਹੁਤ ਘੱਟ ਆ ਲੇਕਿਨ ਖਰਚਾ ਗਵਰਨਮੈਂਟ ਦਾ ਬਹੁਤ ਜ਼ਿਆਦਾ ਆ ਸੋ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਦੀ ਗੱਲ ਕਰੀਏ ਕੰਟਰੀ ਦੇ ਵਿੱਚ 1956 ਤੋਂ ਲੈ ਕੇ ਅਸੀਂ ਪ੍ਰਾਈਸਿਸ ਦੇ ਵਿੱਚ ਰਾਈਜ਼ ਦਾ ਟ੍ਰੈਂਡ ਦੇਖ ਸਕਦੇ ਹਾਂ ਦੈਟ ਮੀਨਸ ਕਿ ਇਨਫਲੇਸ਼ਨ ਦੇਖ ਸਕਦੇ ਹਾਂ ਜਿਹਦੇ ਕਰਕੇ ਗਵਰਨਮੈਂਟ ਨੂੰ ਆਪਣੇ ਇੰਪਲੋਈਜ਼ ਨੂੰ ਵੀ ਜ਼ਿਆਦਾ ਡੀਏ ਪੇ ਕਰਨਾ ਪੈਂਦਾ ਜ਼ਿਆਦਾ ਖਰਚੇ ਜਿਹੜੇ ਆ ਜਿਹੜੇ ਪ੍ਰੋਜੈਕਟ ਪਹਿਲੇ ਸਸਤੇ ਦੇ ਵਿੱਚ ਕੰਪਲੀਟ ਹੋ ਜਾਂਦੇ ਸੀ ਹੁਣ ਉਹਦੇ ਤੇ ਜ਼ਿਆਦਾ ਪੈਸਾ ਖਰਚ ਕਰਨਾ ਪੈਂਦਾ ਸੋ ਵੈਲਿਊ ਆਫ ਮਨੀ ਕਹਿ ਸਕਦੇ ਹਾਂ ਕਿ ਡਿਕਰੀਜ਼ ਹੋਈ ਆ ਸੋ ਇਸ ਤਰ੍ਹਾਂ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋਣ ਦੇ ਕਰਕੇ ਵੀ ਪਬਲਿਕ ਐਕਸਪੈਂਡੀਚਰ ਦੇ ਵਿੱਚ ਇੰਡੀਆ 'ਚ ਇਨਕਰੀਜ਼ ਅਸੀਂ ਦੇਖ ਸਕਦੇ ਹਾਂ ਡੈਟ ਸਰਵਿਸ ਬਰਡਨ ਬਹੁਤ ਜ਼ਿਆਦਾ ਹੈ ਗਵਰਨਮੈਂਟ ਦੇ ਉੱਪਰ ਅਗਰ ਇੰਟਰਸਟ ਦੀ ਪੇਮੈਂਟਸ ਦੇਖੀਏ ਤਾਂ ਇੰਟਰਸਟ ਪੇਮੈਂਟਸ ਹੀ ਗਵਰਨਮੈਂਟਸ ਦੀਆਂ ਬਹੁਤ ਜ਼ਿਆਦਾ ਆਈ ਹੈ 2017-18 ਦੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਗਵਰਨਮੈਂਟ ਨੇ ਜਿਹੜੀਆਂ ਇਹਨਾਂ ਦੀ ਇੰਟਰਸਟ ਪੇਮੈਂਟ ਹੈ ਉਹਦੇ ਵਿੱਚ ਹੀ ਕਿੰਨਾ ਬਹੁਤ ਜ਼ਿਆਦਾ ਜਿਹੜਾ ਇਨਕਰੀਜ਼ ਹੈਗਾ ਆ ਉਹ ਦੇਖਣ ਨੂੰ ਮਿਲਿਆ ਦੈਟ ਵਾਜ 5,28,952 ਕਰੋੜ ਰੁਪੀਸ ਪ੍ਰਾਈਵੇਟ ਸੈਕਟਰ ਨੂੰ ਅਸਿਸਟ ਕਰਨ ਦੇ ਲਈ ਗਵਰਨਮੈਂਟ ਕੀ ਕਰਦੀ ਆ ਕਿ ਉਹਨਾਂ ਨੂੰ ਇਨਫਰਾਸਟ੍ਰਕਚਰ ਫੈਸਿਲਿਟੀਜ਼ ਦੇਣੀਆਂ ਉਹਨਾਂ ਨੂੰ ਸਬਸਿਡੀਜ਼ ਦੇਣੀਆਂ ਜਾਂ ਉਹਨਾਂ ਨੂੰ ਸਸਤੇ ਲੋਨਸ ਪ੍ਰੋਵਾਈਡ ਕਰਨੇ ਇਸ ਤਰ੍ਹਾਂ ਟੂਲਸ ਸਸਤੇ ਪ੍ਰੋਵਾਈਡ ਕਰਨੇ ਤੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਵੀ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕਰਨ ਲਈ ਇਨਕਰੇਜ ਕਰਨ ਦੇ ਲਈ ਗਵਰਨਮੈਂਟ ਨੂੰ ਕਾਫੀ ਖਰਚਾ ਕਰਨਾ ਪੈ ਰਿਹਾ ਅਰਬਨਾਈਜੇਸ਼ਨ ਨੂੰ ਦੇਖ ਸਕਦੇ ਹਾਂ ਕਿ ਇੰਡਸਟਰੀਲਾਈਜੇਸ਼ਨ ਹੋਣ ਦੇ ਨਾਲ ਨਾਲ ਜਾਂ ਸਰਵਿਸ ਸੈਕਟਰ ਦੀ ਗਰੋਥ ਹੋਣ ਦੇ ਨਾਲ ਅਰਬਨਾਈਜੇਸ਼ਨ ਦਾ ਪ੍ਰੋਸੈਸ ਵੀ ਇੰਡੀਆ ਦੇ ਵਿੱਚ ਤੇਜ਼ ਹੋਇਆ ਸੋ ਅਰਬਨਾਈਜੇਸ਼ਨ ਹੋਣ ਦੇ ਨਾਲ ਜਿੱਦਾਂ ਸਲਮਸ ਦੀਆਂ ਪ੍ਰੋਬਲਮਸ ਜਾਂ ਅਰਬਨ ਏਰੀਆਜ਼ ਦੇ ਵਿੱਚ ਲਾਅ ਐਂਡ ਆਰਡਰ ਦੀ ਮੇਨਟੇਨੈਂਸ ਇਹਨਾਂ ਸਾਰੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਵੀ ਵਧੀ ਆ ਸੋ ਅਰਬਨ ਏਰੀਆਜ਼ ਦੇ ਵਿੱਚ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ
ਔਰ ਲੋਕਾਂ ਨੂੰ ਸੋਸ਼ਲ ਐਮਨਿਟੀਜ਼ ਪ੍ਰੋਵਾਈਡ ਕਰਨੀਆਂ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਵੀ ਗਵਰਨਮੈਂਟ ਦਾ ਕਾਫੀ ਖਰਚਾ ਜਿਹੜਾ ਉਹ ਹੋ ਰਿਹਾ। ਔਰ ਇਸ ਤੋਂ ਇਲਾਵਾ ਅਸੀਂ ਰੀਸੈਂਟ ਟਾਈਮਸ ਦੇ ਵਿੱਚ ਦੇਖ ਸਕਦੇ ਹਾਂ ਕਿ ਪਿਛਲੇ ਕੁਝ ਸਾਲਾਂ ਦੇ ਦੌਰਾਨ ਜਿਹੜਾ ਸਮਾਰਟ ਸਿਟੀਜ਼ ਦਾ ਪ੍ਰੋਜੈਕਟ, ਉਹਦੇ ਨਾਲ ਜਿਹੜੀਆਂ ਕੰਟਰੀ ਦੇ ਵਿੱਚ ਕਈ ਸਿਲੈਕਟਡ ਸਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਦੀ ਬਿਲਕੁਲ ਮਾਡਰਨਾਈਜੇਸ਼ਨ ਔਰ ਉਹਨਾਂ ਦੀ ਜਿਹੜੀ ਇੱਕ ਬਿਊਟੀਫਿਕੇਸ਼ਨ ਦੇ ਲਈ ਕੰਮ ਕੀਤਾ ਗਿਆ। ਸੋ ਬਹੁਤ ਵੱਡਾ ਪ੍ਰੋਜੈਕਟ, ਸਮਾਰਟ ਸਿਟੀ ਪ੍ਰੋਜੈਕਟ ਦੇਖ ਸਕਦੇ ਹਾਂ। ਤੋ ਇਸ ਤਰ੍ਹਾਂ ਇੱਦਾਂ ਦੀਆਂ ਅਰਬਨਾਈਜੇਸ਼ਨ ਜਿਹੜੀਆਂ ਅਰਬਨਾਈਜੇਸ਼ਨ ਦੇ ਅੰਡਰ ਗਵਰਨਮੈਂਟ ਖਰਚਾ ਕਰ ਰਹੀ ਆ, ਉਹਦੇ ਨਾਲ ਵੀ ਕਾਫੀ ਪਬਲਿਕ ਐਕਸਪੈਂਡਿਚਰ ਉਹਦੇ ਵਿੱਚ ਇਨਕਰੀਜ਼ ਹੋਇਆ। ਸਬਸਿਡੀਜ਼ ਐਲਪੀਜੀ ਦੇ ਉੱਪਰ, ਸਬਸਿਡੀਜ਼ ਫੂਡ ਫਰਟੀਲਾਈਜ਼ਰਸ ਦੇ ਉੱਪਰ, ਇਹਨਾਂ ਦਾ ਅਮਾਊਂਟ ਵੀ ਲਗਾਤਾਰ ਵੱਧਦਾ ਜਾ ਰਿਹਾ। ਇਹ ਤੋਂ ਇਲਾਵਾ ਹੋਰ ਗਵਰਨਮੈਂਟ ਐਕਟੀਵਿਟੀਜ਼ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਵੀ ਪਬਲਿਕ ਐਕਸਪੈਂਡੀਚਰ ਕਾਫੀ ਵੱਧ ਰਿਹਾ, ਜਿੱਦਾਂ ਕਿ ਡਿਵੈਲਪਮੈਂਟ ਐਂਡ ਨੋਨ ਡਿਵੈਲਪਮੈਂਟ ਖਰਚਿਆਂ ਦੇ ਨਾਲ ਨਾਲ ਕੁਛ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ, ਵਰਲਡ ਲੈਵਲ ਦੇ ਉੱਪਰ ਵੀ ਕੰਟਰੀ ਦੀਆਂ ਗਵਰਨਮੈਂਟ ਦੀਆਂ ਕਮਿਟਮੈਂਟਸ ਹੁੰਦੀਆਂ। ਜਿੱਦਾਂ ਹੁਣ ਹਰੀ ਇੰਡੀਆ ਦੀ ਗੱਲ ਕਰੀਏ ਤਾਂ ਅਲੱਗ ਅਲੱਗ ਜਿਹੜੀਆਂ ਵਰਲਡ ਆਰਗਨਾਈਜੇਸ਼ਨ ਉਹਨਾਂ ਦਾ ਮੈਂਬਰ ਆ ਇੰਡੀਆ, ਉੱਥੇ ਵੀ ਸਾਨੂੰ ਜਿਹੜੀਆਂ ਟਾਈਮਲੀ ਉਹਨਾਂ ਦੀ ਉੱਥੇ ਵੀ ਪੈਸਾ ਜਿਹੜਾ ਆ ਉਹ ਪੇ ਕਰਨਾ ਪੈਂਦਾ ਆ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੀ ਵਜ੍ਹਾ ਦੇ ਨਾਲ ਵੀ ਪਬਲਿਕ ਐਕਸਪੈਂਡੀਚਰ ਹੈਗਾ ਗਵਰਨਮੈਂਟ ਦਾ ਉਹ ਇਨਕਰੀਜ਼ ਹੁੰਦਾ। ਹੋਰ ਕਾਜ਼ਿਸ ਦੀ ਗੱਲ ਕਰੀਏ ਤਾਂ ਰੂਰਲ ਡਿਵੈਲਪਮੈਂਟ ਦੇ ਉੱਪਰ ਗਵਰਨਮੈਂਟ ਬਹੁਤ ਸਾਰਾ ਪੈਸਾ ਖਰਚ ਕਰ ਰਹੀ ਆ, ਇਲੈਕਸ਼ਨ ਦੇ ਉੱਪਰ, ਲੋਕਲ ਬਾਡੀਜ਼ ਦੀਆਂ, ਚਾਹੇ ਸਟੇਟ ਗਵਰਨਮੈਂਟ ਦੀਆਂ ਜਾਂ ਸੈਂਟਰਲ ਗਵਰਨਮੈਂਟ ਇਲੈਕਸ਼ਨ ਹੁੰਦੀਆਂ, ਇਲੈਕਸ਼ਨ ਦੇ ਦੌਰਾਨ ਬਹੁਤ ਪੈਸਾ ਖਰਚ ਕੀਤਾ ਜਾਂਦਾ। ਅੰਬੈਸੀਜ਼ ਜਿਹੜੀਆਂ ਹੈਗੀਆਂ ਫੋਰਨ ਕੰਟਰੀਜ਼ ਦੇ ਵਿੱਚ, ਉਹਨਾਂ ਦੀ ਮੈਂਟੇਨੈਂਸ ਦੇ ਉੱਪਰ ਬਹੁਤ ਕੋਸਟ ਗਵਰਨਮੈਂਟ ਜਿਹੜੀ ਆ ਉਹ ਉਹਨਾਂ ਨੂੰ ਉਠਾਉਣੀ ਪੈਂਦੀ ਆ। UNO, WHO ਜਾਂ FAO, ILO, ਇਹਨਾਂ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਇੰਟਰਨੈਸ਼ਨਲ ਬਾਡੀਜ਼ ਹੈਗੀਆਂ ਉਹਨਾਂ ਦੀ ਮੈਂਬਰਸ਼ਿਪ ਆ ਇੰਡੀਆ ਦੀ, ਉਹਨਾਂ ਦੇ ਲਈ ਵੀ ਜਿਹੜਾ ਆ ਉਹ ਹਿਊਜ ਐਕਸਪੈਂਡੀਚਰ ਕਰਨਾ ਪੈਂਦਾ ਗਵਰਨਮੈਂਟ ਨੂੰ ਅਗਰ ਇਹਨਾਂ ਦੀਆਂ ਕਾਨਫਰੰਸਿਸ ਅਟੈਂਡ ਕਰਨੀਆਂ, ਉਹਨਾਂ ਦੀਆਂ ਇੰਡੀਆ ਦੇ ਵਿੱਚ ਸਬਮਿਟਸ ਹੋ ਰਹੀਆਂ। ਤੋ ਇਸ ਤਰ੍ਹਾਂ ਉਹਨਾਂ ਦੇ ਵਿੱਚ ਕਾਫੀ ਪੈਸਾ ਖਰਚ ਹੁੰਦਾ ਹੈ। ਹੁਣ ਅਗਰ ਪਬਲਿਕ ਐਕਸਪੈਂਡੀਚਰ ਦੇ ਇਫੈਕਟਸ ਦੀ ਗੱਲ ਕਰੀਏ ਕਿ ਇਹ ਪਬਲਿਕ ਐਕਸਪੈਂਡੀਚਰ ਕਿਸੇ ਕੰਟਰੀ ਦੇ ਉੱਪਰ ਕਿਸ ਤਰ੍ਹਾਂ ਇਫੈਕਟ ਪਾਉਂਦਾ, ਤਾਂ ਅਗਰ ਅਸੀਂ ਗੱਲ ਕਰੀਏ ਪ੍ਰੋਡਕਸ਼ਨ ਐਂਡ ਪ੍ਰੋਡਕਟੀਵਿਟੀ ਦੇ ਉੱਪਰ, ਤਾਂ ਡੈਫੀਨੇਟਲੀ ਕਿਸੇ ਵੀ ਕੰਟਰੀ ਦੀ ਪ੍ਰੋਡਕਟੀਵਿਟੀ ਐਂਡ ਪ੍ਰੋਡਕਸ਼ਨ ਨੂੰ ਇਨਹੈਂਸ ਕਰਨ ਦੇ ਵਿੱਚ ਹੈਲਪ ਕਰਦਾ ਪਬਲਿਕ ਐਕਸਪੈਂਡੀਚਰ। ਕਿਉਂਕਿ ਜਦੋਂ ਗਵਰਨਮੈਂਟ ਪਬਲਿਕ ਐਕਸਪੈਂਡੀਚਰ ਕਰਕੇ ਪਬਲਿਕ ਐਂਟਰਪ੍ਰਾਈਜ਼ ਐਸਟੈਬਲਿਸ਼ ਕਰਦੀ ਆ, ਇਨਫਰਾਸਟਰਕਚਰ ਨੂੰ ਡਿਵੈਲਪ ਕਰਦੀ ਆ, ਪ੍ਰਾਈਵੇਟ ਸੈਕਟਰ ਨੂੰ ਇਨਸੈਂਟੀਵਾਈਜ਼ ਕਰਦੀ ਆ ਰਿਸਰਚ ਐਂਡ ਡਿਵੈਲਪਮੈਂਟ ਦੇ ਲਈ, ਰਿਸਰਚ ਸੈਂਟਰਸ ਖੋਲਦੀ ਆ, ਤਾਂ ਇਸ ਤਰ੍ਹਾਂ ਟੈਕਨੋਲੋਜੀ ਨੂੰ ਡਿਵੈਲਪਮੈਂਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹਦੇ ਨਾਲ ਓਬਵੀਅਸਲੀ ਕੰਟਰੀ ਦੇ ਵਿੱਚ ਪ੍ਰੋਡਕਸ਼ਨ ਵੀ ਇਨਕਰੀਜ਼ ਹੋਏਗੀ, ਅਤੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਸਕਿੱਲ ਐਂਡ ਟ੍ਰੇਨਿੰਗ ਪ੍ਰਮੋਟ ਹੋਣ ਦੇ ਨਾਲ ਜਿਹੜੀ ਪ੍ਰੋਡਕਟੀਵਿਟੀ ਆ ਉਹ ਵੀ ਐਨਹੈਂਸ ਹੁੰਦੀ ਆ। ਡਿਸਟ੍ਰੀਬਿਊਸ਼ਨ ਦੀ ਅਗਰ ਗੱਲ ਕਰੀਏ ਤਾਂ ਪਬਲਿਕ ਡਿਸਟ੍ਰੀਬਿਊਸ਼ਨ ਜਿਹੜਾ ਪਬਲਿਕ ਐਕਸਪੈਂਡੀਚਰ ਹੈਗਾ ਆ ਉਹ ਨੈਸ਼ਨਲ ਇਨਕਮ ਨੂੰ ਜੁਡੀਸ਼ੀਅਸਲੀ ਡਿਸਟ੍ਰੀਬਿਊਟ ਕਰਨ ਦੇ ਇੱਕ ਟੂਲ ਦੇ ਤੌਰ ਤੇ ਕੰਮ ਆਉਂਦਾ। ਹੁਣ ਦੇਖੋ ਅਗਰ ਲੋਕਾਂ ਦੀ ਇਨਕਮ ਜ਼ਿਆਦਾ ਹੋ ਰਹੀ, ਇੱਕ ਸੈਕਸ਼ਨ ਆਫ ਸੋਸਾਇਟੀ ਦੀ ਇਨਕਮ ਬਹੁਤ ਜ਼ਿਆਦਾ ਹੋ ਰਹੀ ਔਰ ਦੂਸਰਾ ਸੈਕਸ਼ਨ ਬਹੁਤ ਜ਼ਿਆਦਾ ਪੂਅਰ ਆ, ਗਵਰਨਮੈਂਟ ਕੀ ਕਰਦੀ ਆ ਜਿਹੜੇ ਰਿਚ ਸੈਕਸ਼ਨ ਆ ਉਹਦੇ ਕੋਲੋਂ ਟੈਕਸਿਸ ਕਲੈਕਟ ਕਰਕੇ ਉਸ ਪੈਸੇ ਨੂੰ ਵੈਲਫੇਅਰ ਪੋਲਿਸੀਜ਼ ਦੇ ਥਰੂ ਪੂਅਰ ਸੈਕਸ਼ਨ ਤੇ ਖਰਚ ਕਰਕੇ ਉਹਨਾਂ ਦੀ ਅਪਲਿਫਟਮੈਂਟ ਦੇ ਲਈ ਕੰਮ ਕਰਦੀ ਆ। ਇੱਦਾਂ ਕੀ ਹੋਏਗਾ ਕਿ ਜਿਹੜਾ ਇੱਕ ਸੋਸ਼ਲ ਗੈਪ ਉਹਨਾਂ ਦੇ ਵਿੱਚ, ਜਿਹੜਾ ਇਕਨੋਮਿਕ ਗੈਪ ਆ, ਸੋਸ਼ਲ ਗੈਪ ਆ, ਉਹ ਰਿਡਿਊਸ ਹੋਏਗਾ। ਕੰਟਰੀ ਦੇ ਵਿੱਚ ਜਿਹੜੀ ਡਿਸਪੈਰਿਟੀਜ਼ ਹੈਗੀਆਂ, ਇਕਨੋਮਿਕਲ ਜਾਂ ਵੈਲਥ ਡਿਸਪੈਰਿਟੀਜ਼ ਹੈਗੀਆਂ ਆ, ਉਹਨਾਂ ਨੂੰ ਇਸ ਤਰ੍ਹਾਂ ਡਿਕਰੀਜ਼ ਕਰਨ ਦੇ ਵਿੱਚ ਗਵਰਨਮੈਂਟ ਜਿਹੜੀ ਹੈਗੀ ਆ ਉਹ ਪਬਲਿਕ ਐਕਸਪੈਂਡੀਚਰ ਦੇ ਥਰੂ ਇਸ ਓਬਜੈਕਟਿਵ ਨੂੰ ਮੀਟ ਕਰਦੀ ਹੈ। ਰੀਜਨਲ ਇਨਇਕੁਆਲਿਟੀਜ਼ ਨੂੰ ਅਗਰ ਦੇਖੀਏ ਤਾਂ ਪਬਲਿਕ ਐਕਸਪੈਂਡੀਚਰ ਦੇ ਥਰੂ ਰਿਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇਨਕਮ ਦੀਆਂ ਇਨਇਕੁਆਲਿਟੀਜ਼ ਡਿਕਰੀਜ਼ ਹੁੰਦੀਆਂ, ਲੋਕਾਂ ਨੂੰ ਅਨਇੰਪਲੋਇਮੈਂਟ, ਅਗਰ ਕੰਮ ਨਹੀਂ ਮਿਲਦੇ ਅਨਇੰਪਲੋਇਮੈਂਟ ਅਲਾਉਂਸ ਮਿਲ ਰਹੀ ਆ, ਪੂਅਰ ਪਰਸਨ ਨੂੰ ਪੈਨਸ਼ਨ ਮਿਲ ਰਹੀ ਆ, ਜਾਂ ਉਹਨਾਂ ਨੂੰ ਬੱਚਿਆਂ ਨੂੰ ਸਕੋਲਰਸ਼ਿਪਸ ਮਿਲ ਰਹੀਆਂ ਆ, ਇਸ ਤਰ੍ਹਾਂ ਸਬਸਿਡੀਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਤੋ ਇਸ ਤਰ੍ਹਾਂ ਜਿਹੜੇ ਨੀਡੀ ਸੈਕਸ਼ਨ ਹੈਗੇ ਆ ਉਹਨਾਂ ਨੂੰ ਇਹ ਸਾਰੀਆਂ ਇਨਕਮ ਉਹਨਾਂ ਨੂੰ ਪ੍ਰੋਵਾਈਡ ਕਰਕੇ ਜਿਹੜਾ ਇਨਕਮ ਇਨਇਕੁਆਲਿਟੀਜ਼ ਆ ਉਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਇਕਨੋਮਿਕ ਸਟੇਬਿਲਿਟੀ ਦੇ ਤੌਰ ਤੇ ਗੱਲ ਕਰੀਏ ਤਾਂ ਪਬਲਿਕ ਐਕਸਪੈਂਡੀਚਰ ਕਿਸ ਤਰ੍ਹਾਂ ਹੈਲਪ ਕਰਦਾ, ਅਸੀਂ ਪਹਿਲੇ ਵੀ ਡਿਸਕਸ ਕੀਤਾ ਕਿ ਡਿਪਰੈਸ਼ਨ ਦੀ ਅਗਰ ਸਿਚੁਏਸ਼ਨ ਆ ਤਾਂ ਪਬਲਿਕ ਐਕਸਪੈਂਡੀਚਰ ਦੇ ਥਰੂ ਗਵਰਨਮੈਂਟ ਕਿਸ ਤਰ੍ਹਾਂ ਖੁਦ ਖਰਚਾ ਕਰਕੇ ਕੰਟਰੀ ਨੂੰ ਡਿਪਰੈਸ਼ਨ ਦੇ ਵਿੱਚੋਂ ਬਾਹਰ ਲੈ ਕੇ ਆ ਸਕਦੀ ਆ। ਅਗਰ ਇਨਫਲੇਸ਼ਨ ਆ, ਇਨਫਲੇਸ਼ਨ ਦਾ ਮਤਲਬ ਕੀ ਆ ਕਿ ਡਿਮਾਂਡ ਜ਼ਿਆਦਾ ਆ ਲੇਕਿਨ ਸਪਲਾਈ ਘੱਟ ਆ, ਤਾਂ ਉਸ ਕੇਸ ਦੇ ਵਿੱਚ ਗਵਰਨਮੈਂਟ ਸਪਲਾਈ ਨੂੰ ਪ੍ਰਮੋਟ ਕਰਨ ਦੇ ਲਈ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੀ ਆ, ਪ੍ਰੋਡਕਸ਼ਨ ਦੇ ਵਿੱਚ ਇਨਵੈਸਟ ਕਰ ਸਕਦੀ ਆ, ਮੈਨੂਫੈਕਚਰਿੰਗ ਦੇ ਵਿੱਚ ਇਨਵੈਸਟ ਕਰ ਸਕਦੀ ਆ, ਇਸ ਤਰ੍ਹਾਂ ਕਰਕੇ, ਜਾਂ ਫਿਰ ਜਿਹੜਾ ਨਾਨ ਡਿਵੈਲਪਮੈਂਟ ਖਰਚਾ ਹੈਗਾ ਉਹਨੂੰ ਘਟਾ ਸਕਦੀ ਹੈ, ਜਿਹਦੇ ਨਾਲ ਕਿ ਟ੍ਰਾਂਸਫਰ ਪੇਮੈਂਟਸ ਜਿਹੜੀਆਂ ਉਹ ਲੋਕਾਂ ਤੱਕ ਘੱਟ ਜਾਣ, ਲੋਕਾਂ ਦੀ ਜਿਹੜੀ ਪਰਚੇਜ਼ਿੰਗ ਕਪੈਸਿਟੀ ਹੈਗੀ ਉਹ ਥੋੜ੍ਹੀ ਡਿਕਰੀਜ਼ ਹੋਵੇ, ਜਿਹਦੇ ਨਾਲ ਕਿ ਡਿਮਾਂਡ ਦਾ ਪ੍ਰੈਸ਼ਰ ਜਿਹੜਾ ਹੈਗਾ ਉਹ
इकोनॉमी ਦੇ ਵਿੱਚ ਡਿਕਰੀਜ਼ ਹੋ ਜਵੇ ਤਾਂ ਦੋਨੋਂ ਤਰੀਕਿਆਂ ਦੇ ਨਾਲ ਇੱਕ ਪਾਸੇ ਸਪਲਾਈ ਨੂੰ ਵਧਾਉਣ ਦੇ ਲਈ ਕੋਸ਼ਿਸ਼ ਦੂਜੇ ਪਾਸੇ ਪਰਚੇਸਿੰਗ ਕੈਪੈਸਿਟੀ ਨੂੰ ਥੋੜਾ ਡਿਕਰੀਜ਼ ਕਰਕੇ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਪਬਲਿਕ ਐਕਸਪੈਂਡੀਚਰ ਦੇ ਥਰੂ ਗਵਰਨਮੈਂਟ ਕਰ ਸਕਦੀ ਹੈ ਸੋ ਇਹਦੇ ਤੋਂ ਇਲਾਵਾ ਇੰਪਲੋਇਮੈਂਟ ਦੀ ਗੱਲ ਕਰੀਏ ਤਾਂ ਪਬਲਿਕ ਐਕਸਪੈਂਡੀਚਰ ਕੀਤਾ ਜਾਂਦਾ ਇੰਪਲੋਇਮੈਂਟ ਜਨਰੇਸ਼ਨ ਸਕੀਮ ਦੇ ਉੱਪਰ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਅਸੀਂ ਮਨਰੇਗਾ ਦੀ ਐਗਜ਼ਾਮਪਲ ਦੇਖ ਸਕਦੇ ਹਾਂ ਜਾਂ ਅਰਬਨ ਇੰਪਲੋਇਮੈਂਟ ਸਕੀਮ ਦੀਆਂ ਵੀ ਐਗਜ਼ਾਮਪਲ ਸਾਡੇ ਅੱਗੇ ਆ ਤਾਂ ਇਸ ਤਰ੍ਹਾਂ ਦੇ ਨਾਲ ਕੀ ਹੈਗਾ ਕਿਉਂਕਿ ਇੰਡੀਆ ਦੇ ਵਿੱਚ ਅਗਰ ਅਸੀਂ ਖਾਸ ਕਰ ਐਗਰੀਕਲਚਰ ਸੈਕਟਰ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਡਿਸਗਾਈਜ਼ਡ ਅਨਇੰਪਲੋਇਮੈਂਟ ਆ ਅਨਇੰਪਲੋਇਮੈਂਟ ਵੀ ਕੰਟਰੀ ਦੇ ਵਿੱਚ ਬਹੁਤ ਹਾਈ ਹੈ ਅਤੇ ਨਾਲ ਦੀ ਨਾਲ ਡਿਸਗਾਈਜ਼ਡ ਅਨਇੰਪਲੋਇਮੈਂਟ ਦੀ ਪ੍ਰੋਬਲਮ ਖਾਸ ਕਰਕੇ ਐਗਰੀਕਲਚਰ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਹੈ ਡਿਸਗਾਈਜ਼ਡ ਅਨਇੰਪਲੋਇਮੈਂਟ ਦਾ ਮਤਲਬ ਕੀ ਆ ਕਿ ਇੱਕ ਜਗ੍ਹਾ ਦੇ ਉੱਪਰ ਰਿਕੁਆਇਰਮੈਂਟ ਦੇ ਨਾਲੋਂ ਜ਼ਿਆਦਾ ਲੋਕੀ ਕੰਮ ਕਰ ਰਹੇ ਆ ਸਪੋਜ਼ ਇੱਕ ਖੇਤ ਦੇ ਵਿੱਚ ਸਿਰਫ ਦੋ ਮਜ਼ਦੂਰਾਂ ਦੀ ਲੋੜ ਆ ਲੇਕਿਨ ਉਸ ਫੈਮਿਲੀ ਦੇ ਵਿੱਚ ਚਾਰ ਪਰਸਨ ਆ ਹੁਣ ਉਹ ਦੋ ਪਰਸਨਸ ਉੱਥੇ ਬਿਲਕੁਲ ਐਫੀਸ਼ੈਂਟਲੀ ਕੰਮ ਕਰਕੇ ਪ੍ਰੋਡਕਸ਼ਨ ਕਰ ਸਕਦੇ ਆ ਲੇਕਿਨ ਜਿਹੜੇ ਦੋ ਐਕਸਟਰਾ ਹੋਰ ਵਰਕਰ ਆ ਫੈਮਿਲੀ ਦੇ ਵਿੱਚ ਉਹਨਾਂ ਨੂੰ ਹੋਰ ਕਿਤੇ ਕੰਮ ਨਹੀਂ ਮਿਲਿਆ ਇਸ ਕਰਕੇ ਉਹ ਘਰ ਦੇ ਹੀ ਖੇਤ ਦੇ ਵਿੱਚ ਫਾਰਮ ਦੇ ਵਿੱਚ ਕੰਮ ਕਰ ਰਹੇ ਆ ਪਰ ਅਗਰ ਉਹ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਜਾਵੇ ਤਾਂ ਵੀ ਪ੍ਰੋਡਕਸ਼ਨ ਡਿਕਰੀਜ਼ ਨਹੀਂ ਹੋ ਰਹੀ ਇਹਦਾ ਮਤਲਬ ਉਹ ਜਿਹੜੀ ਦੋ ਐਕਸਟਰਾ ਪਰਸਨ ਆ ਉਹਨਾਂ ਦੀ ਮਾਰਜਨਲ ਪ੍ਰੋਡਕਟਿਵਿਟੀ ਜ਼ੀਰੋ ਆ ਉਹ ਐਡ ਆਨ ਤਾਂ ਕੁਛ ਨਹੀਂ ਕਰ ਰਹੇ ਤਾਂ ਅਗਰ ਉਹਨਾਂ ਨੂੰ ਉੱਥੋਂ ਹਟਾ ਕੇ ਹੋਰ ਜਗ੍ਹਾ ਦੇ ਉੱਪਰ ਇੰਪਲਾਈ ਇੰਪਲੋਇਮੈਂਟ ਮਿਲ ਜਾਏ ਉਹਨਾਂ ਨੂੰ ਹੋਰ ਜਗ੍ਹਾ ਕੰਮ ਤੇ ਲਗਾ ਦਿੱਤਾ ਜਾਵੇ ਤਾਂ ਉਹ ਉੱਥੇ ਪ੍ਰੋਡਕਟਿਵਲੀ ਆਪਣਾ ਕੰਟਰੀਬਿਊਸ਼ਨ ਦੇ ਸਕਦੇ ਆ ਤੇ ਇਹਦੀ ਵਜ੍ਹਾ ਦੇ ਨਾਲ ਕੋਈ ਜਿਹੜੀ ਐਗਰੀਕਲਚਰ ਦੇ ਵਿੱਚ ਪ੍ਰੋਡਕਸ਼ਨ ਉਹ ਵੀ ਡਿਕਰੀਜ਼ ਨਹੀਂ ਹੋਈ ਤਾਂ ਇਸ ਤਰ੍ਹਾਂ ਕੀ ਹੈ ਕਿ ਰਿਸੋਰਸਿਸ ਦੀ ਵੇਸਟੇਜ ਬਚੇਗੀ ਉਹ ਜਿਹੜੀ ਹਿਊਮਨ ਕੈਪੀਟਲ ਉੱਥੇ ਵੇਸਟ ਹੋ ਰਹੀ ਆ ਉਹਨੂੰ ਅਸੀਂ ਕੀ ਕਰ ਸਕਦੇ ਹਾਂ ਉਹਨੂੰ ਬਚਾ ਕੇ ਉਹ ਹੋਰ ਸੈਕਟਰਸ ਦੇ ਵਿੱਚ ਯੂਜ਼ ਕਰ ਸਕਦੇ ਹਾਂ ਸੋ ਕੰਜ਼ੰਪਸ਼ਨ ਦੇ ਉੱਪਰ ਅਗਰ ਅਸੀਂ ਇੰਪੈਕਟ ਦੀ ਗੱਲ ਕਰੀਏ ਤਾਂ ਪਬਲਿਕ ਐਕਸਪੈਂਡੀਚਰ ਜਿਹੜਾ ਆ ਕੰਜ਼ੰਪਸ਼ਨ ਨੂੰ ਵਧਾਉਣ ਦੇ ਵਿੱਚ ਹੈਲਪ ਕਰਦਾ ਕਿਉਂਕਿ ਜਦੋਂ ਲੋਕਾਂ ਨੂੰ ਸਬਸਿਡੀਜ਼ ਮਿਲ ਰਹੀਆਂ ਸਸਤੇ ਦੇ ਵਿੱਚ ਸਮਾਨ ਮਿਲ ਰਿਹਾ ਤਾਂ ਉਹ ਓਬਵੀਅਸਲੀ ਜ਼ਿਆਦਾ ਕੰਜ਼ਿਊਮ ਚੀਜ਼ਾਂ ਨੂੰ ਕਰ ਪਾਉਣਗੇ ਜਿਹਦੇ ਨਾਲ ਕਿ ਡਿਮਾਂਡ ਇਨਕਰੀਜ਼ ਹੋਏਗੀ ਇਕਨੋਮੀ ਦੇ ਵਿੱਚ ਡਿਮਾਂਡ ਇਨਕਰੀਜ਼ ਹੋਏਗੀ ਅਤੇ ਪ੍ਰਾਈਵੇਟ ਸੈਕਟਰ ਜਿਹੜਾ ਉਸ ਡਿਮਾਂਡ ਨੂੰ ਫੁਲਫਿਲ ਕਰਨ ਦੇ ਲਈ ਜ਼ਿਆਦਾ ਪ੍ਰੋਡਕਸ਼ਨ ਕਰੇਗਾ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਅਤੇ ਇੰਪਲੋਇਮੈਂਟ ਦੇ ਐਵੀਨਿਊਜ਼ ਜਨਰੇਟ ਹੋਣਗੇ ਲੋਕਾਂ ਦੀ ਇਨਕਮ ਜਨਰੇਟ ਹੋਏਗੀ ਫਰਦਰ ਫਿਰ ਇਕਨੋਮੀ ਦੇ ਵਿੱਚ ਇੱਕ ਜਿਹੜਾ ਡਿਵੈਲਪਮੈਂਟ ਦਾ ਸਾਈਕਲ ਉਹ ਸਟਾਰਟ ਹੁੰਦਾ ਹੈ ਸੋ ਇਕਨੋਮਿਕ ਡਿਵੈਲਪਮੈਂਟ ਓਵਰਆਲ ਇਸ ਤਰ੍ਹਾਂ ਕੰਟਰੀ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਬਲਿਕ ਐਕਸਪੈਂਡੀਚਰ ਦੀ ਵਜ੍ਹਾ ਦੇ ਨਾਲ ਪਹਿਲੇ ਇਕਨੋਮਿਕ ਗਰੋਥ ਦੈਨ ਫਿਰ ਕੁਆਲਿਟੇਟਿਵ ਫੈਕਟਰਸ ਜਿੱਦਾਂ ਕਿ ਹਿਊਮਨ ਕੈਪੀਟਲ ਦੀ ਗੱਲ ਕੀਤੀ ਕਿ ਉਹਦੇ ਵਿੱਚ ਸੁਧਾਰ ਹੋਏਗਾ ਸਟੈਂਡਰਡ ਆਫ ਲਿਵਿੰਗ ਲੋਕਾਂ ਦਾ ਰਾਈਜ਼ ਕਰੇਗਾ ਸੋਸ਼ਲ ਈਵਲਸ ਜਿਹੜੀਆਂ ਹੈਗੀਆਂ ਉਹ ਡਿਕਰੀਜ਼ ਹੋਣਗੀਆਂ ਹੌਲੀ ਹੌਲੀ ਪਾਵਰਟੀ ਖਤਮ ਹੋ ਰਹੀ ਆ ਇਲਿਟਰੇਸੀ ਖਤਮ ਹੋ ਰਹੀ ਆ ਹੈਲਥ ਇੰਡੀਕੇਟਰਸ ਇੰਪਰੂਵ ਹੋ ਰਹੇ ਆ ਓਵਰਆਲ ਇਕਨੋਮੀ ਦੇ ਵਿੱਚ ਜਿਹੜੀ ਇਕਨੋਮਿਕ ਡਿਵੈਲਪਮੈਂਟ ਉਹ ਹੋ ਰਹੀ ਆ ਹੁਣ ਪਬਲਿਕ ਐਕਸਪੈਂਡੀਚਰ ਦੇ ਤਾਂ ਅਸੀਂ ਫਾਇਦਿਆਂ ਦੀ ਗੱਲ ਕੀਤੀ ਤੇ ਪਬਲਿਕ ਐਕਸਪੈਂਡੀਚਰ ਦੀਆਂ ਸ਼ਾਰਟਕਮਿੰਗਸ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕੁਛ ਨੁਕਸਾਨ ਅਗਰ ਉਹਦੀ ਗੱਲ ਕਰੀਏ ਕਿ ਇਕਨੋਮੀ ਦੇ ਵਿੱਚ ਨੁਕਸਾਨ ਕਿਸ ਤਰ੍ਹਾਂ ਹੁੰਦਾ ਹੈ ਪਬਲਿਕ ਐਕਸਪੈਂਡੀਚਰ ਨੂੰ ਅਗਰ ਜਿਹੜਾ ਫਜ਼ੂਲ ਦੇ ਵਿੱਚ ਕੀਤਾ ਜਾਵੇ ਜਾਂ ਬਿਲਕੁਲ ਵਾਈਜ਼ਲੀ ਯੂਜ਼ ਨਾ ਕੀਤਾ ਜਾਵੇ ਇਸ ਫੰਡ ਨੂੰ ਪਬਲਿਕ ਫੰਡ ਨੂੰ ਤਾਂ ਇਹਦੇ ਕੀ ਨੁਕਸਾਨ ਇਕਨੋਮੀ ਨੂੰ ਹੋ ਸਕਦੇ ਆ ਕਿ ਇਨਫਲੇਸ਼ਨ ਕ੍ਰੀਏਟ ਹੋ ਸਕਦੀ ਹੈ ਗਵਰਨਮੈਂਟ ਨਾਨ ਡਿਵੈਲਪਮੈਂਟ ਜਾਂ ਰੈਵਨਿਊ ਐਕਸਪੈਂਡੀਚਰ ਕਰੀ ਜਾ ਰਹੀ ਹੈ ਲਗਾਤਾਰ ਉਹਦੇ ਨਾਲ ਕੀ ਹੈ ਲੋਕਾਂ ਦੀ ਪਰਚੇਸਿੰਗ ਪਾਵਰ ਵੱਧ ਰਹੀ ਹੈ ਉਹਦੇ ਮੁਕਾਬਲੇ ਉਨੀ ਤੇਜ਼ੀ ਦੇ ਨਾਲ ਸਪਲਾਈ ਆਫ ਗੁੱਡਸ ਐਂਡ ਸਰਵਿਸਿਜ਼ ਇਨਕਰੀਜ਼ ਨਹੀਂ ਹੋ ਪਾ ਰਹੀ ਜਿਹਦੇ ਕਰਕੇ ਕੀ ਹੋਏਗਾ ਪ੍ਰਾਈਸ ਰਾਈਜ਼ ਹੋਏਗਾ ਤੋ ਇਨਫਲੇਸ਼ਨ ਕੰਟਰੀ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਪਬਲਿਕ ਡੈਟ ਦੇ ਵਿੱਚ ਵਾਧਾ ਗਵਰਨਮੈਂਟ ਲਗਾਤਾਰ ਖਰਚਾ ਵਧਾਈ ਜਾ ਰਹੀ ਹੈ ਲੇਕਿਨ ਰੈਵਨਿਊ ਉਨੀ ਜਨਰੇਟ ਨਹੀਂ ਹੋ ਰਹੀ ਜਿਹਦੇ ਕਰਕੇ ਇਸ ਗੈਪ ਨੂੰ ਮੀਟ ਕਰਨ ਦੇ ਲਈ ਫਿਰ ਪਬਲਿਕ ਡੈਟ ਦਾ ਸਹਾਰਾ ਲਿਆ ਜਾਂਦਾ ਜਿਹਦੇ ਕਰਕੇ ਗਵਰਨਮੈਂਟ ਦੀ ਲਾਇਬਿਲਿਟੀਜ਼ ਬਹੁਤ ਜ਼ਿਆਦਾ ਵੱਧਦੀਆਂ ਆ ਔਰ ਫਜ਼ੂਲ ਖਰਚੇ ਐਕਸਟ੍ਰਾਵੇਗੈਂਸੀ ਗੱਲ ਕਰੀਏ ਤੋ ਸਮਟਾਈਮ ਗਵਰਨਮੈਂਟ ਜਿਹੜੀ ਵੇਸਟਫੁੱਲ ਪਬਲਿਕ ਐਕਸਪੈਂਡੀਚਰ ਵੀ ਕਰਦੀ ਆ ਆਪਣੀ ਪੋਲੀਟੀਕਲ ਮਾਈਲੇਜ ਨੂੰ ਅਟੇਨ ਕਰਨ ਦੇ ਲਈ ਪੋਲੀਟੀਕਲ ਆਪਣੇ ਇੰਟਰਸਟ ਨੂੰ ਫੁਲਫਿਲ ਕਰਨ ਦੇ ਲਈ ਜਿਹੜੀਆਂ ਕਈ ਵਾਰ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਦੀਆਂ ਸਕੀਮਸ ਹੁੰਦੀਆਂ ਜਿਹਨਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਬੇਕਾਰ ਦੇ ਵਿੱਚ ਉਹਨਾਂ ਨੂੰ ਖਰਚ ਕੀਤੇ ਜਾਂਦੇ ਆ ਆਪਣੀ ਵੋਟਸ ਅਟੇਨ ਕਰਨ ਦੇ ਲਈ ਤੋ ਇਸ ਤਰ੍ਹਾਂ ਦੇ ਖਰਚੇ ਦੇ ਨਾਲ ਜਿਹੜਾ ਕੀ ਹੈ ਕਿ ਉਹ ਵੇਸਟੇਜ ਹੁੰਦੀ ਹੈ ਰਿਸੋਰਸਿਸ ਦੀ ਔਰ ਦੂਸਰਾ ਇਨਫਲੇਸ਼ਨਰੀ ਪ੍ਰੈਸ਼ਰ ਵੀ ਕੰਟਰੀ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਇਸ ਤੋਂ ਇਲਾਵਾ ਫਾਈਨੈਂਸ਼ੀਅਲ ਰਿਸੋਰਸਿਸ ਦਾ ਮਿਸਯੂਜ਼ ਵੀ ਹੁੰਦਾ ਕਈ ਵਾਰ ਅਕਾਊਂਟੇਬਿਲਿਟੀ ਫਿਕਸ ਨਾ ਹੋਣ ਦੀ ਵਜ੍ਹਾ ਦੇ ਨਾਲ ਲੋੜ ਤੋਂ ਜ਼ਿਆਦਾ ਫੰਡਸ ਇੱਕ ਜਗ੍ਹਾ ਤੇ ਖਰਚ ਕਰ ਦਿੱਤੇ ਜਾਂਦੇ ਆ ਜਾਂ ਫਿਰ ਮਿਸ ਟਾਰਗੇਟਿੰਗ ਹੁੰਦੀ ਹੈ ਜਿਹਨਾਂ ਲੋਕਾਂ ਤੱਕ ਪਹੁੰਚਣਾ ਚਾਹੀਦਾ ਉਹ ਫਾਇਦਾ ਉਹਨਾਂ ਤੱਕ ਉਹ ਫੰਡਸ ਪਹੁੰਚ ਨਹੀਂ ਪਾਉਂਦੇ ਔਰ ਹੋਰ ਜਗ੍ਹਾ ਤੇ ਉਹ ਪੈਸਾ ਜਿਹੜਾ ਬੇਕਾਰ ਦੇ ਵਿੱਚ ਖਰਚ ਕੀਤਾ ਜਾ ਰਿਹਾ ਸੋ ਕਈ ਤਰ੍ਹਾਂ ਦੀਆਂ ਕਰਪਟ ਪ੍ਰੈਕਟਿਸਿਸ ਦੇ ਵਿੱਚ ਕੰਟਰੀਬਿਊਟ ਕਰਦੀਆਂ ਮਿਸ ਯੂਜ਼ ਜਿਹੜੇ ਹੋ ਰਿਹਾ ਫਾਈਨੈਂਸ਼ੀਅਲ ਰਿਸੋਰਸਿਸ ਦਾ ਸੋ ਕਈ ਵਾਰ ਫੰਡਸ ਦੀ ਐਲੋਕੇਸ਼ਨ ਦੇ ਵਿੱਚ ਵੀ ਬਾਇਸਨੈਸ ਅਸੀਂ ਦੇਖ ਸਕਦੇ ਹਾਂ ਜਿੱਦਾਂ ਆਪਾਂ ਪਹਿਲੇ ਵੀ ਡਿਸਕਸ ਕੀਤਾ ਕਿ ਕਈ ਵਾਰ ਅਗਰ ਸੈਂਟਰ ਐਂਡ ਸਟੇਟ ਦੇ ਵਿੱਚ ਗਵਰਨਮੈਂਟਸ ਆਪੋਜੀਸ਼ਨ ਪਾਰਟੀ ਦੀਆਂ ਉਹਦੇ ਨਾਲ ਕੀ ਹੁੰਦਾ ਕਿ ਕਈ ਵਾਰ ਬਾਇਸਨੈਸ ਦੇਖਣ ਨੂੰ ਮਿਲਦੀ ਹੈ ਕਿ ਜਿੱਥੇ ਦਾ ਸੇਮ ਪਾਰਟੀ ਰੂਲ ਹੈਗਾ
ਉੱਥੇ ਫੰਡਸ ਜ਼ਿਆਦਾ ਦਿੱਤੇ ਜਾ ਰਹੇ ਆ, ਡਿਵੈਲਪਮੈਂਟ ਦੇ ਗ੍ਰਾਂਟਸ ਜ਼ਿਆਦਾ ਦਿੱਤੀਆਂ ਜਾ ਰਹੀਆਂ, ਜਿੱਥੇ ਆਪੋਜ਼ਿਟ ਪਾਰਟੀ ਆ ਉੱਥੇ ਇਹ ਫੰਡਸ ਘੱਟ ਦਿੱਤੇ ਜਾ ਰਹੇ, ਜਿਹਦੇ ਨਾਲ ਕਿ ਡਿਵੈਲਪਮੈਂਟ ਕੰਟਰੀ ਦੀ ਜਾਂ ਉਸ ਪਰਟੀਕੁਲਰ ਸਟੇਟ ਦੀ ਪਰਟੀਕੁਲਰ ਜਗ੍ਹਾ ਦੀ ਜਿਹੜੀ ਆ ਕੰਪਰੋਮਾਈਜ਼ ਹੋ ਜਾਂਦੀ ਆ। ਸੋ ਨੋਨ ਡਿਵੈਲਪਮੈਂਟ ਐਕਸਪੈਂਡੀਚਰ ਦੇ ਵਿੱਚ ਲਗਾਤਾਰ ਹੋਣ ਵਾਲੇ ਖਰਚੇ ਦੀ ਵਜ੍ਹਾ ਦੇ ਨਾਲ ਡਿਵੈਲਪਮੈਂਟ ਕੰਪਰੋਮਾਈਜ਼ ਹੋ ਰਹੀ ਆ। ਪਬਲਿਕ ਸੈਕਟਰ ਦੇ ਫੇਲੀਅਰ ਦੇ ਰੂਪ 'ਚ ਦੇਖੀਏ, ਗਵਰਨਮੈਂਟ ਜਿੰਨਾ ਜ਼ਿਆਦਾ ਪਬਲਿਕ ਐਕਸਪੈਂਡੀਚਰ ਕਰ ਰਹੀ ਹੈ, ਜਿੰਨੀਆਂ ਜ਼ਿਆਦਾ ਹਾਈ ਸੈਲਰੀਜ, ਜਿੰਨੇ ਜ਼ਿਆਦਾ ਹਾਈ ਪਰਕਸ ਜਿਹੜੇ ਆ ਉਹ ਗਵਰਨਮੈਂਟ ਸੈਕਟਰ ਦੁਆਰਾ ਦਿੱਤੇ ਜਾਂਦੇ, ਬਟ ਉਹਦੇ ਮੁਕਾਬਲੇ ਪਬਲਿਕ ਐਂਟਰਪ੍ਰਾਈਜ਼ ਤੋਂ ਗਵਰਨਮੈਂਟ ਨੂੰ ਕੋਈ ਰਿਟਰਨ ਜਿਹੜੀ ਆ ਉਹ ਨਹੀਂ ਮਿਲ ਪਾ ਰਹੀ। ਸੋ ਪਬਲਿਕ ਸੈਕਟਰ ਦੇ ਅਸੀਂ ਫੇਲੀਅਰ ਦੇ ਰੂਪ ਦੇ ਵਿੱਚ ਇੰਡੀਆ ਦੇ ਵਿੱਚ ਦੇਖ ਸਕਦੇ ਹਾਂ। ਇਹ ਤੋਂ ਇਲਾਵਾ ਵਿਲਿੰਗਨੈਸ ਆਫ ਵਰਕ ਤੇ ਵੀ ਟ੍ਰਾਂਸਫਰ ਪੇਮੈਂਟਸ ਨੈਗੇਟਿਵ ਇੰਪੈਕਟ ਪਾਉਂਦੀ ਆ। ਹੁਣ ਅਗਰ ਇੱਕ ਪਰਸਨ ਬੇਕਾਰ ਬੈਠਾ, ਉਹਨੂੰ ਫ੍ਰੀ ਦਾ ਸਬਸਿਡੀਜ਼ ਮਿਲੀ ਜਾ ਰਹੀਆਂ, ਸਸਤੇ ਦੇ ਵਿੱਚ ਉਹਨੂੰ ਖਾਣਾ ਮਿਲ ਰਿਹਾ ਆ, ਉਹਨੂੰ ਪੈਨਸ਼ਨਸ ਮਿਲ ਰਹੀਆਂ, ਅਨਇੰਪਲੋਇਮੈਂਟ ਅਲਾਉਂਸ ਮਿਲੀ ਜਾ ਰਿਹਾ, ਸਾਰੀਆਂ ਚੀਜ਼ਾਂ ਉਹਨੂੰ ਮਿਲ ਰਹੀਆਂ, ਤੇ ਉਹਦੇ ਨਾਲ ਉਹਦੀ ਵਿਲਿੰਗਨੈਸ ਆਫ ਵਰਕ ਤੇ ਨੈਗੇਟਿਵ ਇੰਪੈਕਟ ਪਏਗਾ। ਜਿਸ ਪਰਸਨ ਨੂੰ ਫ੍ਰੀ ਦੇ ਵਿੱਚ ਮਿਲ ਰਿਹਾ ਉਹ ਕੰਮ ਕਰਨਾ ਫਿਰ ਪਸੰਦ ਨਹੀਂ ਕਰੇਗਾ। ਤੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੀਆਂ ਟ੍ਰਾਂਸਫਰ ਪੇਮੈਂਟਸ ਹੈਗੀਆਂ ਉਹ ਵਿਲਿੰਗਨੈਸ ਆਫ ਵਰਕ ਤੇ ਵੀ ਇੱਕ ਨੈਗੇਟਿਵ ਇੰਪੈਕਟ ਪਾਉਂਦੀਆਂ ਆ। ਹੁਣ ਇਹਨਾਂ ਸ਼ਾਰਟਕਮਿੰਗਸ ਨੂੰ ਦੂਰ ਕਰਨ ਦੇ ਲਈ ਅਸੀਂ ਕੀ ਕਰ ਸਕਦੇ ਹਾਂ, ਕੰਟਰੀ ਦੇ ਵਿੱਚ ਕੀ ਕੀਤਾ ਜਾ ਸਕਦਾ? ਤੋ ਇੱਕ ਤਾਂ ਜਿਹੜੀ ਪਬਲਿਕ ਐਕਸਪੈਂਡੀਚਰ ਦੇ ਵਿੱਚ ਟ੍ਰਾਂਸਪੇਰੈਂਸੀ ਜ਼ਿਆਦਾ ਹੋਣੀ ਚਾਹੀਦੀ ਆ ਕਿ ਕੋਈ ਵੀ ਅਗਰ ਖਰਚਾ ਗਵਰਨਮੈਂਟ ਕਿਸੇ ਵੀ ਪ੍ਰੋਜੈਕਟ ਤੇ ਕਰ ਰਹੀ ਆ ਜਾਂ ਕਿਸੇ ਤਰ੍ਹਾਂ ਦਾ ਵੀ ਪਬਲਿਕ ਐਕਸਪੈਂਡੀਚਰ ਕਿਸੇ ਵੀ ਫੋਰਮ 'ਚ ਕੀਤਾ ਜਾ ਰਿਹਾ, ਤਾਂ ਟ੍ਰਾਂਸਪੇਰੈਂਟ ਸਿਸਟਮ ਹੋਵੇ, ਪਤਾ ਹੋਣਾ ਚਾਹੀਦਾ, ਕਲੀਅਰ ਕੱਟ ਉਹਦੇ ਓਬਜੈਕਟਿਵਸ ਕੀ ਆ, ਉਹਦੇ ਨਾਲ ਕੀ ਟਾਰਗੇਟਸ ਹੈਗੇ ਆ, ਕੀ ਉਹਦੇ ਤੋਂ ਰਿਟਰਨ ਆ ਰਹੀ ਹੈ, ਤਾਂ ਉਹਦੇ ਪ੍ਰਤੀ ਪੂਰੀ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਆ। ਅਨਬਾਈਜ਼ਡ ਐਲੋਕੇਸ਼ਨ ਹੋਵੇ ਰਿਸੋਰਸਿਸ ਦੀ, ਜਿੱਥੇ ਨੀਡ ਹੈਗੀ ਆ, ਜਿੱਥੇ ਰੀਅਲੀ ਨੀਡ ਹੈਗਾ, ਉੱਥੇ ਪੋਲੀਟੀਕਲ ਬਾਇਸਨੈਸ ਤੋਂ ਉੱਪਰ ਉੱਠ ਕੇ ਜਿਹੜੀ ਉਹ ਐਲੋਕੇਸ਼ਨ ਆ ਬਿਲਕੁਲ ਫੇਅਰ ਕੀਤੀ ਜਾਵੇ। ਔਰ ਡੈਫਿਸਿਟ ਫਾਈਨੈਂਸਿੰਗ ਐਂਡ ਕੋਸਟਲੀ ਪਬਲਿਕ ਡੈਟਸ ਨੂੰ ਅਵੋਇਡ ਕੀਤਾ ਜਾਵੇ। ਜਿਹੜਾ ਗਵਰਨਮੈਂਟ ਬਹੁਤ ਮਹਿੰਗੇ ਜਿਹੜਾ ਰੇਟ ਆਫ ਇੰਟਰਸਟ ਦੇ ਉੱਪਰ ਲੋਨਸ ਲੈਂਦੀ ਆ, ਉਹਨਾਂ ਨੂੰ ਅਵੋਇਡ ਕੀਤਾ ਜਾਵੇ। ਡੈਫਿਸਿਟ ਫਾਈਨੈਂਸਿੰਗ ਜਿਹਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਨਿਊ ਕਰੰਸੀ ਗਵਰਨਮੈਂਟ ਛਾਪ ਲੈਂਦੀ, ਜਦੋਂ ਕਿਸੇ ਪਾਸੇ ਵੀ ਅਗਰ ਲੋਨ ਦਾ ਇੰਤਜ਼ਾਮ ਨਹੀਂ ਹੋ ਰਿਹਾ, ਪੈਸਾ ਨਹੀਂ ਮਿਲ ਰਿਹਾ, ਤਾਂ ਫਿਰ ਗਵਰਨਮੈਂਟ ਨਿਊ ਜਿਹੜੇ ਨੋਟਸ ਹੈਗੇ ਆ ਉਹ ਪ੍ਰਿੰਟ ਕਰ ਸਕਦੀ ਹੈ, ਕਰੰਸੀ ਨੋਟਸ। ਸੋ ਉਹਦੇ ਨਾਲ ਰਿਕੁਆਇਰਮੈਂਟ ਨੂੰ ਪੂਰਾ ਕਰ ਲੈਂਦੀ ਆ, ਉਹਦੇ ਆਪਣੇ ਨੁਕਸਾਨ ਆ ਉਹ ਅਸੀਂ ਅਗਲੇ ਚੈਪਟਰ ਦੇ ਵਿੱਚ ਪਬਲਿਕ ਡੈਟ ਵਾਲੇ ਦੇ ਵਿੱਚ ਡਿਸਕਸ ਕਰਾਂਗੇ। ਸੋ ਇਹਦੇ ਤੋਂ ਇਲਾਵਾ ਜਿਹੜਾ ਪਬਲਿਕ ਸੈਕਟਰ ਦੀ ਐਫੀਸ਼ੀਐਂਸੀ ਨੂੰ ਇੰਪਰੂਵ ਕਰਨ ਦੀ ਬਹੁਤ ਲੋੜ ਹੈ, ਔਰ ਨਾਨ ਡਿਵੈਲਪਮੈਂਟ ਐਕਸਪੈਂਡੀਚਰ ਨੂੰ ਘਟਾਉਣ ਦੀ ਲੋੜ ਹੈ। ਇਕਨੋਮਿਕ ਮੋਟਿਵ ਐਂਡ ਸੋਸ਼ਲ ਮੋਟਿਵ ਜਿਹੜੇ ਹੈਗੇ ਆ ਉਹ ਉਹਨਾਂ ਦੇ ਪਿੱਛੇ ਜਿਹੜਾ ਆ ਓਬਜੈਕਟਿਵ ਹੋਣਾ ਚਾਹੀਦਾ ਪਬਲਿਕ ਐਕਸਪੈਂਡੀਚਰ ਦੇ ਪਿੱਛੇ, ਕਿ ਅਗਰ ਪਬਲਿਕ ਐਕਸਪੈਂਡੀਚਰ ਕੀਤਾ ਜਾ ਰਿਹਾ ਤਾਂ ਉਹਦੇ ਨਾਲ ਕੰਟਰੀ ਦੇ ਵਿੱਚ ਕਿਹੜਾ ਇਕਨੋਮਿਕ ਮੋਟਿਵ ਪੂਰਾ ਹੋ ਰਿਹਾ, ਕਿਹੜੀ ਸੋਸ਼ਲ ਵੈਲਫੇਅਰ ਹੋ ਰਿਹਾ ਜਿਹਦੇ ਕਰਕੇ ਉਹ ਖਰਚਾ ਕੀਤਾ ਜਾ ਰਿਹਾ, ਤਾਂ ਉਹ ਇੱਕ ਕਲੀਅਰ ਕੱਟ ਜਿਹੜੀ ਡੀਮਾਰਕੇਸ਼ਨ ਆ ਇਹਨਾਂ ਚੀਜ਼ਾਂ ਦੀ ਹੋਣੀ ਚਾਹੀਦੀ ਆ। ਲੀਕੇਜ ਆਫ ਫੰਡਸ ਨੂੰ ਰੋਕਣ ਦੇ ਲਈ ਟ੍ਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਫਿਕਸ ਕਰਨੀ ਬਹੁਤ ਜ਼ਰੂਰੀ ਆ, ਤਾਂ ਕਿ ਜਿਹੜੀ ਅਸੀਂ ਦੇਖਦੇ ਹਾਂ ਕਿ ਕੰਟਰੀ ਦੇ ਵਿੱਚ ਉਹ ਸਹੀ ਲੋਕਾਂ ਤੱਕ ਪੈਸਾ ਨਹੀਂ ਪਹੁੰਚ ਪਾਉਂਦਾ, ਮਿਸ ਟਾਰਗੇਟਿੰਗ ਹੁੰਦੀ ਆ, ਲੀਕੇਜਸ ਆਫ ਫੰਡਸ ਹੁੰਦੀ ਆ, ਉਹਨੂੰ ਪ੍ਰੀਵੈਂਟ ਕੀਤਾ ਜਾ ਸਕੇ। ਔਰ ਉਹਦੇ ਲਈ ਗਵਰਨਮੈਂਟ ਨੇ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਵੀ ਆ ਇਸ ਡਾਇਰੈਕਸ਼ਨ ਦੇ ਵਿੱਚ, ਜਿਹਨੂੰ ਕਿ ਅਸੀਂ ਡਾਇਰੈਕਟ ਬੈਨੀਫਿਟ ਸਕੀਮ ਦੀ ਫੋਰਮ ਦੇ ਵਿੱਚ ਦੇਖ ਸਕਦੇ ਹਾਂ, ਕਿ ਅੱਗੇ ਹੁੰਦਾ ਸੀ ਕਿ ਜੋ ਸਬਸਿਡੀਜ਼ ਹੈਗੀਆਂ ਆ ਉਹ ਕੰਪਨੀ ਦੇ ਥਰੂ ਮਿਲਦੀਆਂ ਸੀ, ਜਾਂ ਕਿ ਜੋ ਵੀ ਕੋਈ ਉਹਦੇ ਵਿੱਚ ਆਰਗੇਨਾਈਜੇਸ਼ਨ ਇਨਵੋਲਵ ਹੁੰਦੀ ਸੀ ਉਹਦੇ ਥਰੂ ਮਿਲਦੀਆਂ ਸੀ। ਹੁਣ ਕੀ ਹੈ ਕਿ ਜਿਹੜਾ ਵੀ ਪਰਸਨ ਕੰਜ਼ਿਊਮਰ ਹੈਗਾ ਆ, ਡਾਇਰੈਕਟਲੀ ਉਸ ਪਰਸਨ ਦੇ ਬੈਂਕ ਅਕਾਊਂਟ ਦੇ ਵਿੱਚ ਉਹ ਸਬਸਿਡੀ ਜਿਹੜੀ ਆ ਉਹ ਟ੍ਰਾਂਸਫਰ ਕੀਤੀ ਜਾਂਦੀ, ਤਾਂ ਉਹ ਵਿੱਚ ਕੋਈ ਵੀ ਮਿਡਲਮੈਨ ਨਾ ਹੋਣ ਦੀ ਵਜ੍ਹਾ ਨਾਲ ਉਹ ਜਿਹੜੀ ਲੀਕੇਜ ਆਫ ਫੰਡਸ ਹੈਗੀ ਹੈ ਜਾਂ ਮਿਸ ਟਾਰਗੇਟਿੰਗ ਆਫ ਫੰਡਸ ਹੈਗੀ ਆ ਉਹਨੂੰ ਪ੍ਰੀਵੈਂਟ ਕੀਤਾ ਜਾ ਸਕਿਆ। ਸੋ ਇਸ ਤੋਂ ਇਲਾਵਾ ਜਿਹੜਾ ਆਧਾਰ ਅਕਾਊਂਟਸ ਨੂੰ ਬੈਂਕ ਅਕਾਊਂਟਸ ਨੂੰ ਆਧਾਰ ਨੰਬਰ ਦੇ ਨਾਲ ਵੀ ਲਿੰਕ ਕੀਤਾ ਗਿਆ, ਜਿਹਦੇ ਨਾਲ ਕਿ ਜਿਹੜੇ ਬੋਗਸ ਅਕਾਊਂਟਸ ਹੈਗੇ ਆ ਉਹਨਾਂ ਨੂੰ ਡਿਟੈਕਟ ਆਸਾਨੀ ਦੇ ਨਾਲ ਕੀਤਾ ਜਾ ਸਕਦਾ ਹੈ। ਸੋ ਪਬਲਿਕ ਐਕਸਪੈਂਡੀਚਰ ਦੀ ਆਡੀਟਿੰਗ ਬਹੁਤ ਜ਼ਰੂਰੀ ਆ, ਕਿ ਟਾਈਮਲੀ ਜਿਹੜਾ ਕੋਈ ਇੱਦਾਂ ਦੀ ਆਡੀਟਿੰਗ ਏਜੰਸੀ ਹੋਵੇ ਜਿਹੜੀ ਕਿ ਇੱਕ ਇੰਡੀਪੈਂਡੈਂਟ ਆਡੀਟਿੰਗ ਏਜੰਸੀ ਹੋਵੇ ਜਿਹੜੀ ਕਿ ਕਿਸੇ ਵੀ ਤਰ੍ਹਾਂ ਦੇ ਪ੍ਰੈਸ਼ਰ ਤੋਂ ਫ੍ਰੀ ਹੋ ਕੇ ਗਵਰਨਮੈਂਟ ਦੇ ਐਕਸਪੈਂਡੀਚਰ ਨੂੰ ਫ੍ਰੀਲੀ ਆਡਿਟ ਕਰ ਸਕੇ, ਉਹਦੀ ਜਿਹੜੀ ਵੈਲਿਡਿਟੀ ਜਾਂ ਇਨਵੈਲਿਡਿਟੀ ਨੂੰ ਦੱਸ ਸਕੇ। ਸੋ ਇਹ ਕੁਛ ਸੁਜੈਸ਼ਨਸ ਹੈਗੇ ਆ ਜਿਹਦੇ ਨਾਲ ਕਿ ਕੰਟਰੀ ਦੇ ਵਿੱਚ ਪਬਲਿਕ ਐਕਸਪੈਂਡੀਚਰ ਨੂੰ ਵਾਈਸਲੀ ਅਸੀਂ ਜਿਹੜਾ ਕੰਟਰੀ ਦੀ ਮੈਕਸੀਮਮ ਸੋਸ਼ਲ ਵੈਲਫੇਅਰ, ਮੈਕਸੀਮਮ ਇਕਨੋਮਿਕ ਡਿਵੈਲਪਮੈਂਟ ਦੇ ਲਈ ਪਬਲਿਕ ਐਕਸਪੈਂਡੀਚਰ ਨੂੰ ਯੂਜ਼ ਕਰ ਸਕਦੇ ਹਾਂ ਇੱਕ ਟੂਲ ਦੀ ਤਰ੍ਹਾਂ। ਤੋ ਇੱਥੇ ਕੁਛ ਕੁਐਸਚਨਸ ਡਿਸਕਸ ਕੀਤੇ ਗਏ ਆ ਜਿਹੜੇ ਕਿ ਇਸ ਚੈਪਟਰ ਦੇ ਬੇਸਿਸ ਦੇ ਉੱਪਰ ਪੁੱਛੇ ਜਾ ਸਕਦੇ ਆ। ਸੋ ਦਿਸ ਇਜ਼ ਆਲ ਅਬਾਊਟ ਪਬਲਿਕ ਐਕਸਪੈਂਡੀਚਰ। Thank you.